ਪ੍ਰਧਾਨ ਗਰੀਬੀ ਜਾਂਦੀ ਨੀ ਗਰੀਬੀ ਭਜਾਉਣੀ ਪੈਂਦੀ ਹੈ, ਗੁੱਡੀ ਚੜ੍ਹਦੀ ਨੀ ਗੁੱਡੀ ਚੜ੍ਹਾਉਣੀ ਪੈਂਦੀ ਹੈ, ਇਕੱਲੇ ਹੱਥ ਹਿਲਣ ਨਾਲ ਕੁਝ ਨਹੀਂ ਹੁੰਦਾ, ਇਕੱਲੀ ਇਕੱਲੀ ਉਂਗਲ ਹਿਲਾਉਣੀ ਪੈਂਦੀ ਹੈ, ਇਕੱਲੀ ਇਕੱਲੀ ਉਂਗਲ ਹਿਲਾਉਣੀ ਪੈਂਦੀ ਹੈ। ਓਏ ਆਹੀ ਉਂਗਲਾ ਪਹਿਲਾਂ ਗਲਾਸਾਂ 'ਚ ਮਾਰ, ਚੱਲ ਗਲਾਸ ਤੋਂ ਕਰਦਾ ਨਾ। ਆ ਚੱਕ, ਠੀਕ ਆ ਬਾਈ, ਉਂਗਲਾ ਜੂਸ ਦਾ ਬਣਾ ਫਿਰ, ਚੱਲ ਕਰਦਾ। ਲਾ ਦੇ ਹੁਣ, ਉੱਥੇ ਪੈਰ ਰੱਖ ਪਹਿਲਾਂ, ਆਹੋ ਆ ਚੜ੍ਹਦੀ ਦੀ ਪਈ ਰਹਿਣੇ ਥੱਲੇ। ਬਸ ਕਰ, ਇੰਨਾ ਕਿੰਨਾ ਕਸਕਾਉਣਾ, ਭਾਵੇਂ ਇਹਨੂੰ ਹੁਣੀ ਅੱਗ ਲਾ ਲਾ। ਚੱਲ ਦੇ ਬਾਈ ਨੂੰ ਪਾ ਕੇ ਦੇ ਹੁਣ, ਓਏ ਪੂਰਾ ਭਰ ਕੇ ਦੇ, ਕੋਈ ਕੰਮ ਨਹੀਂ ਪੂਰਾ ਕਰਦਾ। ਹਾਂ ਵੀ, ਕਿੰਨੇ ਪੈਸੇ ਹੋ ਗਏ? ਬਾਈ 20 ਰੁਪਏ ਜੀ। 20 ਰੁਪਈਏ? ਇੰਨੀ ਮਹਿੰਗਾਈ ਕੀਤੀ ਹੈ ਬਾਈ, ਡੀਜ਼ਲ ਕਿੰਨਾ ਮਹਿੰਗਾ ਹੋ ਗਿਆ ਜੀ, ਤੁਹਾਨੂੰ ਪਤਾ ਤਾਂ ਹੈਗਾ ਜੀ। ਅੱਛਾ, ਇਹਦੇ 'ਚ ਡੀਜ਼ਲ ਪੈਂਦਾ? ਬਾਈ ਜੀ, ਇਹ 'ਚ ਨਹੀਂ, ਇਹ 'ਚ ਤਾਂ ਪੈਂਦਾ ਹੀ ਹੈ ਜੀ। ਇੰਨੀ ਮਹਿੰਗਾਈ ਕੀਤੀ ਆ, ਲੁੱਟ ਮਚਾਈ ਆ ਤੁਸੀਂ, ਵਾਲਾ ਚੱਕ। ਇੰਨੀ ਮਹਿੰਗਾਈ ਹੋਈ ਪਈ ਆ, ਸਾਡੇ 20 ਵੀ ਚੁੱਭਦੇ ਆ, ਸਾਰਾ ਕੁਛ ਵਿੱਚ ਵੱਟ ਕੇ ਸ਼ਾਮ ਨੂੰ ਬਚਦਾ ਕੀ ਆ, ਆ ਥੋੜ੍ਹਾ ਜਿਹਾ ਜੂਸ ਪੀ ਲੈ ਵੀ। ਦੇਖਿਆ ਕਿੰਨੀ ਲੇਟ ਕਰਾਤਾ ਤੁਸੀਂ ਮੈਨੂੰ, ਸਾਰੇ ਸਟੂਡੈਂਟ ਅੰਦਰ ਚਲੇ ਗਏ, ਮੈਂ ਇਕੱਲੀ ਬਾਹਰ ਰਹਿ ਗਈ। ਮੈਂ ਵੀ ਚੱਲੀ ਹਾਂ। ਲੇਟ ਕਰਾਤਾ? ਮੈਨੂੰ ਤਾਂ ਲੱਗਦਾ ਯਾਰ ਮੈਂ ਤੈਨੂੰ ਪਹਿਲਾਂ ਹੀ ਛੱਡਤਾ, ਹਲੇ ਤਾਂ ਹੋਰ ਸਮਾਂ ਸਪੈਂਡ ਕਰਨ ਨੂੰ ਜੀ ਕਰਦਾ ਮੇਰਾ ਤੇਰੇ ਨਾਲ। ਠੀਕ ਹੈ ਜਨਾਬ,
ਆਪਣਾ ਬਹੁਤ ਗੰਭੀਰ ਆਸ਼ਕਾਂ ਵਾਲੀਆਂ ਗੱਲਾਂ ਨਾ ਕਰੋ। ਮੈਨੂੰ ਜਾਣ ਦਿਓ, ਮੈਂ ਲੇਟ ਹੋ ਰਹੀ ਹਾਂ। ਜਾਓ ਜਾਓ, ਲਾਓ ਕਲਾਸਾਂ, ਅਸੀਂ ਕਿਹੜਾ ਵਿਹਲੇ ਹਾਂ। ਮੇਰਾ ਵੀ ਇੰਟਰਵਿਊ ਦਾ ਰਿਜ਼ਲਟ ਆ ਹੀ ਜਾਣਾ ਅੱਜ। ਹਾਂ, ਤੇ ਇਸ ਵਾਰ ਲੱਗਦਾ ਪੱਕਾ ਜੋਬ ਮਿਲ ਜੂ। ਤੇ ਕਵਿਤਾ, ਜਦੋਂ ਜੋਬ ਮਿਲ ਗਈ ਨਾ, ਆ ਨਿੱਤ ਨਿੱਤ ਦੀਆਂ ਦੂਰੀਆਂ ਜੀ ਆਪਾਂ ਖਤਮ ਕਰ ਦੇਣੀਆਂ, ਵਿਆਹ ਹੀ ਕਰਾ ਲੈਣਾ। ਠੀਕ ਹੈ ਮੇਰੇ ਰਾਂਝੇ। ਰਾਂਝਾ ਨਹੀਂ, ਹਰਵੀਰ, ਕਿਉਂਕਿ ਰਾਂਝੇ ਨੂੰ ਤਾਂ ਹੀਰ ਮਿਲਣੀ ਨਹੀਂ ਸੀ, ਤੇ ਮੈਂ ਤੈਨੂੰ ਖੋਣਾ ਨਹੀਂ ਚਾਹੁੰਦਾ। ਤੇ ਮੈਂ ਖੋਣ ਦੇਣਾ ਵੀ ਨਹੀਂ ਆ। ਮੈਨੂੰ ਜਾਣ ਦਿਓ ਹੁਣ, ਆਪਾਂ ਕਾਲਜ ਤੋਂ ਬਾਅਦ ਮਿਲਦੇ ਹਾਂ। ਠੀਕ ਹੈ, ਓਕੇ ਬਾਏ। ਨਾਲੇ ਆ ਬਾਏ ਨਾ ਕਿਆ ਕਰੋ, ਪਿਆਰ ਦੇ ਵਿੱਚ ਕਦੇ ਅਲਵਿਦਾ ਨਹੀਂ ਕਹੀ। ਆਪਣਾ ਖਿਆਲ ਰੱਖਿਓ। ਠੀਕ ਆ। ਓ ਛੋਟੂ, ਓਏ ਓ ਛੋਟੋ, ਇੱਕ ਕੰਮ ਕਰ, ਆ ਦੋ ਕੱਪ ਚਾਹ ਏ ਤੇ ਸੰਤੋਸ਼ ਜੀ ਦੁਕਾਨ ਤੇ ਦੇ ਆ ਜਾ ਕੇ। ਓ ਹਲੋ, ਉਰੇ 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 ਉਰੇ, ਉਹ ਚਾਹ ਫੜਾ ਕੇ ਆਉਣੀ ਹੈ, ਟ੍ਰੇਨ ਹੀ ਫੜਾਉਣੀ। ਜਾ ਸੰਤੋਸ਼ ਜੀ ਦੁਕਾਨ ਤੇ, ਗੱਲ ਸੁਣ, ਸੰਤੋਸ਼ ਜੀ ਦੁਕਾਨ ਤੇ। ਕਿਹਦੀ ਦੁਕਾਨ ਤੇ? ਹਾਂ ਚੱਲ ਫੜਾ ਗਿਆ। ਇੱਕ ਤਾਂ ਇਹ ਬੋਲਾ ਜਿਹਾ ਮਗਰ ਪਿਆ ਕੰਜਰ ਦਾ, ਇਹਨੇ ਮੈਨੂੰ ਵੀ ਉੱਚ ਬੋਲਣ ਲਾ ਦੇਣਾ। ਇੱਕ ਤਾਂ ਹਾਂਜੀ, ਬਣਾਈ ਜਾਂਦੇ ਹੋ ਚਾਹ ਫਿਰ? ਹਾਂ ਠੀਕ ਹੈ, ਬਹਿ ਜਾ ਅੰਦਰ। ਉਹ ਇਹਦਾ ਪਾਸਵਰਡ ਦੱਸੀ ਯਾਰ। ਚੱਲ ਓਏ, ਉਹ ਦੱਸ ਦੇ ਭਰਾਵਾ। ਉਹ ਭਰਾਵਾ ਪਾਸਵਰਡ ਆ ਚੱਲ ਓਏ, ਨਾਲੇ ਪਾਸਵਰਡ ਤੂੰ ਹਰ ਵਾਰੀ ਲੈ ਜਾਂਦਾ, ਕਦੇ ਪੈਸੇ ਵੀ ਦੇ ਦੇ। ਸਾਲਾ ਦੋ ਦੋ ਕਾਰੋਬਾਰ ਖੋਲੀ ਬੈਠਾ ਫਿਰ ਵੀ ਮਰੂ ਮਰੂ ਕਰੀ ਜਾਂਦਾ। ਦੋ ਕਾਰੋਬਾਰ ਤਾਂ ਤੈਨੂੰ ਦਿੰਦੇ ਆ, ਅਸਲ ਤਾਂ ਆਹੀ ਚੱਲਦਾ ਚਾਹ ਵਾਲਾ। ਹੈਂ, ਆ ਕੈਫੇ ਦਾ ਰਿਸ਼ਤੇਦਾਰਾਂ ਦੇ ਮੂੰਹ ਨੂੰ ਲਾਇਆ, ਅਗਲਾ ਕੀ ਕਹੂਗਾ, ਬੀ ਐਡ ਐਮ ਏ ਕਰਕੇ ਆ ਚਾਹ ਦੀ ਰੇੜੀ ਠੋਕੀ ਖੜਾ। ਉਹ ਚਾਹ ਵਾਲਿਆਂ ਦੀ ਬੜੀ ਚੜ੍ਹਾਈ ਆ ਭਰਾਵਾ। ਹੋ ਗਈ ਲੱਸੀ, ਹੋ ਗਈ ਲੱਸੀ ਤਿਆਰ, ਪੀਓ ਪੀਓ ਪੀਓ। ਮੇਰੀ ਜ਼ਿੰਦਗੀ ਦੀ ਲੱਸੀ ਹੋਈ ਪਈ ਆ, ਤੇ ਤੈਨੂੰ ਆਹ ਲੱਸੀ ਦੀ ਪਈ ਆ। ਮਤਲਬ ਫੇਰ ਰਹਿ ਗਿਆ। ਫੇਰ ਰਹਿ ਗਿਆ ਯਾਰ। ਓ ਯਾਰ, ਹੁਣ ਤੂੰ ਰਹਿਣ ਹੀ ਦੇ, ਮੇਰੇ ਵੱਲ ਹੀ ਵੇਖ ਕੇ ਸਿੱਖ ਲਾ। ਪਹਿਲਾਂ ਮੈਂ 12 ਕੀਤੀ, ਫਿਰ ਬੀ ਏ ਕੀਤੀ, ਬੀ ਐਡ ਕੀਤੀ, ਐਮ ਏ ਕੀਤੀ, ਅਖੀਰ ਨੂੰ ਚਾਹ ਦੀ ਰੇੜੀ ਕੀਤੀ। ਕੋਈ ਫਾਇਦਾ ਨਿਕਲਿਆ? ਉਹ ਸਰਕਾਰਾਂ ਨਿਕੰਮੀਆਂ, ਨੌਕਰੀ ਨੁਕਰੀ ਦਾ ਔਖਾ, ਆਪਣਾ ਕੰਮ ਧੰਦਾ ਤੋਰ ਲਾ ਕੋਈ। ਸਾਲਾ ਕੰਮ ਕਿਹੜਾ ਕਰੀਏ ਹੁਣ? ਬਾਬੇ ਆਪਣੀ ਪੂਰੀ ਮਾਰਕੀਟ 'ਚ ਨਾ ਚਾਪ ਦੀ ਰੇੜੀ ਹੈ ਨੀ, ਠੋਕ ਦੇ। ਸਾਲਾ, ਉਹ ਯਾਰ ਤਾਂ ਮੈਨੂੰ ਵੀ ਪਤਾ ਵੀ ਇੱਥੇ ਮੈਂ ਵਧੀਆ ਕੰਮ ਕਰ ਸਕਦਾ, ਪਰ ਇੱਥੇ ਕੰਮ ਕਰਕੇ ਮੈਂ ਕਵਿਤਾ ਨਾਲ ਵਿਆਹ ਨਹੀਂ ਨਾ ਹੋਣਾ, ਕਿਉਂਕਿ ਉਹਦੇ ਡੈਡੀ ਦੀ ਇੱਕੋ ਹੀ ਸ਼ਰਤ ਹੈ ਵੀ ਜਾਂ ਤਾਂ ਕਵਿਤਾ ਦਾ ਘਰ ਵਾਲਾ ਚੰਗੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਵੇ, ਅਤੇ ਜਾਂ ਫਿਰ ਇੱਥੇ ਬਹੁਤ ਵਧੀਆ ਬਿਜ਼ਨਸ ਸੈੱਟ ਹੋਵੇ। ਫਿਰ ਤੂੰ ਬਾਹਰ ਜਾ। ਹੁਣ ਤੂੰ ਆਪਣੇ ਦੋਸਤ ਨੂੰ ਬਾਹਰ ਕੱਢੇਗਾ ਦੁਕਾਨੋਂ? ਉਹ ਬਾਹਰ ਜਾ ਨਹੀਂ, ਬਾਹਰ ਜਾ, ਬਾਹਰਲੇ ਮੁਲਕ ਡਾਲਰ ਵੱਟ ਜਾ ਕੇ, ਉੱਧਰ ਹੀ ਲੋਟ ਆਊ ਤੇਰਾ। ਕਿਵੇਂ ਮੰਨਦੇ ਚਿੱਤ? ਸ਼ਿੰਦੇ, ਤੈਨੂੰ ਕੀ ਲੱਗਦਾ ਫਿਰ ਇਸ ਕਤਲ ਦੀ ਵਜ੍ਹਾ ਕੀ ਹੋ ਸਕਦੀ ਹੈ? ਭਾਈ, ਮੇਰੇ ਤਜਰਬੇ ਦੇ ਹਿਸਾਬ ਨਾਲ ਤਾਂ ਇਹ ਪੈਸੇ ਵਾਲੀ ਸਾਮੀ ਲੱਗਦੀ ਹੈ। ਅੱਛਾ, ਅਤੇ ਅੱਜ ਕੱਲ੍ਹ ਲੋਕ ਰੁਪਈਏ ਰੁਪਈਏ ਪਿੱਛੇ ਬੰਦਾ ਮਾਰ ਦਿੰਦੇ ਨੇ, ਟਪਾ ਤਿਆ ਹੋਣਾ ਕਿਸੇ ਨੇ। ਚੱਲ ਬਾਕੀ ਜਨਾਬ ਨੂੰ ਪੁੱਛਦੇ ਹਾਂ। ਚਲਾ ਜਨਾਬ, ਕੀ ਲੱਗਦਾ ਜੀ ਕੀ ਕਾਰਨ ਹੋ ਸਕਦਾ?
ਕੋਈ ਰੰਜਿਸ਼ ਹੋ ਸਕਦੀ ਆ ਜਾਂ ਹੋ ਸਕਦਾ ਕਿਸੇ ਨੇ ਪੈਸੇ ਪਿੱਛੇ ਮਾਰਤਾ ਹੋਵੇ। ਬਾਕੀ ਏਜੰਟ ਸੀ, ਹੋ ਸਕਦਾ ਪੈਸੇ ਪਿੱਛੇ ਕਿਸੇ ਨਾਲ ਧੋਖਾਧੜੀ ਕੀਤੀ ਹੋਵੇ ਅਤੇ ਅਗਲੇ ਨੇ ਬਦਲਾ ਲੈਣ ਲਈ ਮਾਰਤਾ। ਤੁਸੀਂ ਇੰਝ ਕਰੋ, ਲਾਸ਼ ਨੂੰ ਪੋਸਟਮਾਰਟਮ ਲਈ ਭੇਜੋ, ਬਾਕੀ ਦੇਖਦੇ ਹਾਂ ਕੀ ਬਣਦਾ। ਕਰੋ ਕਾਰਵਾਈ। ਜੀ ਜਨਾਬ। ਇੱਧਰ ਆ ਓਏ, ਗਾਹਕ ਆਇਆ, ਬੜਾ ਬੋਣਾ ਜਿਹਾ ਕਰਦਾ ਕਿ ਆ ਗਿਆ ਆ ਗਿਆ। ਦੋ ਗਲਾਸ ਜੂਸ ਬਣਾ ਛੋਟੇ। ਹੈਲੋ, ਨਹੀਂ ਲਾਉਣੀ ਆਈ। ਹਾਂ ਹਾਂ, ਚੱਕ ਦਿਓ ਸਾਰੇ, ਰੇਹੜੀ ਚੱਕ ਦਿਓ, ਜਿਹੜਾ ਦੁਕਾਨਾਂ ਮੇਰੇ ਸਮਾਨ ਹੈ ਰੇਹੜੀ ਰੂੜੀ ਆ ਸਾਰੀ ਚੁਕਾ ਦਿਓ। ਹਾਂ ਹਾਂ, ਚੱਕ ਦਿਓ ਚੱਕ ਦਿਓ। ਹਾਂ ਸਾਹਿਬ, ਮੇਰੇ ਨਾਲੇ ਆ ਰਹੇ ਹਾਂ ਅਸੀਂ, ਚੱਕ ਲਓ ਸਾਰੀਆਂ, ਚੱਕ ਦਿਓ ਸਭ, ਚੱਕ ਦਿਓ ਆਹ ਸਭ ਨੂੰ ਦੇ ਦੇ। ਹਾਂ ਹਾਂ, ਚੱਕੋ ਚੱਕੋ, ਆ ਲਓ ਜੀ, ਪੀਓ ਜੀ ਪੀਓ। ਸਾਹਿਬ ਪੈਸੇ? ਕਿਹੜੇ ਪੈਸੇ? ਰੇਹੜੀ ਲਾਣੀ ਕਿ ਨਹੀਂ ਉਰੇ? ਕਿਉਂ ਜੀ? ਕਾਰਪੋਰੇਸ਼ਨ ਵਾਲੇ ਸੀ। ਇਹਨੂੰ ਪਤਾ ਨਹੀਂ ਲੱਗਿਆ ਜੀ। ਕੋਈ ਨਾ ਜੀ ਕੋਈ ਨਾ, ਜੇ ਕਹੋ ਤਾਂ ਪੈਕ ਕਰ ਦਿੰਦਾ। ਹੋਇਆ ਪੈਕ ਦਾ, ਰੇਹੜੀ ਲਾ ਲੈ ਜੇ ਲਾਣੀ ਆ। ਸੱਤੇ ਕੀ ਹੈ ਯਾਰ ਇਹ ਸਾਲੀ, ਆਪਣੀ ਕਿਸਮਤ ਹੀ ਖਰਾਬ ਆ ਯਾਰ, ਉੱਦਾਂ ਕੋਈ ਗਾਹਕ ਆਉਂਦਾ ਨਹੀਂ, ਜੇ ਆਉਂਦਾ ਸਾਲਾ ਇਹੋ ਜਿਹਾ ਆਉਂਦਾ ਜਿਹੜਾ ਪੈਸੇ ਨਹੀਂ ਦੇ ਕੇ ਜਾਂਦਾ। ਘਰ ਪਹੁੰਚਦੇ ਪਹੁੰਚਦੇ ਰੀਲ ਹੀ ਬਣਾ ਲੈਂਦੇ ਆ ਜੇਬ ਚ ਪਾ ਨੂੰ ਓਏ। ਕਿਉਂ? ਇੱਕ ਤਾਂ ਤੂੰ ਰੀਲ ਨਹੀਂ ਬਣਾਉਣ ਦਿੰਦਾ, ਕਦੇ ਰੀਲ ਨਹੀਂ ਬਣਾਉਣ ਦਿੰਦਾ ਕਦੇ ਵੀ। ਕੋਈ ਨਾ ਕੋਈ ਨਾ, ਜਿਸ ਦਿਨ ਤੇਰਾ ਭਾਈ ਸਟਾਰ ਬਣ ਗਿਆ ਨਾ, ਗੱਡੀ ਦਾ ਦਰਵਾਜ਼ਾ ਤੇਰੇ ਤੋਂ ਹੀ ਖਲਾਇਆ ਕਰੂੰਗਾ। ਦੇਖੀ ਚੱਲ, ਤੂੰ ਸਟਾਰ ਬਣ ਗਿਆ ਥੱਲੇ, ਪਤਾ ਘਰ ਨੇੜੇ ਹੀ ਹੈ ਨਾ, ਚੱਲ ਤੁਰ ਕੇ। ਸਾਲਾ ਸਟਾਰ ਦਾ ਭਾਂਡੇ ਸਹੀ ਤਰ੍ਹਾਂ ਮਾਂਜ ਨਹੀਂ ਹੁੰਦੇ, ਗੱਲਾਂ ਕਰਦਾ ਵਾ। ਬਾਈ ਯਾਰ, ਤੂੰ ਇੱਥੇ ਗੇੜੇ ਦੇਈਏ ਯਾਰ, ਉੱਧਰ ਬੀਬੀ ਬਾਹਲੀ ਢਿੱਲੀ ਹੋ ਗਈ ਯਾਰ। ਬੀਬੀ? ਹਾਂ। ਬੇਬੇ ਕਦ ਤੱਕ ਠੀਕ ਹੋ ਜਾਊਗੀ ਡਾਕਟਰ ਸਾਹਿਬ? ਫਿਕਰ ਨਾ ਕਰੋ, ਮੈਂ ਗਲੂਕੋਜ਼ 'ਚ ਇੰਜੈਕਸ਼ਨ ਪਾ ਦਿੱਤਾ, ਬਿਲਕੁਲ ਠੀਕ ਹੋ ਜਾਣਗੇ। ਠੀਕ ਹੋ? ਬੇਬੇ ਕੀ ਹੋਇਆ ਡਾਕਟਰ ਸਾਹਿਬ, ਕੀ ਹੋਇਆ? ਡੋਂਟ ਵਰੀ, ਤੁਸੀਂ ਐਂ ਕਰੋ, ਇੰਜੈਕਸ਼ਨ ਮੈਂ ਦੇ ਦਿੱਤੇ, ਇਹ ਦੋ ਗੋਲੀਆਂ, ਇਹਨਾਂ ਨੂੰ ਕੁਛ ਖਿਲਾ ਪਿਲਾ ਕੇ ਦੇ ਦਿਓ। ਆਹ ਮੈਂ ਬਾਜ਼ਾਰੋਂ ਕੁਛ ਦਵਾਈ ਲਿਖ ਕੇ ਦੇ ਰਿਹਾ। ਜਾ ਗੁੱਡੀ। ਇਹ 3 ਦਿਨ ਲਗਾਤਾਰ ਸਵੇਰੇ ਦੁਪਹਿਰੇ ਸ਼ਾਮ ਦੇਣੀਆਂ, ਠੀਕ ਹੈ? ਠੀਕ ਹੈ ਡਾਕਟਰ ਸਾਹਿਬ, ਠੀਕ ਤਾਂ ਹੈ ਨਾ? ਦੇਖੋ, ਇਸ ਉਮਰ ਦੇ ਵਿੱਚ ਟੈਨਸ਼ਨ ਅਤੇ ਸਟ੍ਰੈਸ ਦੇ ਨਾਲ ਬਿਮਾਰੀ ਅਕਸਰ ਹੋ ਜਾਂਦੀ ਹੈ, ਸੋ ਮੇਰੀ ਰਾਏ ਹੈ ਕਿ ਕੋਸ਼ਿਸ਼ ਕਰੋ ਇਹਨਾਂ ਨੂੰ ਟੈਨਸ਼ਨ ਅਤੇ ਸਟ੍ਰੈਸ ਨਾ ਹੋਵੇ, ਠੀਕ ਹੈ? ਡਾਕਟਰ ਸਾਹਿਬ ਕਿੰਨੇ ਪੈਸੇ?
ਬੇਬੇ। ਹਾਂ ਪੁੱਤ। ਕੀ ਹੋਇਆ ਤੈਨੂੰ? ਆਏ ਹਾਏ, ਕਿਹੜੀ ਗੱਲ ਦਾ ਫਿਕਰ ਕਰਦੀ ਆ ਤੂੰ? ਪੁੱਤ ਫਿਕਰ ਕਿਉਂ ਨਹੀਂ ਕਰਾਂ, ਭੈਣ ਤੇਰੀ ਮੰਗਦੀ, ਹੁਣ ਉਹਦਾ ਵਿਆਹ ਵੀ ਕਰਨਾ। ਵਿਆਹਾਂ ਦੇ ਬਹੁਤ ਖਰਚ ਹੁੰਦੇ ਨੇ, ਪੈਸਾ ਕਿੰਨਾ ਲੱਗਦਾ ਵਿਆਹਾਂ ਤੇ। ਮੇਰੇ ਜਿੰਦੇ ਜੀ ਮੈਂ ਚਾਹੁੰਦੀ ਹਾਂ ਉਹ ਆਪਣੇ ਘਰ ਵਸੇ। ਲੋਕਾਂ ਦੀ ਨਜ਼ਰਾਂ ਬਹੁਤ ਮਾੜੀਆਂ ਨੇ, ਮੈਨੂੰ ਆਹੀ ਫਿਕਰ ਖਾਈ ਜਾਂਦਾ। ਹਰਵੀਰ, ਉਹ ਸਮਾਂ ਕਿੰਨਾ ਸੋਹਣਾ ਹੁੰਦਾ ਨਾ ਜਦੋਂ ਤੁਸੀਂ ਮੇਰੇ ਕੋਲ ਹੁੰਦੇ ਹੋ। ਮਨ ਤਾਂ ਕਰਦਾ ਕਿ ਬਸ ਇਹ ਸਮਾਂ ਇੱਥੇ ਹੀ ਰੁਕ ਜਾਏ ਅਤੇ ਤੁਸੀਂ ਹਮੇਸ਼ਾ ਲਈ ਮੇਰੇ ਕੋਲ ਇੰਜ ਹੀ ਬੈਠੇ ਰਹੋ। ਮੈਂ ਤਾਂ ਹਮੇਸ਼ਾ ਤੇਰੇ ਨਾਲ ਰਹਿਣਾ ਚਾਹੁੰਦਾ ਯਾਰ, ਬਸ ਇੱਕ ਵਾਰੀ ਜੌਬ ਲੱਗ ਜਾਏ ਫਿਰ ਤੇਰਾ ਹੱਥ ਹਮੇਸ਼ਾ ਲਈ ਤੇਰੇ ਘਰਦਿਆਂ ਤੋਂ ਮੰਗ ਲੈਣਾ। ਹਾਂ ਸੱਚ, ਤੁਹਾਡੀ ਜੌਬ ਇੰਟਰਵਿਊ ਦਾ ਕੀ ਬਣਿਆ, ਕੀ ਰਿਜ਼ਲਟ ਆਇਆ? ਪੜ੍ਹਨਾ ਕੀ ਆ ਯਾਰ, ਮੇਰਾ ਨਾਮ ਹੀ ਨਹੀਂ ਆਇਆ ਲਿਸਟ 'ਚ। ਹਰਵੀਰ, ਜੇ ਇੱਦਾਂ ਨਹੀਂ ਹੋਇਆ ਤਾਂ ਮੈਂ ਘਰੇ ਕਿਵੇਂ ਗੱਲ ਕਰੂੰਗੀ? ਤੁਹਾਨੂੰ ਤਾਂ ਪਤਾ ਹੈ ਨਾ, ਪਾਪਾ ਨੇ ਮੇਰਾ ਵਿਆਹ ਇੱਕ ਸੈਟਲ ਮੁੰਨੇ ਨਾਲ ਹੀ ਕਰਨਾ। ਤੁਸੀਂ ਪਲੀਜ਼ ਕੁਛ ਕਰੋ ਨਾ ਯਾਰ। ਯਾਰ ਕਵਿਤਾ, ਮੈਂ ਕਰਤਾ ਰਿਹਾ, ਹੋਰ ਕੀ ਕਰਾਂ, ਇਸ ਤੋਂ ਵੱਧ ਕੀ ਕਰਾਂ। ਅੱਛਾ ਚਲੋ, ਕਾਮ ਡਾਊਨ, ਪਲੀਜ਼ ਤੁਸੀਂ ਗੁੱਸਾ ਨਾ ਕਰੋ। ਦੇਖੋ ਨਾ ਮੌਸਮ ਕਿੰਨਾ ਸੋਹਣਾ ਹੈ, ਆਪਾਂ ਇਸ ਮੂਮੈਂਟ ਨੂੰ ਇੰਜੋਏ ਕਰਦੇ ਹਾਂ।
ਆਪਾਂ ਆਪਣੀਆਂ ਗੱਲਾਂ ਕਰਦੇ ਹਾਂ, ਆਹ ਟੈਨਸ਼ਨ ਭਰੀਆਂ ਗੱਲਾਂ ਨਹੀਂ ਕਰਨੀਆਂ। ਅੱਛਾ ਦੱਸੋ, ਵਿਆਹ ਤੋਂ ਬਾਅਦ ਮੈਨੂੰ ਕਿੱਥੇ ਘੁੰਮਾਉਣ ਲਈ ਲੈ ਕੇ ਜਾਓਗੇ? ਦਫ਼ਤਰ ਮੇਰਾ ਨਾ ਮੂਡ ਨਹੀਂ ਆ ਗੱਲਾਂ ਕਰਨ ਦਾ, ਮੈਨੂੰ ਤਾਂ ਇਸ ਗੱਲ ਦੀ ਟੈਨਸ਼ਨ ਆ, ਜੇ ਜੌਬ ਨਾ ਮਿਲੀ ਤਾਂ ਤੇਰਾ ਹੱਥ ਤੇਰੇ ਘਰ ਦੇ ਤੋਂ ਕਿਵੇਂ ਮੰਗੂ? ਮੈਂ ਹੈਗੀ ਆ ਨਾ, ਕਿਸ ਗੱਲ ਦੀ ਟੈਨਸ਼ਨ ਹੈ? ਕੋਈ ਨਾ ਕੋਈ ਹੱਲ ਲੱਭ ਲਾਂਗੇ, ਕਰ ਲਾਂਗੇ ਕੁਛ। ਇਹ ਟਾਈਮ ਤਾਂ ਆਪਾਂ ਇਹ ਮੂਮੈਂਟ ਇੰਜੋਏ ਕਰਦੇ ਹਾਂ, ਹੁਣ ਤੁਸੀਂ ਐਵੇਂ ਨਾ ਆਪਣਾ ਮੂਡ ਖਰਾਬ ਕਰੋ, ਚਲੋ ਹੱਸ ਕੇ ਦਿਖਾਓ। ਹਰਵੀਰ ਇੱਕ ਗੱਲ ਪੁੱਛਾਂ, ਤੁਸੀਂ ਮੈਨੂੰ ਹਮੇਸ਼ਾ ਇਸ ਜਗ੍ਹਾ 'ਤੇ ਕਿਉਂ ਲੈ ਕੇ ਆਉਂਦੇ ਹੋ? ਕਵਿਤਾ, ਜਦੋਂ ਵੀ ਮੇਰਾ ਮਨ ਬਹੁਤਾ ਖੁਸ਼ ਜਾਂ ਉਦਾਸ ਹੁੰਦਾ ਤਾਂ ਅਕਸਰ ਮੈਂ ਇਸ ਜਗ੍ਹਾ 'ਤੇ ਆ ਜਾਂਦਾ, ਇੱਥੇ ਆ ਕੇ ਮੈਨੂੰ ਬੜਾ ਸਕੂਨ ਮਿਲਦਾ। ਮਤਲਬ ਇਹ ਤੁਹਾਡੀ ਫੇਵਰੇਟ ਪਲੇਸ ਹੈ? ਇਹ ਮੇਰੀ ਫੇਵਰੇਟ ਪਲੇਸ ਹੈ। ਹਰਵੀਰ, ਆਪਾਂ ਬਹੁਤ ਲੇਟ ਹੋ ਗਏ, ਆਪਾਂ ਚੱਲੀਏ ਹੁਣ। ਹਾਂਜੀ ਸ਼ਰਮਾ ਜੀ, ਕਵਿਤਾ ਇਹ ਕਿਹੜੇ ਮੁੰਡੇ ਨਾਲ? ਕਵਿਤਾ? ਹਾਂਜੀ ਪਾਪਾ ਜੀ। ਹਾਂਜੀ ਪਾਪਾ ਜੀ। ਕਿੱਥੋਂ ਆਏ ਹੋ? ਕਿੱਥੋਂ ਆਈ ਆ? ਕਾਲਜ ਤੋਂ ਆਈ ਆ ਪਾਪਾ ਜੀ। ਕਵਿਤਾ ਪੁੱਤਰ, ਜਦੋਂ ਤੁਸੀਂ 4 ਸਾਲ ਦੇ ਸੀ, ਤੇਰੀ ਮਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੀ ਗਈ ਸੀ। ਤੇਰੇ ਮਾਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਗਈ ਸੀ। ਮਾਂ ਬਾਪ ਬਣ ਕੇ ਤੈਨੂੰ ਪਾਲਿਆ, ਤੈਨੂੰ ਚੰਗੇ ਸੰਸਕਾਰ ਦਿੱਤੇ, ਪਰ ਮੈਂ ਆਪਣੇ ਸੰਸਕਾਰਾਂ 'ਚ ਤੈਨੂੰ ਕਦੇ ਝੂਠ ਬੋਲਣਾ ਤਾਂ ਨਹੀਂ ਸਿਖਾਇਆ ਸੀ। ਝੂਠ? ਕੈਸਾ ਝੂਠ? ਉਹ ਮੁੰਡਾ ਕੌਣ ਸੀ? ਮੁੰਡਾ? ਪਾਪਾ ਜੀ, ਕਿਹੜਾ ਮੁੰਡਾ? ਜਿਹਦੇ ਨਾਲ ਤੁਸੀਂ ਬਾਈਕ 'ਤੇ ਘੁੰਮ ਰਹੇ ਸੀ? ਉਹ ਤਾਂ ਬਸ ਪਾਪਾ ਜੀ, ਮੇਰਾ ਕਾਲਜ ਦਾ ਦੋਸਤ ਹੈ। ਹਾਂਜੀ,
ਸੁਖੇ ਮੈਂ ਤੇਰੇ ਨਾਲ ਇੱਕ ਗੱਲ ਕਰਨ ਆਇਆ ਸੀ। ਹਾਂਜੀ ਬੋਲੋ। ਜਿਹੜਾ ਆਪਾਂ ਨੇ ਗੁੱਡੋ ਵਾਸਤੇ ਰਿਸ਼ਤਾ ਦੇਖਿਆ ਸੀ ਉਹ ਮੈਨੂੰ ਬੰਦੇ ਠੀਕ ਨਹੀਂ ਲੱਗੇ, ਨਾ ਨੁੱਕਰ ਜੀ ਕਰਦੇ ਸੀ। ਮੈਂ ਵੀ ਫਿਰ ਜਵਾਬ ਇਹ ਦੇਤਾ। ਜਵਾਬ ਮਤਲਬ? ਮਤਲਬ ਵਿਆਹ ਵਧੀਆ ਭਾਲਦੇ ਸੀ, ਆਹੀ ਦਾਜ ਦੂਜ ਉਹ ਤੇਰੇ 'ਚ ਇੰਨੀ ਗੁੰਜਾਇਸ਼ ਕਿੱਥੇ। ਪਰ ਤੂੰ ਫਿਕਰ ਨਾ ਕਰ, ਆਪਾਂ ਗੁੱਡੋ ਵਾਸਤੇ ਰਿਸ਼ਤਾ ਵਧੀਆ ਵੇਖਾਂਗੇ। ਉਹ ਬੰਦੇ ਤੇਰੀ ਪਹੁੰਚ ਤੋਂ ਬਾਹਰ ਸੀ। ਚੰਗਾ ਫਿਰ ਸੁੱਖਿਆ, ਮੈਂ ਚੱਲਦਾ। ਫੋਟੋ ਚ ਨਾ ਮੰਗਤਾ ਜਿਹਾ ਲੱਗਦਾ, ਇਹਦੇ ਨਾਲ ਤਾਂ ਵਧੀਆ ਫੋਟੋ ਆਧਾਰ ਕਾਰਡ ਤੇ ਹੁੰਦੀ ਹੈਗੀ। ਤੂੰ ਫੋਨ ਬਦਲ ਯਾਰ, ਐਂ ਕਰ ਤੂੰ ਆਈਫੋਨ ਲੈ ਲਾ। ਆਈਫੋਨ? ਹਾਂ। ਕਿੰਨੇ ਕਦਾ ਆਜੂ? ਆਜੂ 2,25,000 ਦਾ। 2,25,000 ਦਾ? ਹਾਂ। ਅੱਛਾ, ਹਾਂ ਹਾਂ। ਪੈਸੇ ਦਾ ਜਿਗੜ ਕੀ ਕਰਨਾ ਪੈਂਦਾ। ਪੈਸੇ? ਦੱਸ ਫਿਰ ਕਿਹੜੀ ਬੈਂਕ ਲੁੱਟਣੀ ਆ? ਸਾਲਾ ਚੋਰ ਜਿਹਾ, ਤੇਰੀ ਤਾਂ ਸ਼ਕਲ ਤੇ ਚੋਰ ਲਿਖਿਆ ਲੱਗਦਾ। ਸਾਲੇ ਮੈਂ ਮਿਹਨਤ ਮਜ਼ਦੂਰੀ ਦੀ ਗੱਲ ਕਰਦਾ, ਕਰ ਲਓ ਕੁਛ। ਸਣੇ ਬੰਦੇ ਦੇ ਮੰਨਦੇ ਵੀ ਹੈਗੇ। ਚੱਲ ਜਾਏ ਟਿੱਡੀ ਨੂੰ ਰਿਹਾ ਬਣਾਉਣੀ ਬਾਬਾ ਯਾਰ। ਉਹਾ ਵੀਰ ਯਾਰ, ਕਿੱਥੇ ਆ? ਦੁਕਾਨ ਨਹੀਂ ਖੋਲਣੀ, ਕਿੰਨਾ ਟਾਈਮ ਹੋ ਗਿਆ, ਐਂ ਕਰ ਗਿਆ ਤਰੱਕੀਆਂ। ਛੇਤੀ ਆ ਜਾ ਯਾਰ, ਆ ਜਾ।
ਕਵਿਤਾ ਪੁੱਤਰ ਕੀ ਕਰ ਰਹੇ ਹੋ ਤੁਸੀਂ? ਕੁਛ ਨਹੀਂ ਪਾਪਾ ਜੀ, ਆ ਜਾਓ। ਪੁੱਤਰ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ। ਹਾਂਜੀ ਪਾਪਾ ਜੀ। ਤੁਹਾਡੇ ਲਈ ਬਹੁਤ ਹੀ ਸੋਹਣਾ ਰਿਸ਼ਤਾ ਆਇਆ ਹੈ। ਪਰ ਪਾਪਾ ਜੀ, ਮੈਂ ਅਜੇ ਵਿਆਹ ਨਹੀਂ ਕਰਾਉਣਾ ਚਾਹੁੰਦੀ। ਪੁੱਤਰ ਜੀ, ਵਿਆਹ ਤਾਂ ਕਰਵਾਉਣਾ ਹੀ ਹੁੰਦਾ ਹੈ। ਹੁਣ ਤਾਂ ਸੁੱਖ ਨਾਲ ਤੁਹਾਡੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਹੈ। ਪੁੱਤਰ ਜੀ, ਮੈਂ ਤੁਹਾਡਾ ਬਾਪ ਹਾਂ, ਤੁਹਾਡਾ ਭਲਾ ਹੀ ਚਾਹੁੰਦਾ। ਪਾਪਾ ਜੀ, ਪਰ ਇਹਦੇ 'ਚ ਮੇਰਾ ਕੋਈ ਭਲਾ ਨਹੀਂ ਹੈ। ਇਹ ਵਿਆਹ ਕਰਾ ਕੇ ਮੈਂ ਕਦੀ ਖੁਸ਼ ਨਹੀਂ ਰਹਿ ਸਕਦੀ। ਪੁੱਤਰ ਜੀ, ਖੁਸ਼ ਕਿਉਂ ਨਹੀਂ ਰਹੋਗੇ? ਵਧੀਆ ਪਰਿਵਾਰ ਹੈ, ਪੈਸਾ ਹੈ, ਕੋਠੀਆਂ, ਕਾਰਾਂ ਨੇ। ਪਾਪਾ ਜੀ, ਤੁਸੀਂ ਉਮਰ ਅਤੇ ਤਜ਼ਰਬੇ 'ਚ ਮੇਰੇ ਤੋਂ ਬਹੁਤ ਵੱਡੇ ਹੋ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿੱਥੇ ਪਿਆਰ ਹੁੰਦਾ ਨਾ, ਉੱਥੇ ਪੈਸਾ, ਕੋਠੀਆਂ, ਕਾਰਾਂ ਇਹ ਕੁਛ ਮੈਟਰ ਨਹੀਂ ਕਰਦਾ। ਜੇ ਮੈਟਰ ਕਰਦਾ ਤਾਂ ਸਿਰਫ ਪਿਆਰ। ਪਿਆਰ? ਹਾਂਜੀ ਪਾਪਾ ਜੀ, ਮੈਂ ਤੁਹਾਨੂੰ ਦੱਸਣਾ ਹੀ ਚਾਹੁੰਦੀ ਸੀ ਕਿ ਮੈਂ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ, ਜਿਹਦਾ ਨਾਮ ਹੈ ਹਰਵੀਰ। ਹਰਵੀਰ? ਕੌਣ ਹਰਵੀਰ? ਉਹੀ ਬਾਈਕ ਵਾਲਾ ਮੁੰਡਾ? ਹਾਂਜੀ ਪਾਪਾ ਜੀ। ਪਾਪਾ ਜੀ, ਅਸੀਂ ਪਿਛਲੇ 4 ਸਾਲ ਤੋਂ ਇੱਕ ਦੂਸਰੇ ਨੂੰ ਜਾਣਦੇ ਹਾਂ। ਅਸੀਂ ਇੱਕ ਦੂਸਰੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਕਵਿਤਾ, ਪੁੱਤਰ ਮੈਂ ਤੁਹਾਨੂੰ ਕਾਲਜ ਪੜ੍ਹਾਈ ਲਿਖਾਈ ਵਾਸਤੇ ਭੇਜਿਆ ਸੀ। ਪੜ੍ਹ ਲਿਖ ਤੇ ਆਪਣੀ ਜ਼ਿੰਦਗੀ ਬਣਾ, ਤੂੰ ਸਭ ਇਹ ਕੁਛ? ਹਾਂ ਫਿਰ ਪਾਪਾ, ਪੜ੍ਹ ਲਿਖ ਲਿਆ, ਚੰਗੀ ਜ਼ਿੰਦਗੀ ਵੀ ਬਣ ਗਈ, ਅਤੇ ਜੇ ਉੱਥੇ ਹੀ ਮੈਨੂੰ ਮੇਰਾ ਜੀਵਨ ਸਾਥੀ ਮਿਲ ਗਿਆ ਤਾਂ ਇਸ ਤੋਂ ਵੱਧ ਵਧੀਆ ਹੋਰ ਕੀ ਹੋ ਸਕਦਾ। ਜੀਵਨ ਸਾਥੀ? ਹਾਂਜੀ ਪਾਪਾ ਜੀ। ਪਾਪਾ ਜੀ, ਉਹ ਮੁੰਡਾ ਬਹੁਤ ਚੰਗਾ, ਟਰੱਸਟ ਮੀ, ਮੈਨੂੰ ਬਹੁਤ ਪਿਆਰ ਕਰਦਾ। ਤੁਸੀਂ ਉਹਨੂੰ ਇੱਕ ਵਾਰ ਮਿਲ ਲਓ, ਤੁਸੀਂ ਖੁਦ ਕਹੋਗੇ ਕਿ ਮੁੰਡਾ ਬਹੁਤ ਚੰਗਾ। ਪਲੀਜ਼ ਪਾਪਾ ਜੀ, ਮੇਰੇ ਕਹੇ 'ਤੇ ਪਲੀਜ਼। ਠੀਕ ਹੈ ਪੁੱਤਰ, ਤੇਰੀ ਖੁਸ਼ੀ ਲਈ ਮਿਲ ਲੈਂਦਾ। ਬਟ ਪਾਪਾ ਜੀ, ਨੋ ਇਫ ਨੋ ਬਟ, ਤੁਸੀਂ ਹਾਂ ਕਰ ਦਿਓ ਫਟਾਫਟ ਪਲੀਜ਼। ਠੀਕ ਹੈ ਪੁੱਤਰ, ਜਿਵੇਂ ਤੇਰੀ ਖੁਸ਼ੀ, ਖੁਸ਼ ਰਹਿ। ਪਾਪਾ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਵੈਰੀ ਮੱਚ। ਸਾਲਾ ਮਰਤ ਨਹੀਂ ਗਿਆ ਕਿਤੇ? ਨਾ ਜਨਾਬ, ਬੇਹੋਸ਼ ਹੋਇਆ। ਹੈਲੋ, ਹਾਂ ਆ ਜਨਾਬ ਨਾਲ ਗੱਲ ਕਰ।
ਹੈਲੋ ਹੈਲੋ ਹਰਵੀਰ ਹਾਂਜੀ ਇੱਕ ਖੁਸ਼ਖਬਰੀ ਹੈ ਵਾਹ ਕਿਹੜੀ ਖੁਸ਼ਖਬਰੀ ਅੱਜ ਸਵੇਰੇ ਨਾ ਪਾਪਾ ਜੀ ਨੇ ਆਪਾਂ ਨੂੰ ਬਾਈਕ ਤੇ ਇਕੱਠਿਆਂ ਨੂੰ ਦੇਖ ਲਿਆ ਸੀ ਆਪਾਂ ਨੂੰ ਇਕੱਠਿਆਂ ਵੇਖ ਲਿਆ ਤੇ ਨਾਲੇ ਕੋਈ ਖੁਸ਼ਖਬਰੀ ਹੈ ਕੱਲ ਤੁਹਾਨੂੰ ਨਾ ਪਾਪਾ ਮਿਲਣਾ ਚਾਹੁੰਦੇ ਆ ਮੈਨੂੰ ਮਿਲਣਾ ਚਾਹੁੰਦੇ ਨੇ ਮੈਂ ਪਾਪਾ ਨੂੰ ਆਪਣੇ ਦੋਵਾਂ ਬਾਰੇ ਨਾ ਸਭ ਕੁਝ ਦੱਸ ਦਿੱਤਾ ਸੱਚੀ ਮੁੱਚੀ ਇੰਨੀ ਦਲੇਰੀ ਕਵਿਤਾ ਦਲੇਰੀ ਤਾਂ ਹੁਣ ਦਿਖਾਣੀ ਪੈਣੀ ਸੀ ਨਾ ਮਤਲਬ ਕਿਵੇਂ ਬਸ ਕੁਛ ਨੀ ਤੁਸੀਂ ਕੱਲ ਨਾ ਘਰ ਆ ਜਾਓ ਯਾਰ ਪਰ ਮੈਂ ਅੰਕਲ ਨੂੰ ਫੇਸ ਕਿਵੇਂ ਕਰੂੰ ਤੁਸੀਂ ਮੇਰੇ ਨਾਲ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਹੋਰ ਮੈਂ ਦੇਵਦਾਸ ਵਾਲਾ ਦੇਵ ਥੋੜੀ ਬਣਨਾ ਬਸ ਫਿਰ ਪਾਪਾ ਨੂੰ ਤਾਂ ਫੇਸ ਕਰਨਾ ਹੀ ਪੈਣਾ ਨਾ ਕਰ ਲਾਂਗੇ ਫਿਰ ਫੇਸ ਐਡੀ ਵੀ ਕੀ ਗੱਲ ਹੈ ਚਲੋ ਚੰਗਾ ਫਿਰ ਮਿਲਦੇ ਹਾਂ ਕੱਲ ਨੂੰ ਠੀਕ ਹੈ ਓਕੇ ਓਕੇ ਬੱਲੇ ਮੇਰਾ ਗੋਲੀਬਾਰੀ ਆਇਆ ਤੇਰੇ ਬਿਨਾਂ ਤਾਂ ਪਿੰਡ ਦੀਆਂ ਰੌਣਕਾਂ ਹੀ ਸੁਣਦੀਆਂ ਸੀ ਨਾਲੇ ਮੈਨੂੰ ਪਤਾ ਸੀ ਤੇ ਕੋਈ ਵੀ ਥਾਣੇ ਦੀ ਦੀਵਾਰ ਮੇਰੇ ਬਾਈ ਨੂੰ ਰੋਕ ਨਹੀਂ ਸਕਦੀ ਥਾਣਾ ਤੇ ਬਾਈ ਠੀਕ ਤਾਰੂ ਬਣਾਈ ਪੀਏਗਾ ਮੈਂ ਹੁਣੇ ਲਿਆਉਣਾ ਤੇ ਭਾਈ ਮੈਂ ਸਪੈਸ਼ਲ ਨਾ ਤੇਰੇ ਵਾਸਤੇ ਰੱਖੀ ਪਹਿਲੇ ਤੋੜ ਦੀ ਲੈ ਭਾਈ ਮੈਂ ਤੈਨੂੰ ਪਾ ਕੇ ਦਿੰਦਾ ਗਲਤੀ ਹੋ ਗਈ ਮੈਥੋਂ ਮੈਂ ਕਰਨਾ ਨਹੀਂ ਥਾਣੇਦਾਰ ਨੇ ਮੈਨੂੰ ਧਮਕਾਇਆ ਤੇ ਸਾਲਾ ਮੇਰੇ ਮੂੰਹ ਚੋਂ ਹੱਗ ਹੋ ਗਿਆ ਬਾਈ ਮਾਫ਼ ਕਰ ਦੇ ਬਾਈ ਬਾਈ ਮਾਫ਼ ਕਰ ਦੇ ਗਲਤੀ ਹੋ ਗਈ
ਜਾਗ। ਹੈਲੋ, ਪਾਪਾ ਜੀ, ਇਹ ਹਰਵੀਰ। ਬੈਠੋ ਜੈਂਟਲਮੈਨ। ਸੋ ਮਿਸਟਰ, ਤੁਹਾਡੇ ਘਰ 'ਚ ਕੌਣ ਕੌਣ ਹੈ? ਮੰਮੀ ਡੈਡੀ ਅਤੇ ਮੈਂ ਆ ਜੀ। ਕੀ ਕਰਦੇ ਹੋ ਤੁਸੀਂ? ਅੰਕਲ, ਮੈਂ MA BEd ਪਾਸ ਹਾਂ ਜੀ, ਔਰ ਮੇਰਾ ਟੈਟ ਵੀ ਕਲੀਅਰ ਹੈ ਜੀ। ਬਸ ਬਹੁਤ ਜਲਦੀ ਮੈਂ ਜੋਬ 'ਤੇ ਵੀ ਲੱਗ ਜੂੰਗਾ ਜੀ। ਮਤਲਬ ਹਜੇ ਵਿਹਲੇ ਹੀ ਹੋ? ਨਹੀਂ ਨਹੀਂ ਪਾਪਾ ਜੀ, ਹਰਵੀਰ ਬਹੁਤ ਇੰਟੈਲੀਜੈਂਟ ਨੇ, ਥੋੜ੍ਹੇ ਟਾਈਮ ਤੱਕ ਇਹਨਾਂ ਦੀ ਜੋਬ ਲੱਗ ਜਾਣੀ ਹੈ। ਦੇਖ ਕਵਿਤਾ, ਮੈਂ ਗੱਲ ਕਰ ਰਿਹਾ ਨਾ। ਸੋ ਮਿਸਟਰ, ਕੀ ਨਾਮ ਦੱਸਿਆ ਤੁਸੀਂ ਆਪਣਾ? ਪਾਪਾ ਜੀ, ਹਰਵੀਰ। ਸੋ ਮਿਸਟਰ, ਮੈਂ ਇੱਕ ਕੁੜੀ ਦਾ ਪਿਓ ਹਾਂ। ਹਾਂਜੀ। ਕਿਹੜਾ ਪਿਓ ਚਾਹੂਗਾ ਕਿ ਆਪਣੀ ਕੁੜੀ ਦਾ ਰਿਸ਼ਤਾ ਇੱਕ ਬੇਰੁਜ਼ਗਾਰ ਨਾਲ ਕਰੇ? ਪਰ ਮੈਂ ਤੈਨੂੰ ਇੱਕ ਸਾਲ ਦਾ ਸਮਾਂ ਦਿੰਦਾ, ਜੇਕਰ ਤੂੰ ਇੱਕ ਸਾਲ 'ਚ ਕੁਛ ਕਰ ਲਿਆ ਤਾਂ ਠੀਕ, ਨਹੀਂ ਤਾਂ ਕਵਿਤਾ ਨੂੰ ਭੁੱਲ ਜੀ। ਪਾਪਾ ਜੀ, ਚੁੱਪ। ਪਰ ਅੰਕਲ, ਤੁਸੀਂ ਜਾ ਸਕਦੇ ਹੋ। ਸਾਡੇ ਪਿੰਡ ਕੁੰਦਨ ਕੇ ਲੈਣ ਚੋ ਨੀ ਕਮਲਾ ਹੋਇਆ ਹੈ, ਛਾਲ ਕਿਉਂ ਮਾਰਨ ਲੱਗਿਆ ਸੀ? ਚੱਪਲ ਪਾ ਪਹਿਲਾਂ, ਚੱਪਲ ਪਾ ਕੇ ਮਿਣਾ। ਕੀ ਹੋਇਆ? ਚੱਲ ਉਧਰ ਬੈਠ ਕੇ ਦੱਸ ਮੈਨੂੰ। ਇੱਧਰ ਬਾਈ, ਜਦੋਂ ਲੋਕਾਂ ਦੀਆਂ ਗੰਦੀਆਂ ਨਜ਼ਰਾਂ ਘਰ ਦੀਆਂ ਕੰਧਾਂ ਚੀਰਨ ਤੱਕ ਜਾਂਦੀਆਂ ਨੇ, ਤੇ ਉਸੇ ਘਰ ਵਿੱਚ ਬਿਮਾਰ ਮਾਂ ਆਪਣੀ ਜਵਾਨ ਧੀ ਦੇ ਫਿਕਰਾਂ ਵਿੱਚ ਮੈਥੋਂ ਦੇਖ ਹੀ ਨਹੀਂ ਜਾਂਦੀ, ਇਸ ਤੋਂ ਤਾਂ ਬੰਦਾ ਮਰਿਆ ਹੀ ਚੰਗਾ ਯਾਰ।
ਬੜਾ ਸੋਹਣਾ ਹੱਲ ਦੇ ਕੇ ਚੱਲਿਆ ਪਰਿਵਾਰ ਨੂੰ ਹੈ। ਉਹ ਜਿਹੜੀਆਂ ਗੰਦੀਆਂ ਨਜ਼ਰਾਂ ਤੇਰੇ ਡਰ ਕਰਕੇ ਘਰੋਂ ਬਾਹਰ ਰੁਕ ਜਾਂਦੀਆਂ, ਤੇਰੇ ਜਾਣ ਮਗਰੋਂ ਤਾਂ ਉਹਨਾਂ ਨੂੰ ਡਰ ਹੀ ਕੋਈ ਨਹੀਂ ਰਹਿਣਾ। ਉਹ ਮਰਨਾ ਕੋਈ ਹੱਲ ਨਹੀਂ ਹੈਗਾ ਵੀਰੇ। ਜਦੋਂ ਪਰਿਵਾਰ ਦੇ ਵਿੱਚ ਕੋਈ ਤੰਗੀ ਮੁਸੀਬਤ ਆ ਜੇ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ। ਯਾਰ ਮਿਹਨਤ ਮਜ਼ਦੂਰੀ ਬਹੁਤ ਕੀਤੀ ਹੈ ਮੈਂ, ਪਰ ਕੁਛ ਪੱਲੇ ਨਹੀਂ ਪਿਆ। ਥੱਕ ਹਾਰ ਕੇ ਆ ਕੁਛ ਦਿਨ ਪਹਿਲਾਂ ਮੈਂ ਗੰਨੇ ਦੀ ਜੂਸ ਰੇੜੀ ਲਾਈ ਆ, ਪਰ ਉੱਥੇ ਕੁਛ ਮੁਲਾਜ਼ਮ ਆਉਂਦੇ ਨੇ, ਧਮਕੀ ਦਿੰਦੇ ਨੇ ਤੇਰੀ ਰੇੜੀ ਚੁਕਾ ਦੇਣੀ ਆ, ਕਈ ਪੈਸੇ ਨਹੀਂ ਦਿੰਦੇ ਯਾਰ। ਜਿਹੜੇ ਪੈਸੇ ਦੇ ਕੇ ਜਾਂਦੇ ਆ, ਜਾਂਦੇ ਜਾਂਦੇ ਇਹ ਗੱਲ ਕਹਿ ਜਾਂਦੇ ਆ ਲੁੱਟ ਕਿੰਨੀ ਮਚਾਈ ਆ। ਯਾਰ ਤੂੰ ਹੀ ਦੱਸ ਵੀਰੇ ਮੈਂ ਕਰਾਂ ਤੇ ਕੀ ਕਰਾਂ ਯਾਰ। ਜੇ ਕਿਤੇ ਮੈਂ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਹੁੰਦਾ ਨਾ ਤਾਂ ਉਹਨੂੰ ਨਾ ਕਿਤੇ ਨੌਕਰੀ ਲੱਗੇ ਹੋਣਾ ਸੀਗਾ। ਤੈਨੂੰ ਇਹ ਲੱਗਦਾ ਵੀ ਪੜ੍ਹ ਲਿਖ ਕੇ ਚੰਗੀ ਨੌਕਰੀ ਲੱਗ ਜਾਣਾ ਸੀ? ਇੱਧਰ ਵੇਖ, ਐਮ ਏ ਬੀ ਐਡ ਟੈਟ ਕਲੀਅਰ ਆ, ਕੋਈ ਸਾਲੀ ਨੌਕਰੀ ਨੁਕਰੀ ਨਹੀਂ ਮਿਲੀ, ਆ ਫਿਰਦਾ ਵਿਹਲਾ। ਉਹ ਨੌਕਰੀ ਲੱਗਣ ਲਈ ਵੀ ਮੰਤਰੀ ਦਾ ਮੁੰਡਾ ਹੋਣਾ ਜ਼ਰੂਰੀ ਹੈ। ਕਸੂਰ ਤੇਰਾ ਨਹੀਂ ਹੈਗਾ ਦੋਸਤ, ਨਾ ਹੀ ਮੇਰਾ, ਕਸੂਰ ਹੈਗਾ ਸਾਡੇ ਸਿਸਟਮ ਦਾ, ਜਿਹੜਾ ਮੇਰੀ ਪੜ੍ਹਾਈ ਦਾ ਅਤੇ ਤੇਰੀ ਮਜ਼ਦੂਰੀ ਦਾ ਮੁੱਲ ਨਹੀਂ ਪਾ ਸਕਦਾ। ਪਰ ਕੀ ਕਰੀਏ ਯਾਰ, ਕੀ ਕਰਨਾ ਇਸ ਸਿਸਟਮ ਦਾ ਆਪਾਂ। ਜੇ ਆਪਾਂ ਇਹ ਸਿਸਟਮ ਨਹੀਂ ਬਦਲ ਸਕਦੇ, ਆਪਾਂ ਉਹ ਜਗ੍ਹਾ ਤਾਂ ਬਦਲ ਸਕਦੇ ਹਾਂ ਜਿੱਥੇ ਆ ਸਿਸਟਮ ਹੀ ਨਾ ਹੋਵੇ। ਕੀ ਮਤਲਬ, ਸਮਝਿਆ ਨਹੀਂ ਮੈਂ। ਲੈ ਬਈ, ਕੈਨੇਡਾ ਕੈਨੇਡਾ ਜਾਣਾ। ਓ ਬਾਈ, ਕੈਨੇਡਾ ਜਾਣ ਵਾਸਤੇ ਨਾ ਬੰਦਾ ਪੜ੍ਹਿਆ ਲਿਖਿਆ ਅਤੇ ਪੈਸੇ ਵਾਲਾ ਹੋਣਾ ਚਾਹੀਦਾ, ਪਰ ਮੇਰੇ ਕੋਲ ਦੋਨਾਂ ਵਿੱਚ ਇੱਕ ਵੀ ਚੀਜ਼ ਨਹੀਂ। ਹੌਸਲਾ ਮਜ਼ਬੂਤ ਹੋਣਾ ਚਾਹੀਦਾ, ਰਾਹ ਤਾਂ ਫਿਰ ਆਪੇ ਲੱਭ ਜਾਂਦੇ ਆ। ਨਾਲੇ ਜੇ ਇਕੱਠਿਆਂ ਨੂੰ ਰਾਹ ਦਿਸਿਆ ਨਾ ਤਾਂ ਇਕੱਠੇ ਚੱਲਾਂਗੇ, ਨਜ਼ਾਰਾ ਆਊਗਾ। ਸੋਚ ਲੈ। ਹੁਣ ਤਾਂ ਸੋਚ ਲਿਆ ਬਾਈ, ਹੁਣ ਨਹੀਂ ਮੁੜਦੇ ਯਾਰ। ਓ ਮਿੱਤਰਾ ਨੂੰ ਫੜ ਕੇ ਨਿਛੋ, ਓ ਪਾਵੇ ਹੌਲੀ ਚਲਾ ਯਾਰ, ਬਾਲੇ ਹਲੋਲੇ ਜੇ ਮਾਰੀ ਜਾਂਦੇ ਯਾਰ। ਓਏ 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 ਰੁਕ ਰੁਕ ਕਿਉਂ ਰੁਕੀ ਹੈ? ਤੂੰ, ਤੈਨੂੰ ਮੈਂ ਕਦੋਂ ਤੱਕ ਲੱਭੀ ਜਾਣਾ, ਤੇਰਾ ਫੋਨ ਵੀ ਬੰਦ ਹੈ। ਬੀਹਰ ਭਾਂਦੀ ਆ ਗਿਆ, ਕੱਲਾ ਕੱਲਾ 20 ਰੁਪਏ ਜਾਂਦਾ ਲੈ। ਤੇਰੇ ਤੇ ਤਾਂ ਗਾਣਾ ਬਣਨਾ ਚਾਹੀਦਾ, ਇੰਸਟਾਗ੍ਰਾਮ ਤੇ ਰੀਲ ਪੈਣੀ ਚਾਹੀਦੀ ਆ, ਪੱਕਾ ਵਾਇਰਲ ਹੋਊਗੀ ਪੱਕਾ। ਮਸ਼ੂਕਾ ਤਾਂ ਐਵੇਂ ਹੀ ਬਦਨਾਮ ਨੇ, ਧੋਖੇਬਾਜ਼ ਨੇ ਯਾਰ ਅੱਜ ਕੱਲ ਦੇ, ਕਰੋ ਨਾ ਐਤ ਬਾਹਰ ਮਿੱਤਰੋ। ਓ ਚੁੱਪ ਕਰ, ਬੋਲਣ ਲੱਗੇ ਦੇਖਤਾ ਲਿਆ ਕਰ ਕੁਛ। ਵੀਰੇ ਕੀ ਹਾਲ ਹੈ? ਠੀਕ ਹੈ ਵੀਰੇ, ਕੀ ਹਾਲ ਹੈ? ਵਧੀਆ, ਮੇਰਾ ਗੁੱਸਾ ਐਵੇਂ ਹੀ ਹੈ, ਠੀਕ ਹੈ। ਖਾਵਣਾ ਘੈਂਟ ਯਾਰ, ਸਨੀ ਕਰ, ਬਹੁਤ ਵਧੀਆ ਹੈ। ਆ ਸੱਤਾ ਵਾ ਆਪਣਾ, ਮੇਰੇ ਨਾਲ ਹੀ ਹੁੰਦਾ ਵਾ। ਅੱਛਾ, ਤੇਰੇ ਨਾਲ ਹੁੰਦਾ? ਓਕੇ ਓਕੇ ਓਕੇ, ਠੀਕ ਹੈ ਠੀਕ ਹੈ। ਤੇ ਆ ਬਾਈ, ਚੱਲ ਤੂੰ ਆਪਾਂ ਸਵੇਰੇ ਮਿਲਦੇ ਹਾਂ। ਹਾਂ ਹਾਂ, ਜੂਸ ਦਾ ਗਲਾਸ ਦੂੰਗਾ ਭਰ ਭਰ ਕੇ। ਹਾਂ ਹਾਂ, ਭਰ ਕੇ ਬੜਾ ਗਲਾਸ। ਤੂੰ ਕੱਲਾ ਕੱਲਾ ਪੀ ਗਿਆ। ਹੁਣ ਐ ਕਰੋ, ਆਪਾਂ ਚੱਲੀਏ, ਆਓ ਤੁਹਾਨੂੰ ਥੋੜਾ ਜਿਹਾ ਮੈਂ ਆਨੰਦ ਝੂਟੇ ਦਵਾਂ, ਬੈਠੋ ਕਰਾਂ। ਆ ਫੜੀ ਇੱਕ ਮਿੰਟ, ਮੈਨੂੰ ਬਹਿ ਜਾਣ ਦੇ।
ਲਿਆ ਫੜਾ ਮੈਨੂੰ। ਅੱਛਾ ਮਤਲਬ ਇਕੱਠੇ ਹੀ ਕੰਮ ਕਰਦੇ ਹੋ? ਆਹੋ ਬਾਈ। ਵਧੀਆ 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 ਬੰਦਾ ਹੈ। ਬੈਜਾ ਭਰਾਵਾ ਬੈਜਾ। ਇਹ ਬੋਲਦੇ ਨਹੀਂ ਬਾਈ। ਬੈਜਾ ਮਾਰ ਕੇ ਸ਼ਾਲਾ। ਲਓ ਵੀ ਮੁੰਡੋ ਬਹਿ ਜਾਓ ਕਰਾ ਫੜ ਕੇ। ਹੈ ਲੈ ਬੀਹਰ ਤਾਂ ਫੜਾ ਦੇ। ਘੱਟ ਪੀ। ਕੋਈ ਨਾ ਆਪ ਤਾਂ ਕੱਲਾ ਕੱਲਾ ਪੀ ਜਾਣਾ ਮੇਰੀ ਵਾਰ ਨੂੰ। ਉਹ ਭਰਾਵਾ ਅਜੇ ਸ਼ੁਰੂ ਕੀਤੀ ਆ। ਤੇ ਸ਼ੁਰੂ ਕੀਤੀ ਤੇ ਫੋਨ ਕਦੇ ਬੰਦ ਕੀਤਾ ਹੋਇਆ ਸੀ? ਮੈਂ ਫੋਨ ਲਈ ਗਿਆ ਤੇਰੇ ਲੱਭੀ ਗਿਆ। ਉਹ ਚੁੱਪ ਕਰੋਗੇ ਮੈਂ ਤੋਰਾ। ਚਲੋ ਬਾਈ ਚਲੋ। ਘੱਟ ਪੀਓ ਘੱਟ ਪੀ ਥੋੜੀ। ਤੈਨੂੰ ਕੀ ਹਜੇ ਤਾਂ ਇੱਕ ਬੋਤਲ ਹੋਰ ਫੜਦੀ ਆ। ਹੁਣ ਬੋਤਲ ਫੜਦੀ ਆ ਆਪਣੀ। ਤੈਨੂੰ ਹੁਣ ਦੱਸਦਾ। ਪੁੱਤ ਬੜੇ ਸਹੀ ਟਾਈਮ ਤੇ ਆਇਆ। ਆ ਜਾ ਰੋਟੀ ਖਾ ਲੈ। ਹਜਮੀ ਤੁਸੀਂ ਬਾਰੀ ਚੁੱਲਾ ਚਾੜ ਰੱਖਿਆ ਕੀ ਗੱਲ? ਆਹੋ ਅੱਜ ਨਾ ਮੇਰਾ ਜੀ ਜਿਹਾ ਕਰ ਗਿਆ। ਮੈਂ ਕਿਹਾ ਖੁੱਲੀ ਹਵਾ ਚ ਰੋਟੀ ਬਣਾਵਾਂ। ਮੰਮੀ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ। ਹਾਂ ਹਾਂ ਪੁੱਤ ਕੀ ਗੱਲ ਕਰਨੀ ਹੈ? ਮੰਮੀ ਆ ਜੌਬ ਦੇ ਪੇਪਰ ਨਾ ਹੁਣ ਮੈਂ ਹੋਰ ਨਹੀਂ ਦੇਣੇ। ਮੈਂ ਮਨ ਬਣਾ ਲਿਆ ਮੈਂ ਬਾਹਰ ਜਾਊਂਗਾ। ਲੈ ਦੱਸ ਪੁੱਤ ਤੂੰ ਸਾਡਾ ਇਕੱਲਾ ਇਕੱਲਾ ਮੁੰਡਾ ਤੂੰ ਬਾਹਰ ਚਲਾ ਜਾਏਗਾ। ਅਸੀਂ ਕਿਵੇਂ ਰਵਾਂਗੇ ਇੱਥੇ? ਅਸੀਂ ਕਿਵੇਂ ਰਵਾਂਗੇ ਤੇਰੇ ਬਗੈਰ? ਮੰਮੀ ਕੁਛ ਪਾਉਣ ਲਈ ਤੰਗੀ ਤਾਂ ਦੇਖਣੀ ਪੈਂਦੀ ਆ। ਨਾਲੇ ਮੈਂ ਕਿਹੜਾ ਸਾਰੀ ਉਮਰ ਰਹਿਣਾ ਇੱਥੇ? ਨਾਲੇ 2 ਸਾਲ ਦੀ ਤਾਂ ਗੱਲ ਹੈ। ਮੈਂ ਕਿਹੜਾ ਸਾਰੀ ਜ਼ਿੰਦਗੀ ਉੱਥੇ ਰਹਿਣਾ ਫਿਰ ਵਾਪਸ ਹੀ ਆ ਜਾਣਾ ਤੁਹਾਡੇ ਕੋਲ? 2 ਸਾਲ ਬਹੁਤ ਹੁੰਦੇ ਆ। ਅਸੀਂ ਕਿਵੇਂ ਰਵਾਂਗੇ ਤੇਰੇ ਬਗੈਰ? ਤੂੰ ਇੱਥੇ ਹੀ ਕੋਈ ਕੰਮ ਕਰ ਲੈ। ਉਹ ਥੋੜੀ ਘੱਟ ਖਾ ਲਾਂਗੇ ਪਰ ਤੂੰ ਸਾਡੇ ਸਾਹਮਣੇ ਤਾਂ ਰਹੇਗਾ। ਮੰਮੀ ਕੀ ਕਰਾਂ ਇੱਥੇ ਮੈਂ? ਦਿਹਾੜੀਆਂ ਕਰਨ ਲੱਗ ਜਾ ਹੁਣ। 30 ਸਾਲ ਹੋ ਗਏ ਮੰਮੀ ਮੈਨੂੰ ਪੜ੍ਹਦੇ ਨੂੰ। ਹਾਲੇ ਤੱਕ ਕੋਈ ਨੌਕਰੀ ਨਹੀਂ ਮਿਲੀ ਮੈਨੂੰ ਮੇਰੀ ਪੜ੍ਹਾਈ ਦੇ ਮੁਤਾਬਕ। ਅਸਲ 'ਚ ਨਾ ਆਪਣੇ ਦੇਸ਼ ਦਾ ਸਾਰਾ ਤਾਣਾ ਬਾਣਾ ਹੀ ਉਲਝਿਆ ਹੋਇਆ। ਇੱਥੇ 5 ਪੜ੍ਹਿਆ ਜਿਹੜੇ ਮੰਤਰੀ ਲੱਗੀ ਜਾਂਦੇ ਆ ਅਤੇ PhD ਵਾਲੇ ਜੂਸ ਦੀਆਂ ਰੇੜੀਆਂ ਲਾਉਂਦੇ ਆ। ਅੰਮੀ ਮੈਂ ਮਨ ਬਣਾ ਲਿਆ ਮੈਂ ਤਾਂ ਬਾਹਰ ਹੀ ਜਾਊਂਗਾ। ਠੀਕ ਹੈ ਠੀਕ ਹੈ ਪੁੱਤ ਮੈਂ ਤੇਰੇ ਦਿਲ ਦੀ ਗੱਲ ਨੂੰ ਸਮਝ ਸਕਦੀ ਹਾਂ। ਤੂੰ ਜਿਵੇਂ ਕਹੇਗਾ ਆਪਾਂ ਉਵੇਂ ਹੀ ਕਰ ਲਾਂਗੇ। ਠੀਕ ਮੈਂ ਤੇਰੇ ਡੈਡੀ ਨਾਲ ਗੱਲ ਕਰਦੀ ਹਾਂ ਦੇਖਦੇ ਹਾਂ ਕੀ ਕਹਿੰਦੇ ਨੇ। ਠੀਕ ਹੈ ਠੀਕ ਚੱਲ ਮੈਂ ਰੋਟੀ ਪਾਉਂਦੀ ਹਾਂ। ਹਾਂਜੀ ਗੁੱਡੋ ਜਾ ਪੁੱਤ ਪਾਣੀ ਲਿਆ। ਬੇਬੇ ਹੁਣ ਨਾ ਆਪਾਂ ਘਰ ਦੇ ਸਾਰੇ ਗਰੀਬੇ ਚੱਕ ਦੇਣੀਆਂ ਨਾਲੇ ਤੇਰਾ ਇਲਾਜ ਕਿਸੇ ਚੰਗੇ ਡਾਕਟਰ ਤੋਂ ਕਰਾਵਾਂਗੇ ਤੇ ਗੁੱਡੋ ਦਾ ਵਿਆਹ ਤਾਂ ਬੜੀ ਧੂਮਧਾਮ ਨਾਲ ਕਰਾਂਗੇ। ਮੈਂ ਨਾ ਹੁਣ ਬਾਹਰ ਜਾਣ ਦਾ ਫੈਸਲਾ ਕਰ ਲਿਆ। ਉੱਥੇ ਜਾਊਂ ਤੇ ਉੱਥੇ ਕੰਮ ਕਰੂੰ। ਪੁੱਤ ਬਾਹਰ? ਪਰ ਤੈਨੂੰ ਤਾਂ ਆਪਣੇ ਘਰ ਦੇ ਹਾਲਾਤਾਂ ਦਾ ਪਤਾ ਨਾ, ਪਰ ਆਪਾਂ ਇੰਨੇ ਪੈਸੇ ਕਿੱਥੋਂ ਲੈ ਕੇ ਆਵਾਂਗੇ? ਵੀਰੇ ਜੇ ਤੂੰ ਬਾਹਰ ਚਲਾ ਗਿਆ ਤਾਂ ਸਾਡਾ ਕੀ ਹੋਏਗਾ? ਅਸੀਂ ਤਾਂ ਇਕੱਲੀਆਂ ਰਹਿ ਜਾਂਗੀਆਂ ਨਾ। ਨਾਲੇ ਤੈਨੂੰ ਪਤਾ ਬੇਬੇ ਤਾਂ ਪਹਿਲਾਂ ਹੀ ਬਿਮਾਰ ਰਹਿੰਦੀ ਆ। ਉਹ ਗੁੱਡੂ ਪੁੱਤ 2 ਸਾਲਾਂ ਦੀ ਗੱਲ ਆ, 2 ਸਾਲ ਕਿਵੇਂ ਲੰਘ ਜਾਣੇ ਆ ਪਤਾ ਵੀ ਨਹੀਂ ਲੱਗਣਾ। ਬਾਕੀ ਰਹੀ ਗੱਲ ਬੇਬੇ ਪੈਸਿਆਂ ਦੀ, ਵਾਹਿਗੁਰੂ ਆਪੇ ਹੀ ਭਲੀ ਕਰੂਗਾ। ਹੈਲੋ ਹਰਵੀਰ,
ਯਾਰ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਨਹੀਂ ਮੈਂ ਨਾ ਗੱਲ ਮਿਲ ਕੇ ਕਰਨੀ ਆ। ਤੁਸੀਂ ਇੰਜ ਕਰੋ, ਮੇਰੇ ਕਾਲਜ ਦੇ ਬਾਹਰ ਜਿਹੜਾ ਬਾਰ ਕੈਫੇ ਹੈ ਨਾ, ਤੁਸੀਂ ਉਹਦੇ ਕੋਲ ਆ ਜਾਓ, ਆਪਾਂ ਉੱਥੇ ਬੈਠ ਕੇ ਹੀ ਸਾਰੀ ਗੱਲ ਕਰਦੇ ਹਾਂ। ਚੰਗਾ, ਆਪਾਂ ਮਿਲਦੇ ਹਾਂ। ਓਕੇ। ਹਾਂਜੀ, ਕਿੱਦਾਂ? ਅੱਛਾ ਹੁਣ ਦੱਸੋ ਕੀ ਗੱਲ ਕਰਨੀ ਸੀ। ਆਈ ਐਮ ਸੌਰੀ। ਸੌਰੀ? ਸੌਰੀ ਕਿਹੜੀ ਗੱਲ ਦੀ? ਪਾਪਾ ਨੇ ਤੁਹਾਡੇ ਨਾਲ ਬਿਲਕੁਲ ਚੰਗਾ ਬਿਹੇਵ ਨਹੀਂ ਕੀਤਾ। ਯਾਰ ਐਡੀ ਗੱਲ ਤੇ ਤੂੰ ਟੈਨਸ਼ਨ ਲਈ ਬੈਠੀ ਆ। ਉਹ ਤੇਰੇ ਪਾਪਾ ਤੇਰੇ ਬਾਰੇ ਬਹੁਤ ਸੋਚਦੇ ਨੇ। ਜੇ ਮੈਂ ਉਹਨਾਂ ਦੀ ਜਗ੍ਹਾ ਹੁੰਦਾ ਮੈਂ ਵੀ ਇੱਦਾਂ ਹੀ ਕਰਦਾ। ਉਹ ਤੇਰਾ ਫਿਕਰ ਕਰਦੇ ਨੇ, ਤੇਰੇ ਬਾਰੇ ਸੋਚਦੇ ਨੇ, ਤਾਂ ਉਹਨਾਂ ਨੇ ਐਵੇਂ ਬੋਲਤਾ। ਤੂੰ ਐਵੇਂ ਦਿਲ ਤੇ ਨਾ ਲਾ ਗੱਲ। ਥੈਂਕ ਯੂ ਮੈਨੂੰ ਇੰਨਾ ਸਮਝਣ ਦੇ ਲਈ ਤੇ ਇੰਨੀ ਚੰਗੀ ਅੰਡਰਸਟੈਂਡਿੰਗ ਦਿਖਾਉਣ ਦੇ ਲਈ। ਆਈ ਲਵ ਯੂ। ਆਈ ਲਵ ਯੂ ਟੂ। ਅੱਛਾ ਮੈਂ ਵੀ ਤੇਰੇ ਨਾਲ ਗੱਲ ਕਰਨੀ। ਤੈਨੂੰ ਪਤਾ ਮੈਂ ਬਾਹਰ ਜਾਣ ਦਾ ਮਨ ਬਣਾ ਲਿਆ। ਐਵੇਂ ਮਜ਼ਾਕ ਨਾ ਕਰੋ। ਮੈਂ ਮਜ਼ਾਕ ਨਹੀਂ ਕਰ ਰਿਹਾ, ਮੈਂ ਸੱਚੀ ਬਾਹਰ ਜਾ ਰਿਹਾ। ਤੇ ਮੈਂ? ਦੇਖ ਕਵਿਤਾ, ਇੱਥੇ ਰਹਿ ਕੇ ਤਾਂ ਕੁਛ ਬਣਨਾ ਨਹੀਂ। ਬਾਹਰ ਜਾਊਂਗਾ, ਮਿਹਨਤ ਕਰੂੰਗਾ ਤੇ ਸ਼ਾਇਦ ਫੇਰ ਹੀ ਆਪਣਾ ਵਿਆਹ ਹੋ ਸਕੂਗਾ। ਤੇ ਇੱਕ ਸਾਲ ਮੈਂ ਤੁਹਾਡੇ ਤੋਂ ਬਿਨਾਂ ਕਿਵੇਂ ਰਵਾਂਗੀ? ਕਵਿਤਾ ਇੱਕ ਸਾਲ ਦੀ ਤਾਂ ਗੱਲ ਹੈ, ਫਿਰ ਆਪਾਂ ਸਾਰੀ ਜ਼ਿੰਦਗੀ ਇਕੱਠੇ ਹਾਂ ਤੇ ਨਾਲੇ ਆਪਾਂ ਫੋਨ ਤੇ ਗੱਲ ਤਾਂ ਕਰਿਆ ਹੀ ਕਰਾਂਗੇ ਨਾ। ਫਿਰ ਤਾਂ ਸਾਰੀ ਜ਼ਿੰਦਗੀ ਮੈਂ ਤੇਰੇ ਕੋਲ ਹੀ ਰਹਿਣਾ। ਯਾਰ ਉਹ ਸਭ ਤਾਂ ਠੀਕ ਆ, ਬਟ ਨੋ ਇਫ ਨੋ ਵਟ। ਬਸ ਮੇਰੀ ਹਾਂ ਚ ਹਾਂ ਮਿਲਾ ਫਟਾਫਟ। ਖਾਣਾ ਦੱਸ ਕੀ ਆ? ਐਕਸਕਿਊਜ਼ ਮੀ, ਸਵੇਰ ਦਾ ਤਾਂ ਕੋਈ ਮੁਰਗਾ ਨਹੀਂ ਫਸਿਆ। ਚਲੋ ਦਿਨ ਬਾਕੀ ਹੈ ਹਲੇ। ਹਾਂਜੀ ਬੈਠੋ 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 ਇੱਕ ਮਿੰਟ। ਹਾਂਜੀ ਹਾਂਜੀ, ਪਿਛਲੇ ਮਹੀਨੇ 15 ਬੰਦੇ ਬਾਹਰ ਭੇਜੇ ਸੀ, ਇਸ ਮਹੀਨੇ 20 ਬੰਦਿਆਂ ਦਾ ਟਾਰਗੇਟ ਹੈ। ਹਾਂ ਫਿਰ ਪਾਰਟੀ ਵੀ ਲੈਣੀ ਹੋਈ ਤੁਹਾਡੇ ਤੋਂ। ਠੀਕ ਹੈ ਠੀਕ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਹੁਕਮ ਕਰੋ ਜਨਾਬ। ਸਰ ਬਾਹਰ ਜਾਣ ਬਾਰੇ ਜਾਣਕਾਰੀ ਲੈਣੀ ਸੀ ਜੀ। ਬਸ ਜਾਣਕਾਰੀ ਉਹ ਲੈਣੀ ਹੈ? ਨਹੀਂ ਨਹੀਂ, ਜਾਣਾ ਵੀ ਆ ਜੀ। ਅੱਛਾ ਠੀਕ ਹੈ ਠੀਕ ਹੈ। ਬਾਹਰ ਜਾਣ ਲਈ ਕਾਫੀ ਤਰੀਕੇ ਨੇ। ਹਾਂਜੀ, ਜਿੱਦਾਂ ਕਿ ਵਿਆਹ ਕਰਕੇ ਬਾਹਰ ਜਾਣਾ ਜਾਂ ਪੜ੍ਹਨ ਲਈ ਬਾਹਰ ਜਾਣਾ। ਜੀ ਸਰ, ਮੈਂ ਨਾ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਸੀ। ਵਰਕ ਪਰਮਿਟ? ਉਹ ਤਾਂ ਬੜਾ ਆਸਾਨ ਹੈ, ਰੋਜ਼ ਭੇਜੀ ਦੇ ਬੰਦੇ ਕੈਨੇਡਾ, ਬਸ 30 ਲੱਖ ਲੱਗਣਾ। 30 ਲੱਖ? ਐਕਚੁਅਲੀ ਸਰ ਸਾਡਾ ਨਾ ਬਜਟ ਥੋੜਾ ਜਿਹਾ ਘੱਟ ਹੈ। ਘੱਟ ਬਜਟ ਦੇ ਵਿੱਚ ਕੋਈ ਕੰਟਰੀ 'ਚ ਐਡਜਸਟਮੈਂਟ ਹੁੰਦੀ ਆ ਤਾਂ? ਬਜਟ ਘੱਟ ਥੋੜਾ ਚੈੱਕ ਕਰਨਾ ਪੈਣਾ। ਬਜਟ ਘੱਟ ਲਈ ਕੰਟਰੀਆਂ ਘੱਟ ਨੇ। ਮਲੇਸ਼ੀਆ ਚੱਲੂਗਾ ਜੀ? ਜੀ ਉੱਥੇ ਆਪਣਾ ਇੱਕ ਬੰਦਾ ਹੈ। ਅੱਛਾ ਜੀ। ਜਿਹੜਾ ਤੁਹਾਨੂੰ ਕੰਮ ਵੀ ਲਵਾ ਦੂਗਾ ਜੀ ਤੇ ਪੈਸੇ ਵੀ ਘੱਟ ਲੱਗਣਗੇ। ਅੱਛਾ ਜੀ, ਬਸ ਫਿਰ ਤਾਂ ਠੀਕ ਹੈ ਜੀ। ਠੀਕ ਹੈ, ਬਿਲਕੁਲ, ਫਿਰ ਤੁਹਾਡੇ ਵੱਲੋਂ ਪਾਰਟੀ ਹੋ ਗਈ। ਹਾਂਜੀ ਹਾਂਜੀ, ਕਰੀਏ ਫਿਰ ਡਨ। ਕਰੋ ਜੀ ਡਨ। ਚਲੋ ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣ ਫਸਿਆ ਮੁਰਗਾ।
ਹਾਂਜੀ ਹੋਰ ਵੀ ਸੁਖੀ ਕਿੱਦਾਂ ਕਿਵੇਂ ਆ? ਵਧੀਆ ਬਾਈ ਵਧੀਆ ਬਾਈ, ਹੱਥ ਗੰਦੇ ਆ। ਓ ਗੰਦੇ ਨੂੰ ਦੱਸ ਕੀ ਆ, ਕਿੱਦਾਂ ਕੰਮ ਠੀਕ ਚੱਲੀ ਜਾਂਦਾ? ਕੰਮ ਤੈਨੂੰ ਪਤਾ ਹੈ ਬਾਈ ਅੱਜ ਕੱਲ੍ਹ। ਅਤੇ ਸੁਖੀ ਮੇਰੀ ਸਾਰੀ ਗੱਲ ਹੋ ਗਈ ਹੈ ਜਾਂ ਅਤੇ ਵਰਕ ਵੀਜ਼ਾ ਮਿਲੂਗਾ ਆਪਾਂ ਨੂੰ, 2.5 ਲੱਖ ਰੁਪਇਆ ਲੱਗਣਾ ਆਪਣਾ, ਸਾਰੀ ਸੈਟਿੰਗ ਕਰ ਦੇਣੀ ਉਹਨਾਂ, ਆਪਣਾ ਰਹਿਣ ਸਹਿਣ ਦਾ ਸਾਰਾ ਕਰ ਦੇਣਗੇ ਬਾਈ। ਕੰਮ ਕੰਮ ਦੀ ਟੈਨਸ਼ਨ ਨਾ ਲੈ, ਕੰਮ ਪੂਰਾ ਉਹੀ ਲਵਾਉਣਗੇ। ਵਧੀਆ ਹੋ ਜੂ ਫਿਰ ਤਾਂ, ਹੈ ਨਾ? ਇਹ ਤਾਂ ਹੈ। ਤੂੰ ਪੈਦਲ ਤੁਰਿਆ ਹੋਇਆ, ਜੂਸ ਪੀ ਲਾ। ਉਹ ਨਾ ਨਾ ਮਿਹਰਬਾਨੀ ਹੈ, ਥੋੜ੍ਹਾ ਜਿਹਾ। ਉਹ ਨਹੀਂ ਨਹੀਂ ਨਹੀਂ, ਪੈਦਲ ਤੁਰਿਆ ਫਿਰਦਾ ਕੀ ਗੱਲ? ਉਹ ਬਾਈਕ ਪਾਰਕਿੰਗ 'ਚ ਲਾਇਆ ਪਿੱਛੇ। ਚੱਲ ਠੀਕ ਆ, ਮੈਂ ਕਹਿੰਦਾ ਜੂਸ ਪੀ ਲੈਂਦਾ। ਬਸ ਬਸ ਮਿਹਰਬਾਨੀ, ਚੱਲ ਮਿਲਦਾ ਮੈਂ ਤੈਨੂੰ। ਠੀਕ ਆ, ਓਕੇ, ਚੰਗਾ। ਆ ਗਈ ਜਾਗ? ਕਿਵੇਂ ਲੰਘੀ ਫਿਰ ਰਾਤ? ਸਾਲਾ ਕੋਈ ਬਾਹਲਾ ਭਦਰ ਕਾਰਾ ਕਰਕੇ ਨਹੀਂ ਆਇਆ ਜਿਹੜਾ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਝਾਕਦਾ ਸਾਲਾ ਚੋਰ। ਅੱਖ ਨੀਵੀਂ ਕਰ, ਸੋਲੇ ਅੱਖ ਨੀਵੀਂ ਕਰ, ਭੈਣ ਦਿਆ ਯਾਰ ਅੱਖ ਨੀਵੀਂ ਕਰ। ਭੈਣ ਚੋਰ ਭੈਣ ਚੋਰ ਸਲਾ ਬੇਗਾਨੀ ਸੱਟ। ਕੋਈ ਵੀ ਆਉਂਦਾ ਤੇ ਕਾਰਾ ਕਰਕੇ ਤੁਰ ਜਾਂਦਾ ਤੇ ਫਿਰ ਬਣਦੇ ਆ ਤੇਰੇ ਅਰਗੇ। ਕਦੇ ਵੀ ਤੇ ਕਿਤੇ ਵੀ ਨਾ ਅੱਗੇ ਦਾ ਪਤਾ ਤੇ ਨਾ ਪਿੱਛੇ ਦਾ, ਤੇ ਫਿਰ ਰਹਿ ਜਾਂਦੇ ਆ ਤੁਹਾਡੇ ਕੋਲ ਕਰਨ ਨੂੰ ਨਸ਼ੇ, ਵਾਰਦਾਤਾਂ, ਲੁੱਟਾਂ ਖੋਹਾਂ ਨਾ ਸਾਲੇ। ਹੁਣ ਪੈਸੇ ਲੁੱਟਣ ਲਈ ਤੁਸੀਂ ਬੰਦੇ ਮਾਰੋਗੇ? ਕਿਹੜੀ ਲੁੱਟ? ਮੇਰੇ ਆਪਦੇ ਪੈਸੇ ਸੀ, ਲੈ ਲਏ ਸਾਲੇ। ਤੇਰੇ ਪਿਓ ਦੇ ਸੀ? ਤੇਰੇ ਪਿਓ ਨੇ ਦਿੱਤੇ ਸੀ ਤੈਨੂੰ? ਹੈ ਹਾਂ, ਪੂਰੀਆਂ 2 ਕਨਾਲਾਂ ਵੇਚ ਕੇ। ਤੇ ਮੈਂ ਇਹਦੇ ਕੋਲ ਚੱਲ ਗਿਆ ਵੀ ਮੈਨੂੰ ਬਾਹਰ ਲੈ ਕੇ ਜਾਓ। ਮੈਨੂੰ ਕੀ ਪਤਾ ਸੀ ਸਾਲੇ ਨੂੰ ਮਾਰ ਕੇ ਮੈਨੂੰ ਅੰਦਰ ਆਉਣਾ ਪੈਣਾ। ਪਰ ਮੇਰੀ ਮਾਂ ਹੀ ਬਾਹਰ ਵਗ ਜਾ, ਬਾਹਰ ਵਗ ਜਾ, ਬਾਹਰ ਜਾ ਕੇ ਪੈਸੇ ਕਮਾਏਗਾ, ਤੇਰਾ ਵਿਆਹ ਕਰ ਦਿਆਂਗੇ। ਪਰ ਮੇਰਾ ਬਾਪ, ਉਹਦੇ ਦੇ ਵਿਕੀ ਜ਼ਮੀਨ ਨਾਲ ਵੱਧ ਵਜਨ ਮੇਰੇ ਨਸ਼ੇ ਦਾ ਸੀ, ਅਤੇ ਉਹ ਪਤੰਦਰ ਕਦੋਂ ਰੱਸੇ 'ਤੇ ਝੂਟ ਗਿਆ ਪਤਾ ਹੀ ਨਹੀਂ ਲੱਗਿਆ, ਅਤੇ ਸਾਡੇ ਕੋਲ ਕੱਖ ਵੀ ਨਹੀਂ ਰਿਹਾ, ਅਸੀਂ ਉੱਜੜ ਗਏ, ਕੱਖ ਵੀ ਨਹੀਂ ਰਿਹਾ। ਅਤੇ ਮੇਰੀ ਬੇਬੇ, ਉਹ ਬਸ ਇੱਕੋ ਗੱਲ ਹੀ ਕਹਿੰਦੀ ਰਹਿੰਦੀ ਆ, ਗੋਲੀ ਬਾਹਰ ਜਾਊਗਾ, ਪੈਸੇ ਕਮਾ ਕੇ ਲਿਆਊਗਾ,
ਕੁੜੀ ਬਾਹਰ ਜਾਊਗਾ, ਪੈਸੇ ਕਮਾ ਕੇ ਲਿਆਊਗਾ। ਨਾਲੇ ਇੱਕ ਗੱਲ ਹੋਊ, ਬਗਾਨੀਆਂ ਸੱਟਾਂ ਹੱਕ ਖਾਤਰ ਬੰਦੇ ਨਹੀਂ ਮਾਰਦੀਆਂ ਹੁੰਦੀਆਂ। ਚੱਲ ਮੰਨਿਆ ਵੀ ਤੇਰੇ ਨਾਲ ਮਾੜਾ ਹੋਇਆ, ਮਲਹੋਤਰੇ ਨੇ ਤੇਰੇ ਨਾਲ ਧੱਕਾ ਕੀਤਾ, ਪਰ ਆਪਣੇ ਪੈਸੇ ਵਾਪਸ ਲੈਣ ਦਾ ਇਹ ਕਿਹੜਾ ਤਰੀਕਾ ਹੈ? ਕਾਨੂੰਨ ਨੂੰ ਹੱਥ 'ਚ ਲੈਣ ਦੀ ਬਜਾਏ ਤੂੰ ਕਾਨੂੰਨ ਤੋਂ ਮਦਦ ਨਹੀਂ ਲੈ ਸਕਦਾ ਸੀ? ਕਿਹੜਾ ਕਾਨੂੰਨ, ਕਿਹੜੀਆਂ ਮਦਦਾਂ? ਤੇਰੀ ਗੋਲੀ ਤੇਰੇ ਨਾਲ ਬਹੁਤ ਮਾੜਾ ਹੋਇਆ, ਅਤੇ ਮੇਰੀ ਪੂਰੀ ਹਮਦਰਦੀ ਤੇਰੇ ਨਾਲ। ਪਰ ਹੁਣ ਇੱਕ ਮੇਰੀ ਗੱਲ ਮੰਨੇਗਾ, ਤੂੰ ਪਹਿਲਾਂ ਹੀ ਗਲਤ ਰਾਹ ਨੂੰ ਚੁਣ ਚੁੱਕਿਆ, ਹੁਣ ਜ਼ਿੰਦਗੀ 'ਚ ਇੱਕ ਸਹੀ ਫੈਸਲਾ ਲੈ, ਕੋਰਟ 'ਚ ਪੇਸ਼ ਹੋ ਜਾ। ਮੈਂ ਕੋਰਟ ਦੇ ਵਿੱਚ ਬੇਨਤੀ ਕਰੂੰਗਾ ਵੀ ਤੈਨੂੰ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਵੇ। ਹਰਵੀਰ ਦੀ ਮੰਮੀ। ਹਾਂਜੀ ਆ ਜਾਓ, ਇੱਧਰ ਹੀ ਆ। ਆ ਗਏ ਤੁਸੀਂ? ਹਾਂ, ਮੈਂ ਪਾਣੀ ਲਿਆਂਦੀ ਆ। ਓਏ ਨਹੀਂ ਨਹੀਂ ਬੈਠ, ਉਹ ਮੈਂ ਬੈਂਕ ਗਿਆ ਸੀ ਨਾ, ਉਹ ਆਪਣਾ ਨਰਿੰਦਰ ਮਿਲ ਗਿਆ ਸੀ ਉੱਥੇ, ਉਹ ਕਹਿੰਦਾ ਮੈਂ ਚਾਹ ਪੀਤੇ ਬਗੈਰ ਜਾਣ ਨਹੀਂ ਦੇਣਾ, ਮੈਂ ਚਾਹ ਪੀ ਕੇ ਆਇਆ ਉਹਦੇ ਕੋਲ। ਨਰਿੰਦਰ ਵੀ ਨਾ ਕਮਾਲ ਹੈ। ਅੱਛਾ ਹਰਵੀਰ ਦੇ ਬਾਪੂ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹੈਂ? ਹਰਵੀਰ ਨਾ ਅੱਜ ਕੱਲ ਕੰਮ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ, ਤੇ ਕਹਿੰਦਾ ਹੈ ਮੰਮੀ ਮੇਰਾ ਨਾ ਇੱਥੇ ਕੰਮ ਨਹੀਂ ਬਣ, ਮੈਂ ਬਾਹਰ ਜਾਣਾ। ਬਾਹਰ ਜਾਣਾ? ਹਾਂ, ਕਹਿੰਦਾ 2 ਸਾਲ ਕੰਮ ਕਰਕੇ ਮੈਂ ਮੁੜ ਆਉਣਾ, ਪਰ ਮੈਂ ਉਹਨੂੰ ਹੌਸਲਾ ਤਾਂ ਦੇ ਦਿੱਤਾ ਕਿ ਮੈਂ ਤੇਰੇ ਡੈਡੀ ਨਾਲ ਸਲਾਹ ਕਰਦੀ ਹਾਂ, ਹੁਣ ਤੁਸੀਂ ਦੱਸੋ ਕੀ ਕਰਨਾ ਚਾਹੀਦਾ। ਓਏ ਉਹਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਉਹਦਾ ਪਿਓ ਜਿਉਂਦਾ ਹਾਲੇ, ਉਹ ਮੈਂ ਬੈਠਾ ਨਾ ਬੁਲਾਵਾ। ਓਏ ਨਹੀਂ ਨਹੀਂ, ਮੈਂ ਆਪੇ ਬੁਲਾਉਣਾ। ਹਰਵੀਰ ਉਹ ਇੱਧਰ ਆ ਪੁੱਤਰ, ਇੱਥੇ ਬੈਠ ਪੁੱਤਰ। ਹਾਂਜੀ ਅੜੀ। ਹਰਵੀਰ ਤੇਰੇ ਮੰਮੀ ਦੱਸ ਰਹੇ ਸੀ ਬਈ ਤੂੰ ਬਾਹਰ ਜਾਣ ਦਾ ਪਲਾਨ ਕਰ ਰਿਹਾ। ਹਾਂਜੀ ਡੈਡੀ। ਬੇਟਾ ਆਪਾਂ ਇੱਥੇ ਰਹਿ ਕੇ ਵੀ ਤਾਂ ਛੋਟਾ ਮੋਟਾ ਬਿਜ਼ਨਸ ਕਰ ਸਕਦੇ ਹਾਂ। ਡੈਡੀ ਬਿਜ਼ਨਸ ਕਿਹੜਾ ਘੱਟ ਪੈਸਾ 'ਚ ਹੋ ਜਾਣਾ, ਇੰਨਾ ਕਰਜ਼ਾ ਲੈ ਕੇ ਚੱਲਣਾ ਕੀ ਆ, ਸਿਰਫ ਆਹੀ ਚਲਾਈ। ਇੱਥੇ ਰਹਿ ਕੇ ਮੇਰੀ ਪੜ੍ਹਾਈ ਦਾ ਮੁੱਲ ਨਹੀਂ ਪੈ ਸਕਿਆ ਤਾਂ ਮੇਰੇ ਕੰਮ ਕਾਰ ਦਾ ਕਿਵੇਂ ਪੈਜੂ? ਨਾਲੇ ਡੈਡੀ ਜੇ ਮੈਂ 2 ਸਾਲ ਬਾਹਰ ਆਇਆ ਮੈਂ ਆਪਣੇ ਪੈਰਾਂ ਸਿਰ ਹੋ ਜੂੰ ਡੈਡੀ। ਓਏ ਪੁੱਤਰਾ, ਉਹ ਤੇਰੀ ਖੁਸ਼ੀ 'ਚ ਸਾਡੀ ਖੁਸ਼ੀ ਆ, ਓਏ ਇਹ ਦੱਸ ਕਿੰਨੇ ਪੈਸਿਆਂ ਦੀ ਲੋੜ? ਲਵ ਯੂ ਡੈਡੀ, ਲਵ ਯੂ। ਓ ਜਾਨੇ ਮੇਰੀ ਜਾਨੇ ਮਨ, ਬਣਾ ਲਾ ਬਣਾ ਲਾ। ਕਿਆ ਬਣਾ ਲੈ? ਓਏ ਅੱਜ ਕਿਵੇਂ
ਉਹ ਠੀਕ ਹੈ ਤੂੰ? ਮੈਨੂੰ ਤੂੰ ਠੀਕ ਨਹੀਂ ਲੱਗਦਾ, ਬੈਠ ਰਹੇ ਬਹਿ ਜਾ। ਕੀ ਹੋਇਆ? ਕੁਛ ਨਹੀਂ ਸੱਤੇ ਯਾਰ, ਮੈਂ ਬਾਹਰ ਜਾਣ ਵਾਸਤੇ ਸੋਚ ਰਿਹਾ। ਅਤੇ ਵਧੀਆ ਗੱਲ ਹੈ ਫਿਰ, ਪਰ ਇੱਕ ਛੋਟੀ ਜਿਹੀ ਦਿੱਕਤ ਆ ਰਹੀ ਆ। ਕੀ? ਥੋੜ੍ਹੇ ਜਿਹੇ ਪੈਸੇ ਘੱਟਦੇ ਪਏ ਆ, 25-30 ਹਜ਼ਾਰ ਰੁਪਇਆ, ਬਾਕੀ ਸਾਰੇ ਤਾਂ ਹੋ ਗਏ, ਉਹੀ ਨਹੀਂ ਹੋ ਰਿਹਾ। 25-30 ਹਜ਼ਾਰ ਘੱਟਦੇ? ਉਹਦਾ ਹੱਲ ਵੀ ਹੈਗਾ। ਹੱਲ ਹੈਗਾ? ਉਹ ਕੀ? ਉਹ ਆਪਾਂ ਰੇਹੜੀ ਵੇਚ ਦਿੰਦੇ ਹਾਂ। ਨਹੀਂ ਨਹੀਂ ਯਾਰ ਸੱਤੇ, ਨਹੀਂ। ਜਦੋਂ ਮੈਂ ਬਾਹਰ ਚਲਾ ਗਿਆ, ਤੂੰ ਵੀ ਤਾਂ ਉਰੇ ਕੰਮ ਕਰੇਗਾ ਕੋਈ ਨਹੀਂ। ਜਦ ਮੇਰਾ ਭਰਾ ਬਾਹਰ ਚਲੇ ਜਾਊਗਾ, ਪੈਸੇ ਕਮਾਊਗਾ, ਫਿਰ ਮੈਂ ਜ਼ਰੂਰ ਭਾਂਡੇ ਮਾਂਜੀ ਜਾਊਂਗਾ ਯਾਰ। ਕਮਾਲ ਕਰਦਾ ਯਾਰ। ਲਵ ਯੂ ਯਾਰ। ਲਵ ਯੂ ਲਵ ਯੂ ਕੋਈ ਨਹੀਂ, ਇੱਕ ਰੀਲ ਬਣਾ ਬਾਈ। ਨਹੀਂ ਬਣਾ ਲਾ। ਹੈ ਉਹ ਅਸੀਂ ਜਿਨ੍ਹਾਂ ਨਾਲ ਬੈਠਦੇ ਹਾਂ ਬੱਲਿਆ, ਉਹਨਾਂ ਨਾਲ ਖੜਦੇ ਵੀ ਹਾਂ। ਜੂ ਮਾਰ ਜੂ। ਹੈਲੋ, ਬੈਠੋ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਨੇ ਵੀਰ ਜੀ? ਇਹ ਸੁੱਖਾ ਜੀ। ਅੱਛਾ ਜੀ, ਇਹਨਾਂ ਦੀ ਗੱਲ ਕੀਤੀ ਸੀ? ਠੀਕ ਹੈ ਠੀਕ ਹੈ ਠੀਕ ਹੈ। ਸੁੱਖਾ ਭਾਜੀ, ਚਾਹ ਪਾਣੀ ਲਓਗੇ ਸਿੱਧਾ? ਵੀਜ਼ਾ? ਬਸ ਮਿਹਰਬਾਨੀ ਜੀ, ਸਾਰਾ ਸਾਰੇ ਡਾਕੂਮੈਂਟ ਨੇ ਜੀ, ਮੇਰਾ ਅਤੇ ਸੁੱਖੇ ਦਾ ਪਾਸਪੋਰਟ ਵੀ ਇਹਦੇ ਵਿੱਚ ਹੀ ਆ ਜੀ। ਮੈਂ ਡਾਕੂਮੈਂਟਸ ਚੈੱਕ ਕਰ ਲਾਂ। ਪੂਰੇ ਲੱਗ ਨਹੀਂ ਰਹੇ ਮੈਨੂੰ, ਡਾਕੂਮੈਂਟਸ ਥੋੜ੍ਹੇ ਹਲਕੇ ਨੇ ਸੁੱਖੇ। ਤੁਸੀਂ ਸਮਝਦਾਰ ਹੋ। ਠੀਕ ਹੈ ਜੀ, ਪੈਸੇ ਪੈਸੇ ਪੂਰੇ ਹੀ ਹੋਣਗੇ? ਪੂਰੇ ਸਰ, ਗਿਲ ਲਓ ਤੁਸੀਂ। ਆਪਾਂ ਇੱਦਾਂ ਹੀ ਗਿਲ ਲੈਂਦੇ ਹਾਂ, ਨਾਲੇ ਇਹਦੇ ਨਾਲ ਹੀ ਡਾਕੂਮੈਂਟ ਪੂਰੇ ਹੁੰਦੇ ਨੇ। ਡਾਕੂਮੈਂਟਸ ਤੁਹਾਡੇ ਸਾਰੇ ਪੂਰੇ ਹੋ ਗਏ ਨੇ, ਅਤੇ ਹੁਣ 7 ਦਿਨਾਂ ਦੇ ਅੰਦਰ ਅੰਦਰ ਤੁਹਾਡਾ ਵੀਜ਼ਾ ਲੱਗ ਜਾਣਾ। ਠੀਕ ਹੈ? ਹਾਂਜੀ। ਅਤੇ ਉੱਥੇ ਆਪਣਾ ਮੈਂਡੀ ਵੀ ਰਹਿ, ਤੁਹਾਡੇ ਰਹਿਣ ਸਹਿਣ ਦਾ ਪ੍ਰਬੰਧ, ਖਾਣ ਪੀਣ ਦਾ ਸਾਰਾ ਪ੍ਰਬੰਧ ਕਰੇਗਾ। ਮੈਂ ਤੁਹਾਨੂੰ ਨੰਬਰ ਦੇ ਦਿੰਦਾ। ਹਾਂਜੀ, ਕੰਮ ਕੁੰਮ? ਕੰਮ ਵੀ ਹੋ ਗਿਆ ਤੁਹਾਡਾ, ਸਮਝੋ ਵੀਰੇ, ਤੁਸੀਂ ਬਸ ਉੱਥੇ ਜਾ ਕੇ ਐਸ਼ ਕਰਨੀ ਹੈ ਹੁਣ। ਠੀਕ ਹੈ, ਹੁਣ ਖੁਸ਼ ਹੋ? ਹਾਂਜੀ ਹਾਂਜੀ, ਠੀਕ ਹੈ, ਬਹੁਤ ਸ਼ੁਕਰੀਆ ਜੀ। ਅੱਛਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਜਾਓ ਭੰਗੜੇ ਪਾਓ। ਮੈਂ ਕਿਹਾ ਪਹਿਲਾਂ ਫੋਨ ਨਾ ਲਾ ਲਈਏ। ਹਾਂ ਹਾਂ, ਹੁਣੇ ਕਰ ਲੈਂਦੇ ਹਾਂ। ਕਰਿਓ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਮੈਂ ਸੁਖਦੇਵ ਗੱਲ ਕਰ ਰਿਹਾ। ਹਾਂਜੀ ਹਾਂਜੀ ਬ੍ਰੋ, ਤੁਸੀਂ ਮੈਂਡੀ ਗੱਲ ਕਰ ਰਹੇ ਹੋ? ਹਾਂਜੀ ਹਾਂਜੀ, ਮੈਂਡੀ ਬੋਲ ਰਿਹਾ ਆ। ਤੁਹਾਡਾ ਨੰਬਰ ਜਸਪਾਲ ਵੀਰੇ ਨੇ ਦਿੱਤਾ ਸੀਗਾ ਜੀ। ਮੇਰੀ ਗੱਲ ਹੋਈ ਸੀ, ਲਾਈਕ ਤੁਸੀਂ ਮਲੇਸ਼ੀਆ ਦਾ ਅਪਲਾਈ ਕਰਨਾ ਆ? ਇਹਦਾ ਤਾਂ ਬਣਨਾ ਨਹੀਂ, ਮਲੇਸ਼ੀਆ ਦਾ ਸਹੀ। ਸੋਰੀ ਬ੍ਰੋ, ਮੈਨੂੰ ਲਿਸਨ ਨਹੀਂ ਹੋਇਆ। ਹਾਂਜੀ ਹਾਂਜੀ ਬਾਈ, ਮਲੇਸ਼ੀਆ ਦਾ ਅਪਲਾਈ ਕੀਤਾ ਜੀ। ਤੁਸੀਂ ਬਾਕੀ ਦੀ ਫਾਰਮੈਲਿਟੀ ਜਸਪਾਲ ਬ੍ਰੋ ਨਾਲ ਕਰ ਲਓ, ਤੇ ਮਲੇਸ਼ੀਆ ਦੀ ਜ਼ਿੰਮੇਵਾਰੀ ਮੇਰੀ ਆ। ਸੱਚੀ ਬਾਈ ਜੀ? ਬਾਈ ਜੀ, ਕੰਮ ਤੇ ਲਵਾ ਦੋਗੇ ਜੀ? ਕੰਮ ਮੈਂਡੀ ਦੇ ਹੁੰਦੇ, ਕੰਮ ਦੀ ਫਿਕਰ ਕਰਨ ਦੀ ਲੋੜ ਹੀ ਨਹੀਂ ਬ੍ਰੋ। ਅੱਧਾ ਮਲੇਸ਼ੀਆ ਮੈਂਡੀ ਨੇ ਸੈੱਟ ਕੀਤਾ ਹੋਇਆ ਆ। ਤੁਸੀਂ ਬਸ ਘਰੇ ਮਿਸਤਰੀ ਨਾਲ ਗੱਲ ਕਰਕੇ ਆਇਓ ਕਿ ਕੋਠੀ ਵੀ ਕਿੱਡੀ ਵੱਡੀ ਪਾਉਣੀ ਆ, ਗੱਡੀ ਕਿਹੜੀ ਲੈਣੀ ਆ, ਬੀਮਰ ਕਿ ਓਡੀ, ਐਂਡ ਲਾਈਕ ਇੱਥੇ ਪੈਸਾ ਤਾਂ ਤੁਹਾਡਾ ਇੰਤਜ਼ਾਰ ਕਰ ਰਿਹਾ ਬ੍ਰੋ। ਤੁਸੀਂ ਆ ਜਾਓ, ਬਾਕੀ ਦੀ ਫਾਰਮੈਲਿਟੀ ਤੁਸੀਂ ਜਸਪਾਲ ਬ੍ਰੋ ਨਾਲ ਕਰ ਲਿਓ।
ਆਫਟਰ ਦੈਟ ਮੈਨੂੰ ਫੋਨ ਕਾਲ ਕਰ ਲਿਓ। ਹਾਂਜੀ 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 ਜੀ ਜੀ ਓਕੇ ਸੁਖੇ ਬ੍ਰੋ ਬਾਏ। ਠੀਕ ਆ ਜੀ ਠੀਕ ਆ ਓਕੇ ਬਾਏ। ਹਾਂ ਬਾਈ ਉਹ ਕਹਿੰਦਾ ਸਾਰੀ ਜ਼ਿੰਮੇਵਾਰੀ ਮੇਰੀ ਆ, ਉਹ ਕਹਿੰਦਾ ਆ ਜਾਓ। ਬਸ ਫਿਰ ਬੇਬੇ ਨੇ ਦਿੰਦੇ ਖੁਸ਼ ਖਬਰੀ। ਚੱਲ ਭਾਈ ਯਾਰ ਚੱਲ ਚੱਲੀਏ ਚੱਲ ਬੇਬੇ। ਹਾਂ ਪੁੱਤ। ਬਾਪੂ ਦੇ ਪੂਰੇ ਹੋਣ ਤੋਂ ਬਾਅਦ ਤੂੰ ਸਾਨੂੰ ਕਿੰਨੀ ਮਿਹਨਤ ਮਜ਼ਦੂਰੀ ਕਰਕੇ ਪਾਲਿਆ, ਆਪਣੀਆਂ ਸਾਰੀਆਂ ਖੁਸ਼ੀਆਂ 'ਚ ਆ ਸਾਡੇ ਤੋਂ ਵਾਰਤੀਆਂ। ਬਾਬਾ ਸੁੱਖ ਰੱਖੇ, ਕੱਲ੍ਹ ਨੂੰ ਨਾ ਮੇਰੀ ਮਲੇਸ਼ੀਆ ਦੀ ਫਲਾਈਟ ਆ, ਉੱਥੇ ਜਾ ਕੇ ਮੈਂ ਬਹੁਤ ਮਿਹਨਤ ਮਜ਼ਦੂਰੀ ਕਰੂੰਗਾ, ਫਿਰ ਮੈਂ ਸਭ ਕੁਛ ਠੀਕ ਕਰ ਲੈਣਾ। ਫਿਰ ਨਾ ਆਪਾਂ ਗੁੱਡੀ ਦਾ ਵਿਆਹ ਵੀ ਬੜੀ ਧੂਮਧਾਮ ਨਾਲ ਕਰਾਂਗੇ। ਹੂੰ ਵਿਆਹ ਕਿਹੜਾ ਵਿਆਹ, ਮੈਂ ਨਹੀਂ ਕੋਈ ਵਿਆਹ ਵਿਉਹ ਕਰਾਉਣਾ, ਮੈਂ ਤਾਂ ਸਾਰੀ ਉਮਰ ਬੇਬੇ ਅਤੇ ਤੇਰੇ ਨਾਲ ਹੀ ਰਹੂੰਗੀ ਵੀਰੇ। ਹੈ ਕਮੜੀ, ਧੀਆਂ ਤਾਂ ਬਗਾਨਾ ਤਾਂ ਹੁੰਦੀਆਂ ਪੁੱਤ, ਇਹ ਤਾਂ ਰਾਜੇ ਮਹਾਰਾਜਾ ਨੇ ਵੀ ਆਪਣੇ ਘਰੇ ਨਹੀਂ ਰੱਖੀਆਂ, ਇਹ ਤਾਂ ਦੁਨੀਆਂ ਦਾ ਦਸਤੂਰ ਹੈ। ਕਿਹੜਾ ਦਸਤੂਰ ਵੀਰੇ, ਵੇਖੀ ਬੇਬੇ ਕੀ ਕਹੀ ਜਾਂਦੀ ਆ। ਠੀਕ ਤਾਂ ਕਹਿੰਦੀ ਆ ਬੇਬੇ, ਹੋਰ ਕਿੰਨਾ ਕੁ ਚਿਰ ਸਾਡੇ ਕਣਕ ਦੇ ਢੋਲ ਖਾਲੀ ਕਰੇਂਗੀ ਤੂੰ ਢੋਲ ਜੀ। ਚੱਲ ਪੈ ਜਾ। ਅੱਛਾ ਡੈਡੀ ਦਿਓ ਆਸ਼ੀਰਵਾਦ ਫਿਰ। ਚੰਗਾ ਬੱਚਾ, ਚੰਗਾ ਪੁੱਤਰਾ, ਆਪਣਾ ਖਿਆਲ ਰੱਖੀ। ਅੱਛਾ ਰੋਟੀ ਟਾਈਮ ਨਾਲ ਖਾ ਲਈ। ਤੁਸੀਂ ਚਿੰਤਾ ਨਾ ਕਰੋ ਬੱਚਾ, ਉੱਥੇ ਸੁੱਕੀ ਸਾਂਦੀ ਪਹੁੰਚ ਕੇ ਨਾ ਫੋਨ ਕਰ ਦੀ। ਹਾਂਜੀ ਜੀ ਹਾਂ ਜੀ, ਕਿਸੇ ਗੱਲ ਦੀ ਫਿਕਰ ਨਾ ਕਰੋ। ਸ਼ਾਬਾਸ਼। ਯਾਦਾਂ ਦੇ ਨਾਲ ਬਣ ਕੇ ਤੋਰੀ ਅੰਮੀਏ ਹਲਾ ਸ਼ੇਰੀ ਨੀ, ਯਾਦਾਂ ਦੇ ਨਾਲ ਬਣ ਕੇ ਤੋਰੀ ਅੰਮੀਏ ਹਲਾ ਸ਼ੇਰੀ ਨੀ, ਅੰਮੀਏ ਹਲਾ ਸ਼ੇਰੀ। ਚੰਗਾ ਬੇਬੇ, ਧਿਆਨ ਰੱਖੀ ਆਪਣਾ। ਤੂੰ ਵੀ ਧਿਆਨ ਰੱਖੀ, ਠੀਕ ਆ, ਦਵਾਈ ਤੂੰ ਵੀ ਟਾਈਮ ਨਾਲ ਲੈਂਦੀ ਰਹੀ। ਗੁੱਡੀ ਬੇਬੇ ਦਾ ਧਿਆਨ ਰੱਖੀ, ਠੀਕ ਆ। ਠੀਕ ਆ ਵੀਰੇ। ਚੰਗਾ ਸੱਤੇ, ਧਿਆਨ ਰੱਖੀ, ਠੀਕ ਆ। ਹਾਂ ਹਾਂ ਕੋਈ ਨਹੀਂ, ਠੀਕ ਆ। ਤੂੰ ਵੀ ਆਪਣਾ ਧਿਆਨ ਰੱਖੀ। ਚੰਗਾ। ਇੱਥੇ ਦਿਲੀ ਲਿਹਾਜ ਦਾ ਕੀ ਨੇ ਪੜਿਆ ਏ ਕੈਦਾਨੀ, ਜੇ ਮਜਬੂਰੀ ਹੁੰਦੀ ਨਾ ਕਿਉਂ ਪੈਂਦੀ ਘੁੰਮਣ ਕੇਰੀ ਨੀ। ਚੱਲ ਭਗਵਾਨ ਕੋਈ ਗੱਲ ਨਹੀਂ, ਚੱਲ ਅੰਦਰ ਚੱਲੀਏ ਚੱਲ। ਸ਼ਾਬਾਸ਼।
ਹੈਲੋ ਹੈਲੋ ਹਰਵੀਰ, ਤੁਸੀਂ ਕਿੱਥੇ ਪਹੁੰਚ ਗਏ? ਮੈਂ ਏਅਰਪੋਰਟ 'ਤੇ ਪਹੁੰਚ ਗਿਆ, ਬਸ ਥੋੜ੍ਹੇ ਸਮੇਂ 'ਚ ਮੇਰੀ ਫਲਾਈਟ ਟੇਕ ਆਫ ਹੋ ਜੂਗੀ। ਫਿਕਰ ਕਿਵੇਂ ਨਾ ਕਰਾਂ, ਫਿਕਰ ਤਾਂ ਹੋਊਗਾ ਨਾ। ਤੁਸੀਂ ਬੇਗਾਨੇ ਮੁਲਕ 'ਚ ਜਾ ਰਹੇ ਹੋ, ਬੇਗਾਨੇ ਲੋਕਾਂ ਦੇ ਵਿੱਚ ਜਿੱਥੇ ਕੋਈ ਆਪਣਾ ਨਹੀਂ। ਤੂੰ ਮੇਰੀ ਗੱਲ ਛੱਡ, ਮੈਂ ਜਲਦੀ ਵਾਪਸ ਆਉਂਗਾ, ਬਸ ਤੂੰ ਮੇਰਾ ਇੰਤਜ਼ਾਰ ਕਰੀ। ਮੈਂ ਤਾਂ ਇੰਤਜ਼ਾਰ ਕਰੂੰਗੀ, ਪਰ ਕਿਤੇ ਉੱਥੇ ਜਾ ਕੇ ਤੁਸੀਂ ਨਾ ਮੈਨੂੰ ਭੁੱਲ ਜਿਓ। ਤੇ ਹਾਂ, ਨਾਲ ਮੇਰੀ ਗੱਲ ਸੁਣ ਲਓ, ਆ ਕੰਮ ਕਾਰ ਦੇ ਚੱਕਰ ਵਿੱਚ ਨਾ ਆਪਣੀ ਸਿਹਤ ਨਾ ਖਰਾਬ ਕਰ ਲਿਓ। ਉੱਥੇ ਤੁਹਾਨੂੰ ਆਪਣੇ ਖਾਣ ਪੀਣ ਦਾ ਧਿਆਨ, ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ। ਤੇ ਹਾਂ, ਮੈਨੂੰ ਫੋਨ ਮੈਸੇਜ ਕਰਨਾ ਨਾ ਭੁੱਲਿਓ। ਹੁਣ ਵੀ ਤੁਸੀਂ ਜਿੱਦਾਂ ਹੀ ਪਹੁੰਚੋਗੇ ਨਾ, ਸਭ ਤੋਂ ਪਹਿਲਾਂ ਫੋਨ ਮੈਨੂੰ ਹੀ ਕਰਨਾ। ਹਾਂ ਹਾਂ, ਕਰਾਂਗਾ ਕਰਾਂਗਾ। ਆਪਣਾ ਖਿਆਲ ਰੱਖਿਓ। ਚਲੋ ਫਿਰ ਆਪਾਂ ਬਾਅਦ ਚ ਗੱਲ ਕਰਦੇ ਆਂ। ਹੋ ਗਈ ਗੱਲ ਤੇਰੀ? ਹਾਂ ਹਾਂ ਹੋ ਗਈ। ਮੈਂ ਵੀ ਬੇਬੇ ਨੂੰ ਘਰੇ ਫੋਨ ਕਰਦਾ। ਹਾਂ ਬੇਬੇ, ਮੈਂ ਪਹੁੰਚ ਗਿਆ। ਬੇਬੇ ਇੱਥੇ ਤਾਂ ਬਾਲੇ ਨਜ਼ਾਰੇ ਆ। ਮਾਂ ਸਦਕੇ ਪੁੱਤ, ਮਾਂ ਸਦਕੇ, ਧਿਆਨ ਰੱਖੀ ਆਪਣਾ। ਬੇਬੇ ਉਹ ਤਾਂ ਅੰਗਰੇਜ਼ਣੀਆਂ ਅੰਗਰੇਜ਼ਣੀਆਂ ਫਿਰਦੀਆਂ, ਗੋਰੀਆਂ ਗੋਰੀਆਂ, ਸੋਹਣੀਆਂ ਸੋਹਣੀਆਂ। ਹਾਂ ਹਾਂ ਬੇਬੇ, ਬਸ ਮੈਂ ਜਹਾਜ਼ 'ਚ ਬਹਿਣ ਹੀ ਵਾਲਾ ਵਾਂ। ਸਿਰ ਮੂੰਹ ਬਾਹਰ ਨਾ ਕੱਢੀ ਜਹਾਜ਼ ਤੋਂ। ਉਹ ਬੇਬੇ, ਜਹਾਜ਼ ਬਸ ਥੋੜ੍ਹੀ ਨਾ ਵਾ, ਕੀ ਗੱਲਾਂ ਕਰੀ ਜਾਂਦੀ ਆ। ਹੈਂ, ਬੰਦ ਹੁੰਦਾ ਫਿਰ ਸਾਹ ਕਿਵੇਂ ਹੁੰਦਾ? ਪਹੁੰਚ ਕੇ ਮੈਂ ਤੈਨੂੰ ਫੋਨ ਕਰਦਾ, ਤੂੰ ਟੈਨਸ਼ਨ ਨਾ ਲੈ। ਵੀਰੇ ਦਾ ਫੋਨ ਸੀ ਬੇਬੇ। ਹਾਂ ਪੁੱਤ, ਹਾਂ। ਕੀ ਕਹਿੰਦਾ ਵੀਰਾ, ਠੀਕ ਠਾਕ ਪਹੁੰਚ ਗਿਆ? ਹਾਂ ਠੀਕ ਠਾਕ ਪਹੁੰਚ ਗਿਆ, ਪਰ ਇੱਕ ਗੱਲ ਦੱਸ, ਉਹ ਕਹਿੰਦਾ ਜਹਾਜ਼ ਬੰਦ ਹੁੰਦਾ ਫਿਰ ਹਵਾ ਕਿੱਥੋਂ ਆਉਂਦੀ ਹੈ? ਉਹ ਮੇਰੀ ਭੋਲੀਏ ਮਾਏ, ਤੂੰ ਕਿਹੜੇ ਚੱਕਰਾਂ 'ਚ ਪੈ ਗਈ, ਸੋ ਜਾ ਚੁੱਪ ਕਰਕੇ। ਉਹ ਆਊਗਾ ਕਿ ਨਹੀਂ? ਆਊਗਾ, ਇੱਥੇ ਕਿਹਾ ਸੀ ਉਹਨੇ। ਕਰ ਉਹਨੂੰ ਭਰਾਵਾ ਫੋਨ, ਆਊਗਾ ਕਿ ਹਲੇ ਤੱਕ ਕਿੱਥੇ ਆ ਉਹ, ਮੈਂ ਤਾਂ ਦੀਨਾ ਨਹੀਂ। ਉਹ ਯਾਰ, ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਹੈ ਵੀ ਆਊਗਾ ਕਿ ਨਹੀਂ। ਆਊਗਾ ਨਹੀਂ ਬ੍ਰੋ, ਆ ਗਿਆ। ਕਿੱਦਾਂ ਬ੍ਰੋ? ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਕੋਈ ਪ੍ਰੋਬਲਮ ਤਾਂ ਨਹੀਂ ਆਈ ਤੁਹਾਡੇ ਦੋਵਾਂ 'ਚ? ਕੋਈ ਨਰਵਸ ਤਾਂ ਨਹੀਂ ਹੈਗਾ? ਸਭ ਠੀਕ ਹੈ, ਆਲ ਗੁੱਡ ਆ। ਤੇਰਾ ਰੰਗ ਜਾ ਕੇ ਉੱਡਿਆ ਹੋਇਆ,
ਮੈਂ ਆਹੀ ਪਹਿਲੀ ਵਾਰ ਨਹੀਂ ਤਾਂ ਵੀ ਲੱਗਦਾ ਮੇਰੇ ਹੁੰਦਿਆਂ ਫਿਕਰ ਕਰਨ ਦੀ ਲੋੜ ਨਹੀਂ ਬ੍ਰੋ, ਪਹਿਲਾਂ ਆਪਾਂ ਰੂਮ 'ਚ ਚੱਲਦੇ ਹਾਂ। ਹਾਂਜੀ ਹਾਂਜੀ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਹਾਂ, ਫੋਲੋ ਚਲੋ ਚਲੋ। ਹਾਂ ਦੇਖ ਰਹੇ ਹੋ ਨਾ ਮਿੱਤਰੋ ਜੰਨਤ, ਹਾਂਜੀ ਵਧੀਆ, ਐਂਡ ਆਪਾਂ ਇਸ ਜੰਨਤ ਦੀ ਨਾ ਤੁਹਾਨੂੰ ਸੈਰ ਕਰਾ ਦੇਣੀ ਆ, ਕੱਲੀ ਕੱਲੀ ਬਿਲਡਿੰਗ ਦੀ, ਕੱਲੀ ਕੱਲੀ ਬਿਲਡਿੰਗ ਦੀ ਸੈਰ ਕਰਾਉਣੀ ਆ ਆਪਾਂ ਤੁਹਾਨੂੰ, ਜੰਨਤ ਦੇ ਨਜ਼ਾਰੇ ਦਿਖਾਉਣੇ ਆ ਨਜ਼ਾਰੇ। ਸਾਡਾ ਕੰਮ ਦੀ ਸੈਟਿੰਗ ਤਾਂ ਹੋ ਜੂਗੀ ਨਾ? ਮੈਂਡੀ ਦੇ ਹੁੰਦਿਆਂ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਹੀ ਨਹੀਂ ਬ੍ਰੋ, ਮੈਂਡੀ ਹੈਗਾ ਨਾ ਆਪਾਂ, ਤੁਸੀਂ ਬਸ ਘਰੇ ਆਪਣੇ ਮੋਮ ਡੈਡ ਨਾਲ ਗੱਲਬਾਤ ਕਰਕੇ ਰੱਖੋ ਕਿ ਕੋਠੀ ਕਿੰਨੀ ਮੰਜ਼ਲੀ ਪਾਉਣੀ ਆ, ਗੱਡੀ ਬੀਮਰ ਲੈਣੀ ਆ ਕਿ ਓਡੀ ਲੈਣੀ ਆ, ਆਪਾਂ ਬਸ ਪੂਰੀ 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 ਜਿਵੇਂ ਤੁਹਾਡੇ ਪੰਜਾਬ 'ਚ ਕਹਿੰਦੇ ਆ ਨਾ ਧੱਕ ਪਾ ਦੇਣੀ ਆ, ਉਹ ਵਾਲੀ ਧੱਕ ਆਪਾਂ ਮਲੇਸ਼ੀਆ ਪਾਉਣੀ ਆ ਹੁਣ, ਲਾਈਕ ਇੱਥੇ ਡੋਲਰ ਹੀ ਕਮਾਉਣੇ ਆ, ਅਤੇ ਆਪਾਂ ਕੱਲ੍ਹ ਨੂੰ ਸੈਰ ਕਰਦੇ ਹਾਂ, ਆਪਾਂ ਇੰਜੋਏ ਕਰਾਂਗੇ, ਪਰਸੋਂ ਤੋਂ ਬਾਅਦ ਆਪਾਂ ਲਾਈਕ ਕੰਮ ਕਾਰ ਵੀ ਦੇਖਣਾ ਆ, ਠੀਕ ਹੈ? ਸੋ ਮੈਂ ਚੱਲਦਾ ਬ੍ਰੋ, ਥੈਂਕ ਯੂ, ਧੰਨਵਾਦ ਬਾਈ, ਧੰਨਵਾਦ, ਓਕੇ। ਕੰਮ ਤਾਂ ਮਿਲ ਜੂ ਨਾ? ਕੰਮ ਮੈਂਡੀ ਦੇ ਹੁੰਦੇ ਫਿਕਰ ਕਰਨ ਦੀ ਲੋੜ ਹੀ ਨਹੀਂ ਬ੍ਰੋ, ਓਕੇ, ਟੇਕ ਕੇਅਰ, ਤੁਸੀਂ ਰੈਸਟ ਕਰੋ, ਫਰੈਸ਼ ਹੋਵੋ, ਆਪਣਾ ਜੋ ਵੀ ਪ੍ਰੋਬਲਮ ਹੋਏ ਮੈਂਡੀ ਨੂੰ ਫੋਨ ਕਰ ਲਿਓ, ਮੈਂਡੀ ਹਾਜ਼ਰ ਹੋ ਜਾਏਗਾ, ਮੈਂ ਮਿਲਦਾ ਤੁਹਾਨੂੰ ਕੱਲ ਨੂੰ, ਓਕੇ, ਬਾਏ ਬਾਏ, ਓਕੇ, ਗੁੱਡ ਨਾਈਟ ਵੀਰੇ, ਧੰਨਵਾਦ, ਧੰਨਵਾਦ ਜੀ, ਕਿਉਂ ਮੈਂ ਤੈਨੂੰ ਕਿਹਾ ਸੀ ਨਾ ਬੰਦਾ ਵਧੀਆ, ਤੂੰ ਐਵੇਂ ਕਹਿ ਗਿਆ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ, ਚੱਲ ਹੁਣ ਐ ਕਰ, ਮੈਂ ਨਾ ਮਾੜਾ ਫਰੈਸ਼ ਹੋਇਆ ਵਾਂ, ਇਹਦੇ ਵਿੱਚ ਥੋੜੀ ਜਿਹੀ ਰੈਸਟ ਕਰ ਲਈ ਹਨਾ ਆਪਾਂ, ਹਾਂ ਬਾਈ ਮੈਂ ਵੀ ਸਰੀਰ ਸੈੱਟ ਕਰ ਲਾਂ। ਲਾਈਕ ਇੱਥੇ ਨਾ ਮੌਸਮ ਇੱਦਾਂ ਹੀ ਵਧੀਆ ਰਹਿੰਦਾ ਆ, ਤੇ ਵੈਦਰ ਦਾ ਪਤਾ ਨਹੀਂ ਚੱਲਦਾ, ਤੇ ਜਦੋਂ ਇੱਦਾਂ ਦਾ ਮੌਸਮ ਹੁੰਦਾ ਨਾ ਤੇ ਇੱਥੇ ਆਪਾਂ ਫਿਰ ਥੋੜਾ ਥੋੜਾ ਲਾ ਲੈਂਦੇ ਹਾਂ, ਕੁੱਟ ਕੁੱਟ ਲਾਉਂਗੇ, ਲਾ ਲੈਂਦੇ ਹੋ? ਹਾਂਜੀ ਹਾਂਜੀ, ਚਲੋ 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 ਆ ਜਾਓ।
Cheers. ਦੇਖਿਆ bro, ਆਇਆ ਨਜ਼ਾਰਾ? ਹਾਂ ਬਾਈ, like ਇਦਾਂ ਦਾ fun ਹੁੰਦਾ ਆ ਉਰੇ। ਹਾਂ ਠੀਕ ਹੈ, ਤੇ ਵੀਰੇ ਇਸ ਹਿਸਾਬ ਨਾਲ ਤਾਂ ਖਰਚਾ ਬਹੁਤ ਆਉਂਦਾ ਨਾ। ਮੇਰੇ ਹੁੰਦੇ ਫਿਕਰ ਕਰਨ ਦੀ ਲੋੜ ਹੀ ਨਹੀਂ bro. ਠੀਕ ਹੈ ਠੀਕ ਹੈ, ਮੈਂਡੀ ਹੈਗਾ ਨਾ, ਪੈਸੇ ਪੂਸੇ ਦੀ ਫਿਕਰ ਕਰਨ ਦੀ ਲੋੜ ਨਹੀਂ, ਪੈਸੇ ਤੇ ਖੁੱਲੇ ਖਰਚਨੇ ਆ। ਲਾਈਕ ਕੌਣ ਦੋ? ਹਾਂ ਲਿਆਓ ਲਿਆਓ ਲਿਆਓ, ਕੱਢੋ ਕੱਢੋ। ਜਿਹੜਾ ਮੈਂਡੀ ਬਾਈ ਹੈ ਨਾ, ਬੜਾ ਘੈਂਟ ਬੰਦਾ ਯਾਰ, ਬੜਾ ਘੈਂਟ ਹੈ। ਸੁਖੀ ਤੈਨੂੰ ਪਤਾ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਨਹੀਂ ਦਾਰੂ ਪੀਤੀ ਹੈ। ਮੈਨੂੰ ਕੁਛ ਨਹੀਂ ਪਤਾ ਲੱਗਿਆ। ਭਾਵੇਂ ਤੈਨੂੰ ਪਤਾ ਲੱਗ ਰਿਹਾ ਭਾਵੇਂ ਨਹੀਂ ਲੱਗ ਰਿਹਾ, ਪਰ ਯਾਰ ਮੈਂਡੀ ਬੰਦਾ ਬੜਾ ਘੈਂਟ ਹੈ ਯਾਰ। ਯਾਰ ਕਿੱਡਾ ਸੋਹਣਾ ਦੇਸ਼ ਆ ਬਾਬੇ, ਕੱਲ ਨੂੰ ਲੁਕਣਾ ਕੰਮ ਤੇ ਆਪਣੇ ਕੋਲ ਪੈਸੇ ਹੀ ਪੈਸੇ ਆ। ਫਿਰ ਡਾਲਰਾਂ 'ਚ ਖੇਡਣਾ ਇਸ ਨਾ, ਇਹਨਾਂ ਬਿਲਡਿੰਗਾਂ ਵਿੱਚ ਹੀ ਘਰ ਹੋਣੇ ਆਪਣੇ ਦੇਖੇ। ਇਹ ਆਪਾਂ ਖਰੀਦ ਲੈਣੀ ਆ ਵੀਰੇ। ਮੈਂਡੀ ਵੀਰੇ ਕਹਿੰਦਾ ਕਰੇ ਫੋਨ ਕਰ ਦੋ, ਕੋਠੀ ਕਿਹੜੀ ਪਾਣੀ ਆ। ਬਸ ਆਪਾਂ ਫੋਨ ਵੀਰੇ, ਚੱਲ ਸੁਖੇ ਆ ਜਾ ਆ ਜਾ ਬਾਈ। ਆਪਾਂ ਨਾ ਇੰਨੇ ਡੋਲਰ ਕਮਾਉਣੇ ਆ, ਇੰਨੇ ਪੈਸੇ ਕਮਾਉਣੇ ਆ ਉਰੇ, ਆ ਜਿਹੜੇ ਜਹਾਜ਼ 'ਚ ਆਪਾਂ ਆਏ ਆ ਨਾ, ਆਪਾਂ ਆਪਣਾ ਹੀ ਖਰੀਦ ਲੈਣਾ। ਸੁਖੀ ਬੇਟਾ ਤੂੰ ਬਹੁਤ ਅਮੀਰ ਵੀ ਹੋ ਜਾ ਨਾ, ਤਾਂ ਵੀ ਉਹ ਜਹਾਜ਼ ਨਹੀਂ ਖਰੀਦ ਸਕਦਾ ਤੂੰ। ਉਹ ਕਹਿ ਤੋ ਤੂੰ ਛੋਟਾ ਖਰੀਦ ਸਕਦਾ, ਉਹਨੂੰ ਪ੍ਰਾਈਵੇਟ ਜੈਟ ਬੋਲਦੇ ਨੇ, ਉਹ ਨਹੀਂ ਖਰੀਦਦਾ, ਪ੍ਰਾਈਵੇਟ ਜੈਟ ਖਰੀਦਦਾ। ਹਾਂ ਠੀਕ ਹੈ ਬਾਈ, ਉਹੀ ਸਹੀ। ਹੁਣ ਡਾਲਰ ਆਉਣਗੇ ਦੇਖੀ, ਡਾਲਰ ਹੀ ਡਾਲਰ। ਮੈਂਡੀ ਬਾਈ ਜਿੰਦਾਬਾਦ, ਪ੍ਰਾਈਵੇਟ ਜਿੰਦਾਬਾਦ, ਜੈਟ 'ਚ ਮੈਂਡੀ ਬਾਈ ਜਿੰਦਾਬਾਦ, ਮੈਂਡੀ ਬਾਈ ਜਿੰਦਾਬਾਦ, ਮੈਂਡੀ ਬਾਈ ਜਿੰਦਾਬਾਦ, ਮੈਂਡੀ ਬਾਈ ਜਿੰਦਾਬਾਦ। ਪੱਟ ਤੂੰ ਚਗਾਠ ਦੇਖਿਓ, ਮਿਹਨਤਾਂ 'ਚ ਛੱਡਦਾ ਨੀ ਘਾਟ ਦੇਖਿਓ। ਡਾਲਰਾਂ ਦੇ ਪੱਟ ਤੂੰ ਚਗਾਠ ਦੇਖਿਓ, ਮਿਹਨਤਾਂ 'ਚ ਛੱਡਦਾ ਨੀ ਘਾਟ ਦੇਖਿਓ। ਇੱਕ ਦਿਨ ਕੰਮ ਐਸਾ ਕਰ ਜਾਣਾ ਬਾਪੂ, ਤੂੰ ਸਾਰੀਆਂ ਮੁਸੀਬਤਾਂ ਨੂੰ ਮਾਤ ਦੇਖਿਓ। ਫੋਨ ਫਾਨ ਵਾਲਾ ਸਾਲਾ ਕੰਮ ਹੀ ਮਕਾਉਣਾ, ਨਾਲੇ ਹਾਲ ਚਾਲ ਦਿਲ ਦੱਸਣਾ ਜਿਹਾ ਕਰੂੰ। ਉਹ ਪ੍ਰਾਈਵੇਟ ਜੈਟ ਲੈਣਾ ਏਅਰ ਬੱਸ ਦਾ, ਉਹ ਵੀਗਵਾਦ ਘਰੇ ਜਿਹੜਾ ਲਾ ਜਿਆ ਕਰੂੰ। ਪ੍ਰਾਈਵੇਟ ਜੈਟ ਲੈਣਾ ਏਅਰ ਬੱਸ ਦਾ, ਗਵਾਦ ਘਰੇ ਕਿਹੜਾ ਲਾਜਿਆ ਕਰੂੰ। ਲੰਮੀਆਂ ਜਦਾਈਆਂ ਵਾਲਾ ਕੰਮ ਹੀ ਮੁਕਾਉਣਾ ਏ, ਜਦੋਂ ਦਿਲ ਕੀਤਾ ਸਿੱਧਾ ਪਿੰਡ ਫੇਰਾ ਪਾਉਣਾ ਏ। ਉਹ ਲੰਮੀਆਂ ਜਦਾਈਆਂ ਵਾਲਾ ਕੰਮ ਹੀ ਮੁਕਾਉਣਾ ਏ, ਜਦੋਂ ਦਿਲ ਕੀਤਾ ਸਿੱਧਾ ਪਿੰਡ ਫੇਰਾ। ਰੋਟੀ ਖਾਧੀ ਆ ਕੇ ਨਹੀਂ ਬੇਬੇ, ਟੈਂਸ਼ਨ ਨਾ ਲਈ, ਤੇਰੇ ਹੱਥ ਦੇ ਪਰੌਂਠੇ ਵੀ ਮੈਂ ਖਾ ਜਿਆ ਕਰੂੰ। ਉਹ ਪ੍ਰਾਈਵੇਟ ਜੈਟ ਲੈਣਾ ਏਅਰ ਬੱਸ ਦਾ, ਉਹ ਵੀਗਵਾਦ ਘਰੇ ਕਿਹੜਾ ਲਾ ਜਿਆ ਕਰੂੰ। ਪ੍ਰਾਈਵੇਟ ਜੈਟ ਲੈਣਾ ਏਅਰ ਬੱਸ ਦਾ, ਵੀਗ
ਜਵਾਦ ਘਰੇ ਕਿਹੜਾ ਲਾ ਦਿਆ ਕਰੂੰ ਬੋਲ ਨਾ ਰੇ ਵਾ ਕਾਸ ਦਾ ਆ ਫਲੋ ਵਿਦ ਸਮ ਬਰੂਟਲ ਲਿਰਿਕਸ ਵੈ ਨੀਡ ਆ ਬੀਂਗ ਕੋਲ ਵੀ ਕਮਿੰਗ ਇਨ ਫਾਰ ਐਵਰ ਸੈਲਫ ਆ ਕਾ ਬੋਲ ਸੋ ਸੇਮ ਵਿਲੇਜਸ ਆ ਵਿਦ ਲਿਕਵਿਡ ਸੋਲ ਹੋ ਸੁਖੀ ਵਾਸਤੇ ਤੂੰ ਬੇਬੇ ਸੁਖਾਂ ਸੁਖ ਦੀ ਬਣ ਜੂ ਦਵਾਈ ਤੇਰੇ ਹਰ ਦੁੱਖ ਦੀ ਪੁੱਤ ਵਾਸਤੇ ਤੂੰ ਬੇਬੇ ਸੁਖਾਂ ਸੁਖ ਦੀ ਬਣ ਜੂ ਦਵਾਈ ਤੇਰੇ ਹਰ ਦੁੱਖ ਦੀ ਰਹਿਣ ਨਹੀਂ ਉਹ ਦੇਣਾ ਸੱਜਾ ਗੁੱਟ ਹੁਣ ਸੁਣਨਾ ਨਾਲੇ ਭੈਣ ਕੋਲੋਂ ਰੱਖੜੀ ਬਣਾ ਜਿਆ ਕਰੂੰ ਉਹ ਪ੍ਰਾਈਵੇਟ ਜੈਟ ਲੈਣਾ 에ਅਰਬਸ ਦਾ ਉਹ ਬੀਗਵਾਦ ਘਰੇ ਕਿਹੜਾ ਲਾ ਜਿਆ ਕਰੂੰ ਪ੍ਰਾਈਵੇਟ ਜੈਟ ਲੈਣਾ 에ਅਰਬਸ ਦਾ ਬੀਗਵਾਦ ਘਰੇ ਕਿਹੜਾ ਲਾ ਜਿਆ ਕਰੂੰ ਸ਼ਰੀਕ ਜਿਹੜੇ ਲੁੱਕ ਲੁੱਕ ਨੇ ਦੇਖ ਕੇ ਚੜਾਈ ਕਰ ਜਾਣੇ ਚੁੱਪ ਨੇ ਬੋਲਦੇ ਸ਼ਰੀਕ ਜਿਹੜੇ ਲੁੱਕ ਲੁੱਕ ਨੇ ਦੇਖ ਕੇ ਚੜਾਈ ਕਰ ਜਾਣੇ ਚੁੱਪ ਨੇ ਉਹ ਸੜਦੇ ਨੇ ਜਿਹੜੇ ਸਾਡੀ ਗੁੱਡੀ ਚੜੀ ਦੇ ਗਏ ਉਹਨਾਂ ਹੇਟਰਾਂ ਦੇ ਸੀਨੇ ਅੱਗ ਲਾ ਜਿਆ ਕਰੂੰ ਉਹ ਪ੍ਰਾਈਵੇਟ ਜੈਟ ਲੈਣਾ 에ਅਰਬਸ ਦਾ ਉਹ ਬੀਗਵਾਦ ਘਰੇ ਕਿਹੜਾ ਲਾ ਜਿਆ ਕਰੂੰ ਪ੍ਰਾਈਵੇਟ ਜੈਟ ਲੈਣਾ 에ਅਰਬਸ ਦਾ ਬਈ ਆ ਬਾਹਰਲੇ ਮੁਲਕ ਚ ਏਦਾਂ ਲੱਗਦਾ ਜਿਵੇਂ ਆਪਾਂ ਖੁੱਲੇ ਚ ਪਏ ਹੁੰਦੇ ਆ ਸਾਲਿਆ ਲੱਗਦਾ ਨੀ ਆਪਾਂ ਸੱਚੀ ਖੁੱਲੇ ਚ ਪਏ ਆ ਉੱਠ ਉਹ ਪਿਆ ਹਾਂ ਸ਼ੁਕਰ ਆ ਬੈਗ ਤਾਂ ਮਿਲ ਗਿਆ ਯਾਰ ਮੇਰਾ ਪਰਸ ਵੀ ਨਹੀਂ ਦਿਸ ਰਿਹਾ ਮੈਨੂੰ ਪੈਸੇ ਪੂਸੇ ਕਿੱਥੇ ਆ ਪਰਸ ਕਿੱਥੇ ਹੋ ਸਕਦਾ ਪੈਸੇ ਤਾਂ ਠੀਕ ਆ ਮੈਂਡੀ ਮੈਂਡੀ ਕਿੱਥੇ ਆ ਐਂ ਕਰ ਪਹਿਲਾਂ ਮੈਂਡੀ ਨੂੰ ਫੋਨ ਲਾ ਕੇ ਦੇਖਦੇ ਆਪਾਂ ਜਾ ਹਾਂ ਲਾ ਨੰਬਰ ਨੰਬਰ ਦੱਸ 11 64 50 60 87 ਹੈਂ ਬਾਈ ਫੋਨ ਤਾਂ ਬੰਦ ਆ ਯਾਰ ਉਹਦਾ ਅੱਛਾ ਇੱਕ ਮਿੰਟ ਨਹੀਂ ਮਿਲਦਾ ਯਾਰ ਰਹਿਣ ਦੇ ਸੁੱਖੀ ਹੁਣ ਕੀ ਕਰੀਏ ਹੁਣ ਮਿਲਣਾ ਵੀ ਨਹੀਂ ਕਾਹਨੂੰ ਧੱਕਾ ਕਰ ਗਿਆ ਆਪਣੇ ਨਾਲ ਠੱਗੀ ਮਾਰ ਗਿਆ ਆਪਾਂ ਨੂੰ ਏਦਾਂ ਕਿਦਾਂ ਠੱਗੀ ਵੱਜ ਗਈ ਆਪਾਂ ਨੂੰ ਮੈਂ ਜਿੰਨਾ ਉਹਦੀ ਭੈਣ ਦੀ ਉਹਦੀ ਰੁਕ ਰਹਿਣ ਦੇ ਸੁੱਖੇ ਘਰੇ ਫੋਨ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਐਵੇਂ ਬੇਬੇ ਬਾਪੂ ਫਿਕਰ ਕਰਨਗੇ ਆਪਾਂ ਨੂੰ ਦੋਵਾਂ ਨੂੰ ਕੀ ਹੱਲ ਕਰਨਾ ਪੈਣਾ ਤੂੰ ਆ ਦੇਖੀ ਬਾਈ ਆਹ ਮੈਂਡੀ ਸਾਲਾ ਟਰੱਕ ਤਾਂ ਲਿਆ ਕੇ ਮਰੂ ਖੁਰਪੇ ਨਾਲ ਲੈਣਾ ਪਊ ਖੁਰਪੇ ਨਾਲ ਆਹ ਸਾਲੇ ਨੇ ਕੱਖ ਨਹੀਂ ਛੱਡਿਆ ਪੱਲੇ ਯਾਰ ਕੱਪੜੇ ਲੀੜੇ ਪੈਸਾ ਸਾਰਾ ਕੁਛ ਲੈ ਗਿਆ ਯਾਰ ਕੀ ਕਰਾਂਗੇ ਆਪਾਂ ਇੱਥੇ ਇੱਕ ਗੱਲ ਤਾਂ ਹੈ ਇਹ ਬੇਗਾਨੇ ਮੁਲਕ 'ਚ ਆਪਾਂ ਕੀ ਕਰਾਂਗੇ
ਹੁਣ ਆਪਾਂ ਬੇਗਾਨੇ ਮੁਲਕ ਦੇ ਵਿੱਚ ਕਿੱਥੇ ਜਾਵਾਂਗੇ, ਕੀ ਕਰਾਂਗੇ? ਹੌਸਲਾ ਰੱਖ, ਮੁਸੀਬਤ ਤੋਂ ਡਰ ਕੇ ਸਾਨੂੰ ਭੱਜਣਾ ਨਹੀਂ ਚਾਹੀਦਾ, ਉਹਦਾ ਡਟ ਕੇ ਸਾਹਮਣਾ ਕਰੀਦਾ। ਜੇ ਪਰਮਾਤਮਾ ਨੇ ਆਪਾਂ ਨੂੰ ਮੁਸੀਬਤ 'ਚ ਪਾਇਆ ਨਾ, ਤਾਂ ਆਪਾਂ ਨੂੰ ਮੁਸੀਬਤ 'ਚੋਂ ਕੱਢੂਗਾ ਵੀ। ਕਰਤਾ ਪੁਰਖ ਨਿਰਪਾ ਨਿਰਮੈਰ ਅਕਾਲ ਪੁਰਖ ਆਜੁਨੀ ਸਾਹਿਬਮ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੇ ਸੋਚ ਨਾ ਹੋਵੀਏ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੀਏ ਨਾ ਉਤਰੀ ਜੇ ਮਨਾ ਪੂਰਿਆ ਪਾਰ ਸਹਿਸ ਸਿਆਣ ਪਾ ਲੱਖ ਹੋਵੇ ਤਾਂ ਇੱਕ ਨਾ ਚੱਲਿਆ ਨਾਲ ਕਿਵ ਸੱਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਰਜਾਈ ਚੰਨਾ ਨਾਨਕ ਲਿਖਿਆ ਨਾਲ। ਹੈਲੋ, ਮੈਂ ਗੁਰਦੁਆਰਾ ਸਾਹਿਬ ਹੀ ਸੀ, ਮੈਂ ਆ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਆ ਜੀ, ਭਾਜੀ ਇੱਕ ਫੋਨ ਕਰ ਸਕਦਾ ਤੁਹਾਡੇ ਫੋਨ? ਹਾਂਜੀ ਹਾਂਜੀ ਹਾਂਜੀ। ਨਵੇਂ ਆਏ? ਹਾਂਜੀ ਨਵੇਂ ਆਏ। ਕਿੱਥੋਂ? ਲੁਧਿਆਣੇ। ਕੰਮ ਕਰਨ ਲਈ ਆਇਆ ਜੀ? ਓਏ ਕਿਹਦਾ ਫੋਨ ਆ ਗਿਆ, ਇਹ ਕਿਹਦਾ ਨੰਬਰ? ਹੈਲੋ ਹੈਲੋ ਡੈਡੀ, ਸਤਿ ਸ਼੍ਰੀ ਅਕਾਲ, ਹਰਵੀਰ ਗੱਲ ਕਰ ਰਿਹਾ ਜੀ। ਓ ਹਾਂ ਹਰਵੀਰ ਪੁੱਤ, ਪੁੱਤ ਕੀ ਹਾਲ ਆ ਤੇਰੇ? ਹਾਂਜੀ ਹਾਂਜੀ ਮੈਂ ਠੀਕ ਆ ਜੀ, ਤੁਸੀਂ ਦੱਸੋ ਠੀਕ ਹੋ? ਓਏ ਤੈਨੂੰ ਕਈ ਵਾਰੀ ਫੋਨ ਮਿਲਾਇਆ, ਤੇਰਾ ਮਿਲਦਾ ਹੀ ਨਹੀਂ। ਡੈਡੀ ਮੇਰਾ ਸਿਮ ਹੀ ਨਹੀਂ ਚੱਲਿਆ, ਸਿਮ ਬੰਦ ਹੋ ਗਿਆ ਸੀ ਤਾਂ ਨਹੀਂ ਫੋਨ ਕਰ ਪਾਇਆ। ਸਾਨੂੰ ਤਾਂ ਟੈਨਸ਼ਨ ਵਾਲੀ ਹੋ ਗਈ ਸੀ। ਉਹ ਨਾਲੇ ਪੁੱਤ, ਤੇਰੀ ਮੰਮੀ ਤੇਰਾ ਬਾਲਾ ਹੀ ਫਿਕਰ ਕਰਦੀ ਹੈ। ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦੀ, ਠੀਕ ਆ? ਉਹ ਲੈ, ਤੇਰੀ ਫਿਕਰ ਕਿੱਦਾਂ ਨਾ ਕਰੀਏ ਪੁੱਤ, ਅਸੀਂ ਤੇਰੇ ਮਾਪੇ ਆ। ਤੂੰ ਆਪਣਾ ਖਿਆਲ ਰੱਖੀ, ਜਿਉਂਦਾ ਰਹਿ ਪੁੱਤ। ਹਾਂਜੀ ਹਾਂਜੀ ਡੈਡੀ। ਓਏ ਚੰਗਾ ਪੁੱਤ, ਚੰਗਾ। ਆ ਲਓ ਵੀਰ ਜੀ, ਬਹੁਤ ਕੋਈ ਗੱਲ ਨਹੀਂ ਵੀਰੇ, ਇਹ ਤਾਂ ਮੇਰਾ ਫਰਜ਼ ਬਣ ਗਿਆ ਸੀ ਤੁਹਾਡਾ ਯਾਰ। ਪੈਸੇ ਦੀ
ਹੈਲੋ ਹਾਂਜੀ ਡੈਡੀ ਸਤਿ ਸ਼੍ਰੀ ਅਕਾਲ ਜੀ ਪੈਰੀ ਪਹਿਨਾ ਜੀ ਕਿੱਦਾਂ ਠੀਕ ਹੋ ਹਾਂਜੀ ਹਾਂਜੀ ਡੈਡੀ ਬਹੁਤ ਵਧੀਆ ਬਹੁਤ ਹੀ ਵਧੀਆ ਨਜ਼ਾਰੇ ਲੈਂਦੇ ਡੈਡੀ ਨਜ਼ਾਰੇ ਹਾਂਜੀ ਹਾਂਜੀ ਮੰਮੀ ਠੀਕ ਨੇ ਕੋਈ ਨਾ ਡੈਡੀ ਮੈਂ ਤੁਹਾਨੂੰ ਦੋ ਤਿੰਨ ਘੰਟੇ ਬਾਅਦ ਕਾਲ ਕਰਦਾ ਉਹ ਤੁਸੀਂ ਫਿਕਰ ਨਾ ਲਿਆ ਕਰੋ ਚਲੋ ਚੰਗਾ ਜੀ ਕਿਉਂ ਹੁਣ ਭਾਵੇਂ ਚ ਮੂੰਹ ਦੇਖ ਲਾ ਉਹ ਮਾਂਜਲਾ ਮਾਂਜਲਾ ਚੱਜ ਨਾਲ ਬਾਈ ਇੱਕ ਕੰਮ ਕਰੀ ਆ ਪੈਸੇ ਆਪਣੀ ਕੁੜੀ ਰੱਖ ਲਾ ਇਹ ਆਪਾਂ ਘਰੇ ਭੇਜਣੇ ਆ ਨਾਲੇ ਯਾਰ ਮੈਨੂੰ ਤਾਂ ਬੜਾ ਹਿਸਾਬ ਹੈ ਨਹੀਂ ਤੂੰ ਕੱਲ੍ਹ ਜਮ੍ਹਾਂ ਤਾਂ ਕਰਾਉਣੇ ਹੀ ਆ ਇਹ ਵੀ ਭੇਜ ਦੀ ਆ ਮੈਂ ਰੱਖ ਲੈਂਦਾ ਆਪਦੇ ਕੋਲ ਖਰਚੇ ਵਾਸਤੇ
ਹਾਂਜੀ ਹੈਲੋ ਹਾਂ ਸੁੱਖੇ ਵੀਰੇ ਹਾਂਜੀ ਵੀਰੇ ਕੀ ਹਾਲ ਹੈ ਵਧੀਆ ਤੂੰ ਦੱਸ ਮੈਂ ਠੀਕ ਹਾਂ ਵੀਰੇ ਤੂੰ ਦੱਸ ਠੀਕ ਠਾਕ ਹੈ ਹਾਂਜੀ ਹਾਂਜੀ ਆਉਂਦੇ ਆ ਨੀ ਯਾਰ ਘਰ ਸਾਰੇ ਵਧੀਆ ਤੂੰ ਟੈਨਸ਼ਨ ਨਾ ਲੈ ਮੈਂ ਗੇੜਾ ਗੁੜਾ ਮਾਰਦਾ ਰਹਿੰਦਾ ਓਕੇ ਓਕੇ ਹਾਂ ਉਹ ਨਾ ਵੀਰੇ ਹਾਂ ਬੋਲ ਯਾਰ ਇੱਕ ਨਾ ਕੰਮ ਸੀਗਾ ਹਾਂ ਹਾਂ ਉਹ ਯਾਰ ਤੈਨੂੰ ਪਤਾ ਮੈਂ ਰੀਲਾਂ ਰੂਲਾਂ ਹੀ ਬਣਾਈ ਜਾਂਦਾ ਯਾਰ ਰੀਲ ਜੀ ਨਾ ਚੱਲਦੀ ਨਹੀਂ ਹੈਗੀ ਉਹ ਕੈਮਰਾ ਜਿਹਾ ਨਹੀਂ ਸਾਫ਼ ਤੈਨੂੰ ਪਤਾ ਮੇਰੇ ਫੋਨ ਦਾ ਧੁੰਦਲਾ ਜਿਹਾ ਕੈਮਰਾ ਹੈ ਹੁਣ ਕਿਹੜਾ ਫੋਨ ਲੈਣਾ ਆਈਫੋਨ ਭੇਜ ਦੇ ਜਿਹੜਾ ਨਵਾਂ ਆ 12 ਅੱਛਾ ਚੱਲ ਠੀਕ ਹੈ 12 ਭੇਜੀ 12 ਨਵਾਂ ਜਿਹੜਾ ਨਵਾਂ ਟੌਪ ਆਇਆ ਠੀਕ ਹੈ ਹੋਰ ਸੇਵਾ ਦੱਸ ਬਸ ਠੀਕ ਹੈ ਫਿਰ ਠੀਕ ਹੈ ਚਲ ਓਕੇ ਫਿਰ ਬਾਕੀ ਪਿੱਛੇ ਟੈਨਸ਼ਨ ਨਾ ਲਈ ਤੂੰ ਹੈਗਾ ਮੈਂ ਠੀਕ ਹੈ ਓਕੇ ਫਿਰ ਬਾਏ 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 ਲੈ ਹੁਣ ਬਣਾਵਾਂਗੇ ਆਈਫੋਨ 'ਚ ਵੀਡੀਓ ਅਤੇ ਦੇਖੀ ਪੱਕਾ ਵਾਇਰਲ ਹੋਊਗੀ ਹੈਰੀ ਮੈਂ ਤੁਹਾਨੂੰ ਬਤਾਨਾ ਚਾਹਤੀ ਥੀ ਕਿ ਤੁਹਾਰੇ ਜੋ ਫਰੈਂਡਸ ਆਏ ਹੈ ਮੁਝੇ ਇਨਕਾ ਕਾਮ ਬਹੁਤ ਅੱਛਾ ਲਗਾ ਔਰ ਯੇ ਜੋ ਹਰਵੀਰ ਹੈ ਉਸਕੀ ਕੁਆਲੀਫਿਕੇਸ਼ਨ ਕੋ ਦੇਖਤੇ ਹੋਏ ਇਸਕੋ ਕਿਸੀ ਸੀਨੀਅਰ ਪੋਸਟ ਪੇ ਹਾਇਰ ਕਰ ਲੇਤੀ ਹੂੰ ਹੋਰ ਫਿਰ ਹਰਵੀਰ ਕਿਵੇਂ ਫਿਰ ਠੀਕ ਹੈ ਜੀ ਵਾਹ ਕੰਮ ਕੁੰਮ ਕਰਨੇ ਬੰਦ ਕਰ ਦੇ ਕਿਉਂ ਵੀਰੇ ਮੈਡਮ ਨੇ ਤੇਰੀ ਪ੍ਰਮੋਸ਼ਨ ਕਰਤੀ ਸੱਚੀ ਬਾਈ ਹਾਂ ਬਾਈ ਬਹੁਤ ਧੰਨਵਾਦ ਤੁਹਾਡਾ ਬਾਈ ਬਹੁਤ ਸ਼ੁਕਰੀਆ ਆ ਜਾ ਫਿਰ ਕਰੀਏ ਕੰਮ ਆਪਾਂ ਅੱਗੇ ਜਾ ਕੇ ਅੱਗੇ ਕੰਮ ਬਹੁਤ ਹੈ ਮੈਂ ਆ ਗਿਆ ਜੀ ਇੱਥੇ ਕੰਮ ਕਰਨਾ ਬੰਦ ਕਰ ਦੇ ਠੀਕ ਹੈ ਆ ਜਾ ਕੇ ਚੱਲੀਏ ਠੀਕ ਹੈ ਬਾਜੀ ਓ ਵਾਹ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਤੇਰਾ ਲੈ ਵੀਰੇ ਚਲੀ ਗਈ ਮੈਂ ਆਪਣੇ ਘਰ ਹੁਣ ਨਹੀਂ ਕਰਦੀ ਤੇਰੇ ਕਣਕ ਦੇ ਢੋਲ ਖਾਲੀ ਚੱਲ ਕੋਈ ਨਹੀਂ ਤੇਰੀ ਬਹੁਤ ਯਾਦ ਆਈ ਵੀਰੇ ਤੇਰੇ ਬਿਨਾਂ ਸਾਰਾ ਕੁਛ ਹੋ ਗਿਆ ਹੈ ਕਮਲੀ ਰੋ ਨਾ ਪੁੱਤ ਲੈ ਮੈਨੂੰ ਦੇ ਤੇਰਾ ਵੀਰ ਫਿਕਰ ਕਰੂਗਾ ਸੁੱਖੇ ਹੈਲੋ ਕਿੱਦਾਂ ਬੇਬੇ ਪੁੱਤ ਰਿਸ਼ਤੇਦਾਰ ਵਧੀਆ ਮਿਲ ਗਿਆ ਆਪਾਂ ਨੂੰ ਔਰ ਵਿਆਹ ਚੰਗਾ ਹੋ ਗਿਆ ਵਧਾਈਆਂ ਦੀਆਂ ਨੂੰ ਚੱਲ ਮੈਂ ਤੈਨੂੰ ਥੋੜ੍ਹੀ ਦੇਰ ਬਾਅਦ ਫੋਨ ਕਰਦਾ ਬੇਬੇ ਕੰਮ ਤੇ ਆ ਸੁੱਖੇ ਕੀ ਗੱਲ ਹੋ ਗਈ ਬਈ ਕਾਹਦੀਆਂ ਵਧਾਈਆਂ ਦੇਈ ਜਾਂਦਾ ਸੀ ਫੋਨ ਤੇ ਹੈ ਯਾਰ ਆ ਪੈਸਾ ਵੀ ਕਿੰਨੀ ਕੀਮਤੀ ਚੀਜ਼ ਆ ਕਿਉਂ ਕੀ ਗੱਲ ਹੋ ਗਈ ਹਾਂ ਪੈਸਾ ਨਾ ਆਪਣੇ ਘਰ ਪਰਿਵਾਰ ਤੋਂ ਨਿਰਮੋਹਾ ਜਿਹਾ ਕਰ ਦਿੰਦਾ ਅੱਜ ਛੋਟੀ ਭੈਣ ਦਾ ਵਿਆਹ ਸੀ ਅੱਛਾ ਕੀ ਗੁਜ਼ਰੀ ਹੋਣੀ ਉਸ ਭੈਣ ਤੇ ਜਿਹਦਾ ਭਰਾ ਉਹਦੇ ਕੋਲ ਨਹੀਂ ਸੀ ਡੋਲੀ 'ਚ ਬੈਠਣ ਲੱਗੀ ਉਡੀਕ ਕਰਦੀ ਹੋਣੀ ਆ ਮੈਂ ਕਿਹਦੀ ਝੋਲੀ 'ਚ ਚੋਲਾਂ ਦਾ ਰੁੱਗ ਪਾਵਾਂ ਅਤੇ ਕੌਣ ਝੋਲੀ ਅੱਡ ਕੇ ਖੜਾ ਹੋਊ ਹੋ ਯਾਰ ਲੈ ਦੱਸ
ਤੂੰ ਵੀ ਚੱਲਿਆ ਹੀ ਆ ਹੈ। ਉਹ ਕਮਲਿਆ ਤੂੰ ਇਹ ਸੋਚ ਕੇ ਕੋ ਦੁਖੀ ਹੁੰਨਾ ਕਿ ਵਿਆਹ ਵੇਲੇ ਭੈਣ ਦੇ ਕੋਲ ਨਹੀਂ ਸੀ, ਉਹ ਸਗੋਂ ਇਹ ਸੋਚ ਕੇ ਖੁਸ਼ ਹੋ ਜਿਹੜੇ ਜਿਹੋ ਜਿਹੇ ਘਰੇ ਤੂੰ ਚਾਹੁੰਦਾ ਸੀ ਭੈਣ ਦਾ ਉਸੇ ਘਰੇ ਵਿਆਹ ਹੋ ਗਿਆ। ਨਾਲੇ ਤੂੰ ਆਪ ਤਾਂ ਦੱਸਦਾ ਹੁੰਦਾ ਸੀ ਬਈ ਜਦੋਂ ਘਰ ਮੇਰਾ ਗਰੀਬੀ ਹਾਲਾਤਾਂ ਦੇ ਵਿੱਚ ਸੀ, ਜਿਹੜੇ ਰਿਸ਼ਤੇ ਵਾਲੇ ਸੀ, ਪੈਸਾ ਦੇਖ ਕੇ ਭੈਣ ਦਾ ਰਿਸ਼ਤਾ ਨਹੀਂ ਹੁੰਦਾ ਸੀ। ਹੋਏ ਅੱਜ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਬਈ ਆਪਾਂ ਆਪਣਾ ਰੁਤਬਾ ਇੰਨਾ ਕੁ ਬਣਾ ਲਿਆ ਕਿ ਭੈਣ ਨੂੰ ਚੰਗੇ ਘਰ ਦੇ ਵਿੱਚ ਵਿਆਹ ਤਾਂ ਹੈ। ਅਤੇ ਬਾਕੀ ਭਰਾਵਾ ਭੈਣਾਂ ਨੂੰ ਤਾਂ ਭਾਈਆਂ ਦੀ ਹਮੇਸ਼ਾ ਘਾਟ ਰਹਿੰਦੀ ਆ, ਤੂੰ ਚਿੰਤਾ ਨਾ ਕਰ। ਜਦੋਂ ਆਪਾਂ ਇੰਡੀਆ ਜਾਵਾਂਗੇ ਨਾ ਬਾਹਲੇ ਸਾਰੇ ਤੋਹਫੇ ਲੈ ਕੇ ਚੱਲਾਂਗੇ ਭੈਣ ਲਈ, ਠੀਕ ਹੈ ਨਾ? ਹੁਣ ਚੁੱਪ ਕਰ, ਆਪਾਂ ਚੱਲੀਏ, ਆ ਜਾ। ਇੱਧਰ ਇੱਧਰ ਇੱਧਰ, ਹਾਂ ਇੱਥੇ ਰੱਖ ਦੇ, ਕੰਮ ਕਰ ਲਿਆ ਕਰ ਚੱਜ ਨਾ। ਇੱਕ ਗੱਲ ਦੇਖੀ ਹੈ ਮੈਂ ਆਪਣੇ ਇੰਡੀਆ ਦੇ ਵਿੱਚ ਨਾ, ਪੰਜਾਂ ਮਿੰਟਾਂ ਦੇ ਵਿੱਚ 10-10 ਪਰੌਂਠੇ ਖਾ ਲੈਂਦੇ ਆ। ਇੱਥੋਂ ਦੇ ਲੋਕ ਇੱਕ ਕੱਪ ਚਾਹ ਪੂਰਾ ਅੱਧੇ ਘੰਟੇ 'ਚ ਪੀਂਦੇ ਆ, ਬਾਹਲਾ ਟਾਈਮ ਲਾਉਂਦੇ ਆ। ਉਹ ਯਾਰ ਗਲਤੀ ਇਹਨਾਂ ਦੀ ਨਹੀਂ ਹੈਗੀ, ਗਲਤੀ ਸਾਰੀ ਇਹਨਾਂ ਦੇ ਹਾਸੇ ਦੀ ਆ। ਹਾਸੇ ਦੀ ਉਹ ਕਿਉਂ? ਇਹ ਜਦੋਂ ਹੱਸਦੇ ਆ ਨਾ ਅੱਖਾਂ ਇਹਨਾਂ ਦੀ ਨਿੱਕੀਆਂ ਨਿੱਕੀਆਂ ਨੇ, ਜਦੋਂ ਹੱਸਦੇ ਨੇ ਅੱਖਾਂ ਬੰਦ ਹੋ ਜਾਂਦੀਆਂ। ਓਏ ਹੌਲੀ ਬੋਲ, ਤੂੰ ਇੱਥੇ ਕੋਈ ਸੁਣਨ ਲੱਗ। ਮਜ਼ਾਕ ਕਰਦਾ ਸੀ ਯਾਰ। ਚੱਲ ਕੰਮ ਕਰ, ਚੱਲ। ਦੁਬਾਰਾ ਕਰਨਾ ਮੈਨੂੰ ਛੇ-ਛੇ ਫੁੱਟ ਦਾਤੇ ਨੇ ਸਰੀਰ। ਉਹ ਸੱਤੇ, ਕਿਆ ਹੋਇਆ? ਆ ਜਿਹੜਾ ਮੀਂਹ ਚ ਲੱਗਿਆ ਨਾ, ਬਸ ਆਹੀ ਮਿਹਨਤੀ ਰੰਗ ਲੈ ਕੇ ਆਈ ਆ। ਮਤਲਬ ਤੈਨੂੰ ਪਤਾ ਨੀ, ਤੇਰੀ ਵੀਡੀਓ ਵਾਇਰਲ ਹੋ ਗਈ, ਕਿੰਨੇ ਲੱਖਾਂ ਲੋਕਾਂ ਨੇ ਦੇਖ ਲਈ, ਪੂਰਾ 1.5 ਲੱਖ ਲਾਇਕ ਆਇਆ, 1.5 ਲੱਖ। ਚੱਲ ਉਹ ਤੂੰ ਚੈੱਕ ਤਾਂ ਕਰ, ਤੂੰ ਕੱਢ ਕੇ ਦੇਖ ਯਾਰ। ਡੇਢ ਲੱਖ, 40,000 ਬੰਦੇ ਵੀ ਜੁੜ ਗਏ। ਹਾਂ, 1.5 ਲੱਖ ਬਾਈ, ਤੇਰੀ ਤਾਂ ਚੜ੍ਹਾਈ ਹੋ ਗਈ ਯਾਰ, ਤੂੰ ਤਾਂ ਸਟਾਰ ਬਣ ਗਿਆ ਯਾਰ। ਕੌਣ ਹੈ ਤੂੰ? ਮੈਂ ਤੇਰਾ ਆੜੀ ਯਾਰ। ਕਿਹੜਾ ਆੜੀ? ਮੈਂ ਬਾਬਾ ਯਾਰ। ਕਿਹੜਾ ਬਾਬਾ? ਮੈਂ ਜਾਣਦਾ ਤੈਨੂੰ, ਹਟ ਭੱਜ। ਕੋਈ ਨਾ ਬਾਈ, ਮਜ਼ਾਕ ਕਰਦਾ। ਸੈਲਫੀ ਲੈ ਕੇ, ਹਾਂ ਐਵੇਂ ਕਰ, ਇਹ ਤੇ ਰੀਲ ਬਣਾ। ਅੱਛਾ, ਛੇਤੀ ਕਰ। ਅੱਛਾ, ਹੁਣ ਆਪਾਂ ਰੀਲਾਂ ਬਣਾਇਆ ਕਰਨੀਆਂ, ਚੇਪਿਆ ਕਰਨੀਆਂ ਬਸ, ਨਾਲ ਦੀ ਨਾਲ। ਇੱਥੋਂ ਚੱਕ, ਇੱਥੋਂ ਹੀ ਗੋਲਾਂ ਤੋਂ। ਓ ਜਮੀਰ ਦਿੱਤੇ ਨੇ ਸਾਨੂੰ, 6-6 ਫੁੱਟੇ ਦਾਤੇ ਨੇ ਸਰੀਰ ਦਿੱਤੇ ਨੇ। ਕਿੱਦਾਂ ਲੱਗਿਆ? ਲਵ ਯੂ ਬਾਈ। ਚੱਲ ਵਧੀਆ। ਲੈ ਬਈ, ਕਰ ਦੇ ਬੇਬੇ ਨੂੰ ਫੋਨ, ਪਿੰਡ ਦੱਸ ਦੇ ਬੇਬੇ ਨੂੰ ਕਿ ਨਵਾਂ ਘਰ ਲੈ ਲਿਆ। ਬੇਬੇ ਸਤਿ ਸ੍ਰੀ ਅਕਾਲ, ਵਧਾਈਆਂ ਬੇਬੇ। ਇੱਥੇ ਨਾ ਤੇਰੇ ਦੋਨਾਂ ਪੁੱਤਾਂ ਨੇ ਨਾ ਨਵਾਂ ਘਰ ਲੈ ਲਿਆ। ਹਾਂ ਹਾਂ ਬੇਬੇ, ਵਧਾਈਆਂ ਤੈਨੂੰ ਵੱਡਿਆਂ ਨੂੰ।
ਚੱਲ ਬੇਬੇ ਮੈਂ ਆ ਕਰਕੇ ਸੈੱਟ ਜਾਂ ਫਿਰ ਤੈਨੂੰ ਫੋਨ ਕਰਦਾ, ਠੀਕ ਆ ਬਾਈ? ਲਵ ਯੂ ਯਾਰ। ਬਾਈ ਯਾਰ ਅੱਜ ਮੈਂ ਬਾਹਲਾ ਖੁਸ਼ ਹਾਂ। ਜੱਫੀ ਦਾ ਪਾਲਾ ਸੁੱਖੇ। ਹਾਂ ਬਾਈ। ਉਹ ਨਵਾਂ ਕਿਚਨ ਹੈ ਸਾਂਭਲਾ, ਇੱਕ ਘੈਂਟ ਜਿਹਾ ਕੱਪ ਚਾਹ ਦਾ ਬਣਾ ਦੇ ਇੱਕ। ਬਾਈ ਆਪਦੇ ਇੱਥੇ ਚਾਹ ਦਾ ਸਮਾਨ ਹੈਗਾ ਉਰੇ? ਸਾਰਾ ਕੁਛ ਪਿਆ ਉੱਥੇ, ਟੈਨਸ਼ਨ ਨਾ ਲੈ ਤੂੰ। ਉਹ ਧਰ ਲਾ ਹੁਣ ਬਾਈ। ਆ ਸਿਲੰਡਰ ਤਾਂ ਹੈ ਨੀ ਯਾਰ। ਉਹ ਸਿਲੰਡਰ ਸੈਲਫ ਦੇ ਵਿੱਚ ਹੀ ਆ, ਦੇਖ ਬਟਨ ਲੱਗਿਆ ਹੁਣ ਇੱਥੇ। ਅੱਛਾ ਅੱਛਾ, ਕਿਹੜਾ ਬਟਨ ਬਾਈ? ਓਏ ਉੱਪਰ ਦੇਖ ਸੱਜੇ ਪਾਸੇ। ਕਿਆ ਬਾਤ ਹੈ ਬਈ, ਕਿਆ ਬਾਤ ਹੈ, ਚੱਲ ਪਿਆ ਬਾਈ। ਬਾਲਾ ਘੈਂਟ ਕੰਮ ਕਰਤਾ ਯਾਰ ਇਹ। ਕਵਿਤਾ ਹਾਂਜੀ ਪਾਪਾ ਜੀ। ਅੱਜ ਪੁੱਤਰ ਤੇਰੀ ਮਾਂ ਦੀ ਬਰਸੀ, ਅੱਜ ਪੂਰੇ 20 ਸਾਲ ਹੋ ਗਏ ਆਪਾਂ ਨੂੰ ਛੱਡ ਕੇ ਗਈ ਨੂੰ, ਤੇ ਜਾਂਦੇ ਜਾਂਦੇ ਮੈਂ ਤੇਰੇ ਕੋਲ ਵਾਅਦਾ ਲੈ ਕੇ ਗਈ ਸੀ ਕਿ ਕਵਿਤਾ ਨੂੰ ਕਦੇ ਵੀ ਮਾਂ ਦੀ ਕਮੀ ਨਾ ਮਹਿਸੂਸ ਹੋਣ ਦਿਓ, ਤੇ ਉਹਦੀ ਇੱਕ ਰੀਝ ਸੀ ਜਿਹਨੂੰ ਮੈਂ ਪੂਰੀ ਜ਼ਿੰਮੇਵਾਰੀ ਦੇ ਤੌਰ 'ਤੇ ਲਿਆ। ਉਹ ਚਾਹੁੰਦੀ ਸੀ ਕਿ ਕਵਿਤਾ ਆਪਣੀ ਖਾਸ ਉਮਰ 'ਚ ਕੋਈ ਨਦਾਨੀ ਨਾ ਕਰ ਬੈਠੇ। ਤੈਨੂੰ ਪਤਾ ਹੈ ਪੁੱਤਰ ਜੀ, ਮਾਂ ਧੀ ਦੀ ਸਭ ਤੋਂ ਖਾਸ ਅਤੇ ਸਭ ਤੋਂ ਕਰੀਬੀ ਸਹੇਲੀ ਹੁੰਦੀ ਹੈ। ਕਾਸ਼ ਉਹ ਹੁੰਦੀ, ਉਹ ਦੱਸਦੀ ਕਿ ਤੇਰੇ ਲਈ ਕੀ ਸਹੀ ਹੈ ਅਤੇ ਕੀ ਗਲਤ, ਕਿਉਂਕਿ ਇੱਕ ਮਾਂ ਨੂੰ ਹੀ ਪਤਾ ਹੁੰਦਾ ਹੈ ਕਿ ਬੱਚਿਆਂ ਲਈ ਕੀ ਸਹੀ ਹੈ। ਪਰ ਸ਼ਾਇਦ ਮੈਂ ਤੇਰੀ ਮਾਂ ਨੂੰ ਕੀਤਾ ਹੋਇਆ ਵਾਅਦਾ ਚੰਗੀ ਤਰ੍ਹਾਂ ਨਿਭਾ ਨਹੀਂ ਸਕਿਆ। ਬਾਕੀ ਪੁੱਤਰ ਜੀ ਜਿਵੇਂ ਤੁਹਾਨੂੰ ਸਹੀ ਲੱਗੇ। ਹੈਲੋ। ਹੈਲੋ, ਹਾਂ ਕਵਿਤਾ, ਕਿੱਦਾਂ? ਮੈਂ ਠੀਕ ਹਾਂ, ਤੁਸੀਂ ਦੱਸੋ। ਹਾਂ ਮੈਂ ਵੀ ਠੀਕ ਹਾਂ। ਅੱਛਾ ਕੱਲ ਰਾਤ ਦਾ ਮੈਂ ਤੈਨੂੰ ਕਿੰਨੇ ਫੋਨ ਕਰ ਰਿਹਾ, ਤੂੰ ਮੇਰੇ ਫੋਨ ਦਾ ਰਿਸਪੌਂਸ ਕਿਉਂ ਨਹੀਂ ਦੇ ਰਹੀ? ਤੇ ਤੁਸੀਂ ਨਾ ਰੂਡ ਕਿਉਂ ਬੋਲ ਰਹੇ ਹੋ? ਬਿਜ਼ੀ ਸੀ, ਨਹੀਂ ਪਤਾ ਲੱਗਿਆ। ਤੇ ਮੈਸੇਜ ਵੀ ਕੀਤੇ ਤੈਨੂੰ ਵਟਸਐਪ ਤੇ,
ਬਸ ਯਾਰ ਕਿਆ ਨਾ ਬਿਜ਼ੀ ਸੀ, ਗੱਲ ਖਤਮ। ਮੈਂ ਹੁਣ ਵੀ ਬਿਜ਼ੀ ਹਾਂ, ਬਾਅਦ ਵਿੱਚ ਗੱਲ ਕਰਦੀ ਹਾਂ। ਚੱਲ ਮੈਂ ਇੰਤਜ਼ਾਰ ਕਰਾਂਗਾ ਤੇਰੇ ਕੋਲ। ਹਰਵੀਰ ਬਾਈ, ਉਹ ਬਾਈ ਉੱਠ ਖੜ ਯਾਰ, ਦਿਨ ਦੇਖ ਕੀ ਚੜ ਗਿਆ, ਕੰਮ ਤੇ ਨਹੀਂ ਜਾਣਾ? ਸੁੱਖੇ ਮੈਂ ਛੁੱਟੀ ਪਾਈ ਅੱਜ ਦੀ, ਤੂੰ ਜਾਇਆ, ਮੈਂ ਨਹੀਂ ਜਾਣਾ। ਚੱਲ ਠੀਕ ਆ ਫਿਰ, ਸ਼ਾਮੀ ਮਿਲ ਜਾ, ਠੀਕ ਆ। ਅੱਜ ਇੱਕ ਮੁੰਡਾ ਮਿਲਿਆ, ਆਪਣੇ ਪਿੰਡ ਦਾ ਸੀਗਾ। ਉਹਨੇ ਯਾਰ ਐਸੀਆਂ ਗੱਲਾਂ ਕੀਤੀਆਂ, ਪਿੰਡ ਦੀ ਯਾਦ ਆ ਗਈ। ਹਰਵੀਰ, ਹਰਵੀਰ ਇੱਧਰ ਵੀ ਨਹੀਂ ਹੈਗਾ, ਹਰਵੀਰ ਉਰੇ ਵੀ ਨਹੀਂ ਹੈਗਾ। ਆਪ ਕਿੱਥੇ ਚਲਾ ਗਿਆ? ਹਰਵੀਰ ਯਾਰ, ਮੈਂ ਥੱਲੇ ਤੈਨੂੰ ਬੋਲਿਆ ਵਾਂਗੂ ਲੱਭੀ ਜਾਂਦਾ, ਤੂੰ ਬਿਲਡਿੰਗ ਦੀ ਟੀਸੀ ਤੇ ਰੱਬ ਨਾਲ ਲੱਗਿਆ ਖੜਾ। ਰੱਬ ਨਾਲ ਲੱਗਿਆ ਖੜਾ? ਉਹ ਇਹੋ ਜਿਹੀ ਜ਼ਿੰਦਗੀ ਨਾਲ ਤਾਂ ਰੱਬ ਕੋਲ ਹੀ ਬੁਲਾ ਲਏ ਯਾਰ। ਉਹ ਭਰਾਵਾ ਸ਼ੁਭ ਸ਼ੁਭ ਬੋਲ, ਕੋਲ ਬੁਲਾਵੇ ਆਪਣੇ ਦੁਸ਼ਮਣਾਂ ਨੂੰ, ਆਪਾਂ ਨੂੰ ਕਾਹਨੂੰ ਯਾਰ। ਜਦ ਸੱਜਣੀ ਦੁਸ਼ਮਣ ਬਣ ਜਾਣ ਸੁੱਖਿਆ, ਤਾਂ ਕੀ ਫਰਕ ਪੈਂਦਾ, ਰੱਬ ਸਾਨੂੰ ਕੋਲ ਬੁਲਾਉਂਦਾ ਜਾਂ ਅਸੀਂ। ਉਹ ਭਰਾਵਾ ਖੁੱਲ ਕੇ ਦੱਸ ਗੱਲ ਹੋਈ ਕੀ ਆ, ਨਾਲੇ ਬਾਲੀ ਬਿਹਾਰਤ ਜੀ ਨਾ ਪਾ। ਸਭ ਖਤਮ ਹੋ ਗਿਆ ਯਾਰ, ਸੱਜਣ ਬੇਈਮਾਨ ਹੋ ਗਏ। ਬਾਈ ਬੇਈਮਾਨ ਸੱਜਣ ਨਹੀਂ, ਬੇਈਮਾਨ ਹਾਲਾਤ ਹੁੰਦੇ ਨੇ, ਆ ਜਿਹੜੇ ਆਪਣੇ ਕੋਲ ਨਹੀਂ ਸੀ। ਹਾਂ, ਨਾ ਅਸੀਂ ਮਾੜੇ ਤੇ ਨਾ ਸੱਜਣ।
ਗੱਲ ਤਾਂ ਤੂੰ ਠੀਕ ਕਹਿਣਾ ਸੁਖਿਆ। ਜੇ ਪੰਜਾਬ 'ਚ ਰਹਿ ਕੇ ਸਮੇਂ ਸਿਰ ਸਾਡੀ ਜ਼ਿੰਦਗੀ ਨੂੰ ਅਸੀਂ ਸੈਟਲ ਕੀਤਾ ਹੁੰਦਾ ਤਾਂ ਜੇ ਘੜੀ ਸਾਨੂੰ ਦੁੱਖ ਦੇ ਵਿੱਚ ਨਹੀਂ ਸੀ ਕੱਢਣੀ ਪੈਣੀ। ਪਰ ਚਲੋ ਕੋਈ ਗੱਲ ਨਹੀਂ, ਜੋ ਬੇੜਾ ਲੰਘਿਆ ਸੋ ਬੀਤਿਆ। ਉਹ ਕਹਿੰਦੇ ਹੁੰਦੇ ਆ ਨਾ, ਆਸ਼ਿਕ ਦਾ ਕੰਮ ਇਸ਼ਕ ਕਰਨਾ, ਬਾਕੀ ਸੱਜਣਾ ਦੀ ਮਰਜ਼ੀ। ਯਾਰ ਆ ਵੱਡੀ ਵੱਡੀਆਂ ਬਿਲਡਿੰਗਾਂ ਦੂਰੋਂ ਬੜੀਆਂ ਸੋਹਣੀਆਂ ਲੱਗਦੀਆਂ ਨੇ, ਪਰ ਜਦੋਂ ਨੇੜੇ ਆ ਕੇ ਦੇਖਦੇ ਤੇ ਆਹੀ ਲਾਈਟਾਂ ਅੱਖਾਂ ਵਿੱਚ ਚੁੱਭਦੀਆਂ ਨੇ ਯਾਰ। ਬਿਲਕੁਲ ਸਾਡੀ ਜ਼ਿੰਦਗੀ ਦੀ ਤਰ੍ਹਾਂ ਸੁੱਖੀ। ਜਦੋਂ ਇਹ ਬਾਹਰਲਾ ਦੇਸ਼ ਸਾਨੂੰ ਪੰਜਾਬ ਦੇ ਵਿੱਚ ਰਹਿੰਦੇ ਹੋਏ ਇਹਨਾਂ ਲਾਈਟਾਂ ਦੇ ਵਾਂਗ ਖੂਬਸੂਰਤ ਲੱਗਦਾ ਸੀ, ਪਰ ਜਦੋਂ ਅੱਜ ਅਸੀਂ ਇਹਨਾਂ ਦੇ ਕੋਲ ਆਇਆ ਤਾਂ ਪਤਾ ਲੱਗਦਾ ਕਿ ਇੱਥੇ ਆ ਕੇ ਕਿੰਨੀਆਂ ਕੁ ਤੰਗੀਆਂ, ਕਿੰਨੀਆਂ ਕੁ ਮੁਸੀਬਤਾਂ, ਤੇ ਅੱਜ ਸੱਚੀ ਇਹਨਾਂ ਲਾਈਟਾਂ ਦੇ ਵਾਂਗੂ ਇਹ ਦੇਸ਼ ਸਾਡੀਆਂ ਅੱਖਾਂ ਦੇ ਵਿੱਚ ਪੈ ਰਿਹਾ। ਸਹੀ ਗੱਲ ਹੈ ਯਾਰ ਬਾਈ, ਜੇ ਮੈਨੂੰ ਪਤਾ ਹੁੰਦਾ ਨਾ ਉਰੇ ਆ ਕੇ ਭਾਂਡੇ ਮਾਂਜਣੇ ਆ, ਲੈਟਰਿੰਗਾਂ ਸਾਫ਼ ਕਰਨੀਆਂ, ਸੜਕਾਂ 'ਤੇ ਸੌਣਾ ਪੈਂਦਾ, ਪਰ ਯਾਰ ਸ਼ਾਇਦ ਮੈਂ ਕਦੇ ਵੀ ਨਾ ਆਉਂਦਾ ਯਾਰ। ਪਰ ਮੈਨੂੰ ਪਤਾ ਸੀ ਸੁਖੀ ਕਿ ਇੱਥੇ ਆ ਕੇ ਸਾਨੂੰ ਸ਼ੁਰੂਆਤ ਲੈਟਰਿੰਗਾਂ ਸਾਫ਼ ਕਰਕੇ ਲੋਕਾਂ ਦੇ ਜੂਠੇ ਬਰਤਨ ਮਾਂਜ ਕੇ ਕਰਨੀ ਪੈਣੀ। ਮੈਨੂੰ ਪਤਾ ਸੀ। ਜੇ ਤੈਨੂੰ ਪਤਾ ਸੀ ਤੂੰ ਤਾਂ ਵੀ ਆਇਆ, ਇਹ ਕਿਉਂ? ਸਾਡੇ ਲੋਕਾਂ ਦੀ ਨਾ ਆਹ ਗੱਲ ਮੈਨੂੰ ਬਹੁਤ ਮਾੜੀ ਲੱਗਦੀ ਹੈ। ਕੰਮ ਨੂੰ ਛੋਟਾ ਵੱਡਾ ਦੇਖ ਕੇ ਜੱਜ ਕਰਨ ਬਹਿ ਜਾਂਦੇ ਆ ਅਤੇ ਮਿਹਨਤ ਦੀ ਇੱਜ਼ਤ ਘੱਟ ਕਰਦੇ ਆ। ਅਤੇ ਬਾਕੀ ਸਾਡੀਆਂ ਸਰਕਾਰਾਂ ਜੇ ਇਹ ਸਾਰਾ ਸਿਸਟਮ ਆਪਣਾ ਸਹੀ ਢੰਗ ਨਾਲ ਚਲਾਉਣ, ਸਾਰਿਆਂ ਨੂੰ ਰੁਜ਼ਗਾਰ ਮਿਲੇ ਤਾਂ ਕੋਈ ਵੀ ਮਾਂ ਦਾ ਪੁੱਤ, ਕਿਸੇ ਭੈਣ ਦਾ ਵੀਰ ਉਹਨਾਂ ਤੋਂ ਦੂਰ ਨਾ ਹੋਵੇ। ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਵਧੀਆ ਪੈਸੇ ਕਮਾ ਲਏ, ਪਰ ਸਕੂਲ ਪਿੰਡ ਮੈਨੂੰ ਲੱਗਦਾ ਹੁਣ ਆਪਾਂ ਨੂੰ ਵਾਪਸ ਪਿੰਡ ਜਾਣਾ ਚਾਹੀਦਾ ਅਤੇ ਆਪਣੇ ਪਰਿਵਾਰ ਦੇ ਨਾਲ ਸਕੂਨ ਦੀ ਜ਼ਿੰਦਗੀ ਜਿਉਣੀ ਚਾਹੀਦੀ। ਗੱਲ ਤਾਂ ਤੇਰੀ ਸਹੀ ਹੈ ਯਾਰ, ਪਰ ਯਾਰ ਜਦੋਂ ਆਪਾਂ ਇੰਡੀਆ ਤੋਂ ਇੱਥੇ ਆਏ ਸੀਗੇ ਕਿ ਸਾਨੂੰ ਲੱਗਦਾ ਸੀ ਯਾਰ ਉੱਥੇ ਜਾ ਕੇ ਬਾਅਦ 'ਚ ਪਿੰਡ ਨੂੰ ਆਪਾਂ ਸਾਰਿਆਂ ਨੂੰ ਆਪਾਂ ਚੇਂਜ ਕਰ ਦਾਂਗੇ, ਆਪਣੀ ਸਾਰੀ ਫੈਮਿਲੀ ਚੇਂਜ, ਲਾਈਫ ਚੇਂਜ ਹੋ ਜੂਗੀ। ਪਰ ਕਈਆਂ ਨੂੰ ਲੱਗਦਾ ਵੀ ਆ ਹਰਵੀਰ ਕਿ ਅਸੀਂ ਉੱਥੋਂ ਇੱਥੇ ਆ ਕੇ ਬੜੇ ਨੋਟ ਕਮਾਉਂਦੇ ਹਾਂ, ਬੜਾ ਕੁਛ ਕਰਦੇ ਹਾਂ, ਪਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਸਾਡੇ 'ਤੇ ਇੱਥੇ ਕੀ ਬੀਤਦੀ ਆ। ਹਰ ਰੋਜ਼ ਮੈਂ ਜਦੋਂ ਸਵੇਰੇ ਉੱਠਦਾ ਵਾਂ ਹਰ ਇੱਕ ਨਵਾਂ ਸੰਘਰਸ਼ ਦੇਖਣ ਨੂੰ ਮਿਲਦਾ ਵਾ, ਹਰ ਇੱਕ ਨਵੀਂ ਜੰਗ ਲੜਨੀ ਪੈਂਦੀ ਆ। ਬਾਈ ਤੂੰ ਤਾਂ ਮੇਰੇ ਦਿਲ ਦੀ ਗੱਲ ਕਹਿ ਦੀ। ਹੈਲੋ, ਸਤਿ ਸ੍ਰੀ ਅਕਾਲ ਪੁੱਤ। ਕੀ ਕਿਹਾ ਪੁੱਤ? ਚੰਗਾ, ਸ਼ੁਕਰ ਹੈ ਦਾਤਿਆ, ਸ਼ੁਕਰ ਹੈ ਰੱਬਾ। ਉਹ ਭਗਵਾਨ ਨੇ, ਉਹ ਰਾਤ ਤੱਕ ਤੂੰ ਚੌਲ ਬਣਾ ਲੂੰਗੀ। ਕਿਉਂ, ਚਾਵਲ ਬਣਨ ਨੂੰ ਕਿੰਨੇ ਦਿਨ ਲੱਗਦੇ ਆ? ਨਹੀਂ ਨਹੀਂ, ਮੇਰਾ ਮਤਲਬ ਚੌਲਾਂ ਦੇ ਨਾਲ ਹੋਰ ਕੀ ਕੀ ਬਣਾ ਰਹੀ ਹੈ? ਅੱਜ ਮੈਂ ਬਣਾ ਰਹੀ ਹਾਂ ਮਾਂ ਛੋਲਿਆਂ ਦੀ ਦਾਲ। ਹਾਏ, ਹਰਬੀਰ ਨੂੰ ਬੜੀ ਪਸੰਦ ਹੈ। ਵਾਹ, ਕੀ ਗੱਲ ਹੈ। ਹੈਲੋ, ਹਾਂਜੀ, ਸੱਚੀ? ਉਹ ਕਦੋਂ? ਉਹ ਬਈ ਵਾਹ, ਖੁਸ਼ ਕੀਤਾ ਈ।
ਕੀ ਹੋਇਆ? ਓਏ ਆਪਣਾ ਹਰਵੀਰ ਵਾਪਸ ਆ ਰਿਹਾ ਹੈ। ਸੱਚੀ? ਹਾਂ। ਹਾਏ ਵਾਹਿਗੁਰੂ ਸੱਚੇ ਪਾਤਸ਼ਾਹ, ਸ਼ੁਕਰ ਹੈ ਤੇਰਾ। ਮੈਂ ਤਾਂ ਹੁਣ ਖੀਰ ਪੁੜੇ ਬਣਾਉਂਗੀ। ਨਹੀਂ ਤਾਂ ਦਾਲ ਨਹੀਂ ਬਣਾਉਣੀ। ਨਹੀਂ ਬਣਾਵਾਂ ਛੋਲਿਆਂ ਦੀ ਦਾਲ। ਨਾ ਨਾ, ਖੀਰ ਪੁੜੇ ਬਣਾਉਂਗੀ। ਉਹ ਤਾਂ ਹੈ ਬਈ, ਹੁਣ ਤਾਂ ਬਣਾਉਣਾ ਪੈਣਾ। ਓਏ ਸ਼ੁਕਰ ਹੈ ਵਾਹਿਗੁਰੂ ਤੇਰਾ, ਸ਼ੁਕਰ ਹੈ। ਗੋਲੀ ਗੋਲੀ ਮੇਰਾ ਆਊਗਾ, ਇੰਨੇ ਪੈਸੇ ਲਿਆਊਗਾ, ਬੜੇ ਸਾਰੇ ਪੈਸੇ ਲਿਆਊਗਾ ਗੋਲੀ। ਤੂੰ ਬੜਾ ਮਾੜਾ ਹੋ ਗਿਆ, ਉੱਥੇ ਤੈਨੂੰ ਰੋਟੀ ਨਹੀਂ ਮਿਲਦੀ। ਮਿਲਦੀ ਨਹੀਂ, ਮੇਰਾ ਪੁੱਤ ਲਿੱਸਾ ਪੈ ਗਿਆ। ਮੇਰਾ ਪੁੱਤ ਮਾੜਾ ਹੋ ਗਿਆ। ਜਦ ਮੇਰਾ ਪੁੱਤ ਆਊਗਾ, ਮੈਂ ਇੰਨੀਆਂ ਰੋਟੀਆਂ ਖਿਲਾਉਂਗੀ ਗੋਲੀ, ਮੇਰਾ ਇੰਨੇ ਪੈਸੇ ਲਿਆਊਗਾ। ਦੱਸੀ ਨਾ ਗੋਲੀ, ਇੰਨੇ ਪੈਸੇ ਲਿਆਊਗਾ ਲਿਆਊਗਾ ਲਿਆਊਗਾ। ਰੋਟੀ ਖਾਇਆ ਕਰ, ਚੁੱਪ ਚੁੱਪ ਚੁੱਪ। ਦੱਸੀ ਨਾ, ਮੇਰਾ ਗੋਲੀ ਬਾਹਰ ਗਿਆ। ਅੱਜ ਆ ਕਿਹੜਾ ਚੱਲ ਵਰ। ਓ ਯਾਰ ਬਾਹਰ ਚੱਲ ਯਾਰ, ਚੱਲ ਬਾਹਰ, ਚੱਲ 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 ਯਾਰ, ਚੱਲ। ਠੀਕ ਹੈ, ਤੁਸੀਂ ਵੀ ਆ ਜਾਓ ਮਗਰ। ਆਜੋ 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 ਸਾਰੇ ਆਜੋ, ਇਕੱਠੀ ਆਜੋ ਆਜੋ। ਪਰੇ ਯਾਰ ਤੂੰ ਖਿੱਚ, ਤੂੰ ਖਿੱਚ 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 ਖਿੱਚ। ਹਾਂ ਆ ਜਾ, ਠੀਕ ਹੋ, ਪਰੇ ਜਾ ਯਾਰ। ਬਾਬੇ ਤੂੰ ਹੀ ਵਿੱਚ ਯਾਰ, ਪਰੇ ਹੋ ਜਾ, ਫੋਟੋ ਖਿੱਚੋਂਗੀ ਇਹਦੀ ਨਹੀਂ ਤੈਨੂੰ। ਚੱਲ ਚੱਲ ਚੱਲ, ਠੀਕ ਹੈ ਠੀਕ ਹੈ। ਹਾਂ ਕਿਉਂ ਬੰਦ ਹੋਰ ਭੈਣ ਠੀਕ ਠਾਕ? ਮੈਂ ਵਧੀਆ ਵੀਰੇ, ਤੂੰ ਦੱਸ? ਮੈਂ ਵੀ ਵਧੀਆ। ਲੈ ਬੇਬੇ ਤੇਰੀ ਚਾਹ। ਜਿੰਦੀ ਰਹਿ ਪੁੱਤ। ਚਾਹ ਚੱਕੋ ਜੀਜਾ ਜੀ। ਹਾਂਜੀ ਹਾਂਜੀ, ਲੈ ਲਿਆ। ਲੱਡੂ ਲੋ, ਉਹੀ ਸੰਗੀ ਜਾਂਦੇ ਹੋ ਤੁਸੀਂ। ਤੁਸੀਂ ਵੀ ਲੈ ਲਓ। ਹਾਂਜੀ ਹਾਂਜੀ ਬਿਲਕੁਲ। ਤੁਸੀਂ ਵੀ ਤਾਂ ਘੱਟ ਚੱਕਰ ਮਾਰਦੇ ਪੁੱਤ। ਹਾਂਜੀ ਬਿਲਕੁਲ, ਸਹੀ ਗੱਲ ਹੈ। ਤੁਹਾਡੇ ਆਣ ਤੋਂ ਨਾ ਰੌਣਕਾਂ ਲੱਗੀਆਂ। ਹਾਂਜੀ
ਮੈਂ ਦੇਖਦੀ ਹਾਂ। ਮੈਨੂੰ ਲੱਗਦਾ ਵੀਰਾ ਆ ਗਿਆ। ਮੈਂ ਦੇਖਦਾ। ਖੋਲ ਦੇ ਹੁਣ। ਖੋਲਦਾ ਇੱਕ ਮਿੰਟ, ਰੀਲ ਤਾਂ ਬਣਾ ਲੈਣਾ। ਤੇਰੀਆਂ ਰੀਲਾਂ ਨੀ ਲੋਟ ਆਉਂਦੀਆਂ। ਇਹਨੂੰ ਮੇਰਾ ਪੁੱਤ ਆਇਆ, ਇਹਨੂੰ ਮੇਰਾ ਬੱਚਾ। ਤੂੰ ਠੀਕ ਹੈ ਪੁੱਤ? ਹਾਏ ਮੇਰਾ ਬੱਚਾ, ਸਦਕੇ ਜਾ ਮੇਰੇ। ਠੀਕ ਹੈ? ਮੋਟਾ ਹੋ ਗਿਆ ਹੈ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਵਧੀਆ ਸਭ। ਬੇਬੇ ਬਹਿ ਜਾ। ਹਾਏ ਮੈਂ ਬੜੇ ਚਿਰਾਂ ਬਾਅਦ ਦੇਖਿਆ ਮੇਰਾ ਪੁੱਤ। ਭਾਜੀ ਵਧੀਆ ਸਭ ਠੀਕ ਠਾਕ, ਕੰਮ ਕਾਰ ਠੀਕ ਆ? ਲੈ ਵੀਰੇ, ਪਹਿਲਾਂ ਤਾਂ ਮੈਂ ਇਕੱਲੀ ਸੀ, ਹੁਣ ਅਸੀਂ ਦੋ ਜਣੇ ਮਿਲ ਕੇ ਤੇਰਾ ਕਣਕ ਦਾ ਢੋਲ ਖਾਲੀ ਕਰਨ ਆ ਗਏ। ਮੰਮੀ, ਡੈਡੀ। ਪੈਰੀ ਪੈਣਾ ਮੰਮੀ। ਜਿਉਂਦਾ ਰਹਿ ਮੇਰਾ ਬੱਚਾ, ਜਿਉਂਦਾ ਰਹਿ ਮੇਰਾ ਪੁੱਤ। ਹਾਏ ਕਿੰਨਾ ਪਤਲਾ ਹੋ ਗਿਆ, ਰੋਟੀ ਪਾਣੀ ਨਹੀਂ ਖਾਂਦਾ ਸੀ। ਤੈਨੂੰ ਕਿਹਾ ਸੀ ਨਾ ਖਾਣ ਪੀਣ ਦਾ ਧਿਆਨ ਰੱਖੀ, ਬਿਲਕੁਲ ਧਿਆਨ ਨਹੀਂ ਕੀਤਾ ਤੂੰ। ਓ ਭਗਵਾਨੇ, ਮੈਂ ਵੀ ਮਿਲਵਾ ਆਪਣੇ ਪੁੱਤ ਨੂੰ। ਆ ਮੇਰਾ ਪੁੱਤ, ਓਏ ਤਕੜਾ ਹੈ, ਤਕੜਾ ਜੀ, ਓਏ ਸ਼ਾਬਾਸ਼ੇ, ਖੁਸ਼ ਕੀਤਾ ਹੀ। ਆਪਾਂ ਅੰਦਰ ਬਹਿ ਕੇ ਗੱਲਾਂ ਕਰੀਏ। ਹਾਂਜੀ ਹਾਂਜੀ ਹਾਂਜੀ, ਚਲੋ ਚਲੋ, ਆਜੋ ਆਜੋ। ਬੜਾ ਸਿਰੇ ਲੱਗੀ ਇਹਨੇ, ਸੋਹਣਾ ਲੱਗੀ ਇਹਨੇ। ਸੋਹਣੀ ਲੱਗੀ, ਤੂੰ ਵੀ ਸੋਹਣਾ ਲੱਗਦਾ। ਗਾਰੀ ਬਣਾਈ ਬੈਠੀ ਆ ਭੈਣ, ਦੱਸ। ਮੈਂ ਵੀ ਆਪ ਹੱਥਾਂ ਨਾਲ ਬੁਣੀ ਆ। ਚੱਲ ਨਹੀਂ ਨਹੀਂ, ਸੋਹਣੀ ਹੈ। ਉਹ ਆ ਗਈ ਪੁੱਤ, ਭਾਬੀ ਆ ਗਈ, ਭਾਬੀ ਆ ਗਈ। ਚਲੋ ਸੋਹਣੀ ਲੱਗਦੀ, ਖੜਾ ਹੋ। ਆਪਣਾ ਵੀਰਾ ਕਿਹੜਾ ਘੱਟ ਸੋਹਣਾ। ਹਾਂ ਹਾਂ, ਇਹ ਤਾਂ ਹੈ। ਲੈ ਬੇਬੇ, ਕਿੰਨਾ ਭਾਗਾ ਵਾਲਾ ਦਿਨ ਆਇਆ, ਤੈਨੂੰ ਹੀਰੇ ਵਰਗੀ ਨੌ ਲੱਭ ਕੇ ਦਿੱਤੀ ਆ। ਲੈ ਫੜ, ਤੂੰ ਵੀ ਪਾ ਲੈ ਪੁੱਤ ਮੁੰਦਰੀ। ਆ ਲੋ ਜੀ। ਕਿੰਨੀ ਸੋਹਣੀ ਹੈ ਫੁਲਕਾਰੀ। ਸੋਹਣੀ ਤਾਂ ਹੋਣੀ ਆ, ਆਪਣੇ ਹੱਥੀ ਮੈਂ ਆਪ ਕੱਢੀ ਆਪਣੀ ਬਾਬੋ ਲਈ। ਅੱਛਾ, ਲਿਆਓ ਮੈਂ ਦੇ ਦਵਾਂ। ਬਹੁਤ ਹੀ ਪਿਆਰੀ ਹੈ। ਹਾਏ ਨੀ, ਮੈਂ ਮਰ ਜਾ, ਕਿੰਨੀ ਸੋਹਣੀ ਹੈ ਮੇਰੀ ਬਾਬੋ, ਨਜ਼ਰ ਨਾ ਲੱਗ ਜੇ ਕਿਸੇ ਦੀ। ਸੁਖ ਨਾਲ ਰੱਬ ਨੇ ਸਾਡੀ ਵੀ ਵੇਲ ਵਧਾਤੀ। ਮਾਤਾ ਜੀ, ਮੁੰਡਾ ਬਾਹਰੋਂ ਆਇਆ, ਪੈਸੇ ਵਾਲਾ, ਕਿੰਨਾ ਸਿੰਪਲ ਚੋਬਰ ਵਿਆਹ ਕਰਾ ਰਿਹਾ। ਅਮੀਰੀ ਤਾਂ ਵੀਰੇ ਦਿਲ ਦੀ ਹੋਣੀ ਚਾਹੀਦੀ ਆ। ਆ ਫੋਕੀ ਫੂਫਾਂ ਚ ਕੀ ਰੱਖਿਆ ਵਾ, ਕੀ ਹੋਇਆ ਰੱਬ ਨੇ ਅੱਜ ਸਾਨੂੰ ਇੰਨੇ ਜੋਗਾ ਕਰਤਾ। ਪਰ ਗਰੀਬੀ ਅਸੀਂ ਵੀ ਬਹੁਤ ਦੇਖੀ ਆ। ਚਲੋ ਚਲ, ਛੱਡੋ, ਰਿੰਗ ਸੈਰਮਨੀ ਕਰਦੇ ਆ। ਆਹੋ ਆਹੋ, ਲੈ ਪੁੱਤ, ਲਿਆ ਦੇ 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 ਛਾਪ ਵੀਰੇ ਨੂੰ। ਵੀਰੇ ਪਾ ਦੇ ਭਾਬੀ ਦੇ ਹੱਥ ਚ। ਭਾਬੀ ਤੂੰ ਵੀ ਪਾ ਦੇ। ਨਹੀਂ ਨਹੀਂ, ਗੱਲ ਸੋਹਣਾ ਲੱਗ ਰਿਹਾ। ਵੀਰੇ ਡੱਬੇ ਰੱਖਦੇ ਸੀ ਮਠਿਆਈ ਵਾਲੇ? ਹਾਂ ਭੈਣੇ, ਹਾਂ ਰੱਖਵਾਤੇ ਸੀਗੇ ਸਾਰੇ ਡੱਬੇ, ਰੱਖਵਾਤੇ ਸਾਰਾ ਸਮਾਨ। ਹਾਂ ਜੀ, ਜਮਾ ਟੈਨਸ਼ਨ ਆ ਰਹੀ ਮੈਂ ਕਿਹਾ। ਹਾਂ, ਬਹੁਤ ਬਹੁਤ ਮੁਬਾਰਕਾਂ ਸੁੱਖੇ। ਤੈਨੂੰ ਵੀ ਯਾਰ। ਹਰ ਵੀਰੇ ਇੱਕ ਗੱਲ ਕਹਾਂ? ਹਾਂ ਯਾਰ, ਤੂੰ ਵੀ ਆਪਣੀ ਜ਼ਿੰਦਗੀ ਨਾਲ ਨਵੇਂ ਸਿਰੇ ਤੋਂ ਸ਼ੁਰੂ ਕਰ। ਜਿਹੜਾ ਕੁਛ ਹੋ ਗਿਆ ਉਹਨੂੰ ਭੁੱਲ ਜਾ, ਬਾਕੀ ਸਮਾਂ ਬਹੁਤ ਬਲਵਾਨ ਆ, ਸਭ ਕੁਛ ਸਹੀ ਹੋਊ। ਖੁਸ਼
ਹੁਣ ਓਕੇ ਰਿਪੋਰਟ ਤੇ ਹੁਣ ਫਿਰ ਮੇਰੀ ਗੱਲ ਸੁਣੋ। ਆਨਲਾਈਨ ਪ੍ਰੋਮੋਸ਼ਨ ਦੀ ਮੇਰੀ ਜ਼ਿੰਮੇਵਾਰੀ ਹੈ। ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ। ਵਾਹਿਗੁਰੂ ਦੀ ਕਿਰਪਾ ਨਾਲ ਜੋ ਆਪਾਂ ਸੋਚਿਆ ਸੀ ਉਹ ਹੋ ਗਿਆ। ਮਲੇਸ਼ੀਆ ਜਿੰਨਾ ਆਪਾਂ ਪੈਸਾ ਇਕੱਠਾ ਕੀਤਾ ਸੀ ਇੱਥੇ ਸੋਹਣਾ ਕੰਮ ਹੋ ਗਿਆ ਅਤੇ ਇਸ ਤੋਂ ਬਾਅਦ ਆਪਾਂ ਪਾਰਟਨਰ ਆ। ਤੂੰ ਵੀ ਨਾਲ ਹੀ ਹੈ। ਆਹੋ ਚਲੋ ਆਪਾਂ ਆਪਣੇ ਕੰਮ 'ਤੇ ਲੱਗੋ ਹੈ। ਚਲੀਏ ਸੁੱਖੇ ਵੀਰੇ। ਹਾਂ ਯਾਰ ਦੇਖ ਲੈ ਗੰਨੇ ਦੀ ਰੇਹੜੀ ਤੋਂ ਮੌਲੇ ਖੋਲਤਾ ਯਾਰ। ਵੈਸੇ ਗੱਲ ਹੈ ਲੱਡੂ ਇੰਨੇ ਘੈਂਟ ਨੇ ਨਾ, ਜੀ ਕਰਦਾ ਮੈਂ ਦੇਖੀ ਜਾਵਾਂ ਦੇਖੀ ਜਾਵਾਂ ਦੇਖੀ ਜਾਵਾਂ। ਉਹ ਆਪਾਂ ਦੇਖਣੇ ਨੀ ਵੇਚਣੇ ਵੀ ਆ। ਚੱਲ ਕੰਮ ਕਰ। ਲਓ ਜੀ ਬੜੀ ਖੁਸ਼ੀ ਦੀ ਗੱਲ ਆ, ਭਵਾਨੀਗੜ੍ਹ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੌਲ ਏ ਖੋਲਤਾ, ਕੋਈ ਕਸਰੇ ਨਹੀਂ ਛੱਡੀ। ਕੈਸ਼ਵ ਸਵੀਟ ਸ਼ੌਪ ਜਿੱਥੇ ਹਰ ਤਰ੍ਹਾਂ ਦੀ ਮਠਿਆਈ ਵਧੀਆ ਬੜੇ ਜਾਇਜ਼ ਰੇਟਾਂ 'ਤੇ ਮਿਲਦੀ ਹੈ। ਤੁਸੀਂ ਸਾਰੇ ਜਣੇ ਹੁੰਮ ਹੁਮਾ ਕੇ ਪਹੁੰਚਿਓ ਅਤੇ ਤੁਹਾਨੂੰ ਇੱਕ ਵਾਰੀ ਮੈਂ ਸਾਰੀ ਝਲਕ ਦਿਖਾ ਦੇਣਾ ਜੀ। ਆਹ ਤੁਸੀਂ ਦੇਖ ਸਕਦੇ ਹੋ, ਆਹ ਵੀ ਦੇਖ ਸਕਦੇ ਹੋ ਇਹ। ਠੀਕ ਹੈ ਜੀ, ਓਕੇ ਜੀ, ਬਾਏ ਬਾਏ, ਟਾਟਾ, ਲਵ ਯੂ ਆਲ। ਹਾਂ ਹਾਂ ਨਹੀਂ ਨਹੀਂ ਉਹ ਸਾਰੇ ਆਰਡਰ ਭੇਜ ਦਿਓ, ਕੋਈ ਨਾ ਮੈਂ ਡੈਡੀ ਨੂੰ ਕਹਿ ਦੂੰਗਾ। ਇੱਕ ਮਿੰਟ, ਗੋਲੀ ਆਊਗਾ, ਇੰਨੇ ਪੈਸੇ ਲਿਆਊਗਾ, ਕਿਸੇ ਨੂੰ ਨਹੀਂ ਦੇਣੇ, ਕਿਸੇ ਨੂੰ ਨਹੀਂ ਦੇਣੇ, ਕਿਸੇ ਨੂੰ ਨਹੀਂ ਦੇਣੇ, ਗੋਲੀ ਆਊਗਾ, ਇੰਨੇ ਪੈਸੇ ਲਿਆਊਗਾ, ਗੋਲੀ ਆਊਗਾ, ਇੰਨੇ ਪੈਸੇ ਲਿਆਊਗਾ। ਮਾਤਾ ਕੁਝ ਖਾਓਗੇ? ਗੋਲੀ ਆਊਗਾ, ਖਾਓਗੇ ਕੁਝ ਖਾਓਗੇ? ਇੱਕ ਮਿੰਟ ਬੈਠੋ, ਮੈਂ ਲੈ ਕੇ ਗੋਲੀ, ਗੋਲੀ ਆਊਗਾ, ਇੰਨੇ ਪੈਸੇ ਲਿਆਊਗਾ, ਦੇਣੇ ਨਹੀਂ। ਹਾਲੋ ਮਾਤਾ ਜੀ, ਖਾਓ ਖਾਓ ਖਾਓ, ਹਾਲੋ ਲਓ ਲਓ ਲਓ। ਗੋਲੀ ਆਊਗਾ, ਗੋਲੀ ਆਊਗਾ। ਵੀਰੇ ਗੱਲ ਸੁਣਿਓ। ਹਾਂਜੀ ਵੀਰੇ। ਆ ਮਾਤਾ ਜੀ ਦਾ ਪਤਾ ਵੀ ਐਂ ਕਿਉਂ ਬੋਲਦੇ ਰਹਿੰਦੇ ਨੇ? ਬਾਈ ਇਹ ਤਾਂ ਬਹੁਤ ਦੁਖੀ ਰਹਿੰਦੀ ਹੈ ਮਾਤਾ। ਮੁੰਡਾ ਇਹਦਾ ਜੇਲ੍ਹ 'ਤੇ ਆ, ਘਰ ਵਾਲਾ ਫਾਹ ਲੈ ਕੇ ਮਰ ਗਿਆ। ਆਹ ਵਿਚਾਰੀ ਹੈ, ਪਾਗਲ ਹੈ, ਘਰ ਉੱਜੜ ਗਿਆ ਵਿਚਾਰੀ ਦਾ, ਹੋਰ ਕੀ ਕਰੀਏ। ਮਾਤਾ ਜੀ ਤੁਸੀਂ ਟੈਨਸ਼ਨ ਨਾ ਲਓ, ਸਭ ਠੀਕ ਹੋ ਜੂਗਾ ਸਭ ਮਾਤਾ ਜੀ। ਹਰਵੀਰ। ਹਾਂਜੀ। ਜਾ ਕੈਬਨ ਚ ਤੈਨੂੰ ਕੋਈ ਮਿਲਣ ਆਇਆ। ਮੈਨੂੰ ਮਿਲਣ ਆਇਆ? ਹਾਂ। ਕੌਣ ਹੈ? ਜਾ ਕੇ ਆਪ ਹੀ ਦੇਖ ਲਾ, ਬਿਗ ਸਰਪ੍ਰਾਈਜ਼ ਆ। ਸਰਪ੍ਰਾਈਜ਼ ਫੜਾ ਮੈਨੂੰ। ਓ ਹੈਲੋ, ਛੇਤੀ ਕਰ।
ਆਈ ਐਮ ਸੋਰੀ ਅਰਵੀਰ, ਤੁਹਾਨੂੰ ਤਾਂ ਪਤਾ ਹੀ ਹੈ ਨਾ ਕਿ ਪਾਪਾ ਤੋਂ ਇਲਾਵਾ ਇਸ ਦੁਨੀਆਂ 'ਤੇ ਮੇਰਾ ਹੋਰ ਕੋਈ ਨਹੀਂ ਹੈ। ਬਸ ਇਸੇ ਗੱਲ ਕਰਕੇ ਮੈਨੂੰ ਆਪਣੇ ਪਾਪਾ ਜੀ ਦਾ ਫੈਸਲਾ ਮੰਨਣਾ ਪਿਆ, ਚਾਹੇ ਉਹਦੇ ਲਈ ਮੈਨੂੰ ਮੇਰੇ ਪਿਆਰ ਦਾ ਹੀ ਗਲਾ ਘੁੱਟਣਾ ਪਿਆ। ਉਹ ਕਹਿੰਦੇ ਹੁੰਦੇ ਨੇ ਨਾ ਕਿ ਜਿਹਨੂੰ ਪਿਆਰ ਕਰੀਦਾ ਉਹਦਾ ਦਿਲ ਨਹੀਂ ਦੁਖਾਈਦਾ, ਪਰ ਮੈਂ ਤਾਂ ਤੁਹਾਨੂੰ ਪਿਆਰ ਵੀ ਬਹੁਤ ਕੀਤਾ ਅਤੇ ਤੁਹਾਡਾ ਦਿਲ ਵੀ ਬਹੁਤ ਦੁਖਾਇਆ। ਹੋ ਸਕੇ ਤਾਂ ਮੈਨੂੰ ਮਾਫ਼ ਕਰ ਦਿਓ। ਮਾਫ਼ੀ ਵਾਲੀ ਗੱਲ ਨਹੀਂ ਕਵਿਤਾ, ਹਾਂ ਤੇਰੇ ਫੈਸਲੇ ਨੇ ਮੇਰਾ ਦਿਲ ਜ਼ਰੂਰ ਦਿਖਾਇਆ, ਤੇਰਾ ਵੀ ਕੋਈ ਕਸੂਰ ਨਹੀਂ ਕਵਿਤਾ। ਤੂੰ ਤਾਂ ਆਪਣੇ ਡੈਡੀ ਦੀ ਚੰਗੀ ਬੇਟੀ ਬਣ ਕੇ ਉਹਨਾਂ ਦਾ ਕਹਿਣਾ ਮੰਨਿਆ, ਸ਼ਾਇਦ ਉਦੋਂ ਹਾਲਾਤ ਹੀ ਸਾਡੇ ਮੁਤਾਬਕ ਨਹੀਂ ਚੱਲਦੇ ਸੀ, ਪਰ ਹੁਣ ਦੇਖ ਰੱਬ ਨੇ ਆਪਾਂ ਨੂੰ ਮਿਲਾਇਆ ਨਾ, ਹੁਣ ਆਪਾਂ ਕਦੀ ਦੂਰ ਨਹੀਂ ਹੋਣਾ। I love you so very much. I love you too. ਸੱਚੀ ਵੱਖ ਨਹੀਂ ਹੋਣਾ। ਬੋਲੋ ਚਲੋ ਨਾ ਆਪਾਂ ਚੱਲੀਏ, ਨਾਲੇ ਕਹਿੰਦੇ ਸੱਚੀ ਵੱਖ ਨਹੀਂ ਹੋਣਾ। ਹਾਂ ਚਲੋ ਚੋਕ ਲਾਏ ਦੀ ਚੋਕ। ਕਿੱਦਾਂ ਹਰਵੀਰ? ਵਧੀਆ ਵਧੀਆ। ਇਹ ਸੁੱਖ ਹੈ ਤੇ ਜੀ ਇਹ ਭਰਜਾਈ ਹੈ ਆਪਣੀ। ਇਹ ਹਰਵੀਰ ਆ ਤੇ ਇਹ ਭਰਜਾਈ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਚੱਲੀਏ ਚੱਲ। ਉਹ ਕਿੱਦਾਂ? ਭੈਣ ਦੀ ਆ ਗਿਆ ਕੱਲੇ ਕੱਲੇ, ਉਹ ਵੀ ਜੋੜੀਆਂ ਬਣਾ ਕੇ, ਕਮਾਲ ਹੈ ਬਾਬੇ। ਬਹਿ ਜਾ ਅੱਗੇ ਬਹਿ ਜਾ। ਤੂੰ ਕੀ ਬਹਿ ਜਾ ਬਹਿ ਜਾ, ਇੱਧਰ ਆ ਜਾ ਉਰੇ। ਮੈਂ ਮੂੰਹ ਨਹੀਂ ਪੈਂਦਾ ਹੈਗਾ। ਉਹ ਗੱਲ ਸੁਣ ਯਾਰ, ਮੈਂ ਨਹੀਂ ਪੈਂਦਾ ਯਾਰ, ਜਾ ਯਾਰ ਗੱਲ ਤਾਂ ਸੁਣ। ਮੈਂ ਨਹੀਂ ਯਾਰ ਮੋਟਰਸਾਈਕਲ ਤੇ ਜਾਣਾ ਤੁਹਾਡੇ ਤੇ ਯਾਰ। ਯਾਰ ਤਾਂ ਬੰਦਾ ਨਾਰਾਜ਼ ਕਰਤਾ। ਕੀ ਦੇਖੀ ਜਾਂਦੇ ਹੋ? ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਡੇ ਮੋਟਰਸਾਈਕਲ ਤੇ ਨਹੀਂ ਜਾਣਾ। ਆਪਣੇ ਤੇ ਤਾਂ ਜਾ ਸਕਦਾ ਹੈ। ਚਲੋ ਫਿਰ ਚੱਲ ਕਰ ਸਟਾਰਟ, ਹੁਣ ਇਹ ਵੀ ਸਟਾਰਟ ਹੋਊਗਾ। ਚਲੋ ਉਹ ਥੋਡੀ ਓਏ, ਉਹ ਕਿੱਧਰ ਨੂੰ ਘੁੰਮਣ ਚੱਲੇ ਆ? ਅੱਛਾ ਓਹ ਇੱਥੇ ਦੱਸ ਦੋ ਮੁੜੋਗੇ ਕਦੋਂ? ਹੁਣ ਨਹੀਂ ਮੁੜਦੇ ਯਾਰ।